ਆ ਗਬਰ ਸਾਹਿਬ ਥੋੜਾ ਬੇਸ ਵਧਾ ਦਿਓ ਕਿਰਪਾ ਕਰਕੇ ਔਰ ਰਹਿੰਦੇ ਜਿਹੜੇ ਪਲੇਅਰ ਹੈ ਢੱਲਾਂ ਦੀ ਟੀਮ ਦੇ ਉਹ ਗਰਾਊਂਡ ਦੇ ਵਿੱਚ ਪੁੱਜਣ। ਜਲਦੀ ਨਾ ਰਹਿੰਦੇ ਪਲੇਅਰ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ ਕੱਲਾਂ ਦੀ ਟੀਮ ਦੇ ਲੱਖੇ ਤਾੜ ਕੇ ਮੇਰੇ ਵੀਰ ਜਲਦੀ ਆ ਜਾਓ ਕਿਰਪਾ ਕਰਕੇ। ਪਹਿਲਾ ਮੁਕਾਬਲਾ ਅਸੀਂ ਸ਼ੁਰੂ ਕਰਾਵਾਂਗੇ। ਰੱਦੀ ਵਾਲੇ ਦੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੀ ਟੀਮ ਸਮੇਂ ਸਿਰ ਪੁੱਜੀ ਹੈ। ਡਾਕਟਰ ਹਰਜੀਤ ਜੀ ਵੇਟਿੰਗ ਬਾਕਸ ਵਿਹਲਾ ਕਰਾ ਦਿਓ ਜਿੱਥੇ ਅਸੀਂ ਖਿਡਾਰੀਆਂ ਨੂੰ ਰੋਕਣਾ। ਬੇਨਤੀ ਹੈ ਉਧਰਲੇ ਬੰਨੇ ਵੇਟਿੰਗ ਬਾਕਸ ਜਿਹੜਾ ਖਿਡਾਰੀਆਂ ਦਾ ਉਹ ਵਿਹਲਾ ਕਰਾ ਦਿੱਤਾ ਜਾਵੇ। ਹੈਲੋ, ਸੋ ਵੇਟਿੰਗ ਬਾਕਸ ਦੇ ਵਿੱਚ ਜਿਹੜੇ ਵੀ ਮੇਰੇ ਦਰਸ਼ਕ ਸੱਜਣ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਵੇਟਿੰਗ ਬਾਕਸ ਖਾਲੀ ਕਰ ਦਿਓ, ਕਿਉਂਕਿ ਜਿਹੜੀਆਂ ਟੀਮਾਂ ਦੇ ਪਲੇਅਰਾਂ ਨੂੰ ਅਸੀਂ ਇੱਥੇ ਪੈਰ ਆਉਣਾ। ਇੱਕ ਟੀਮਾਂ ਨੋਟ ਕਰ ਲੈਣ, ਮੈਂ ਖੇਡ ਮੈਦਾਨ ਦੇ ਨਿਯਮ ਦੱਸਾਂਗਾ ਟੀਮਾਂ ਦੇ ਖਿਡਾਰੀਆਂ ਨੂੰ। ਇੱਕ ਟੀਮ ਗਰਾਊਂਡ ਦੇ ਵਿੱਚ ਹੋਵੇਗੀ, ਦੂਜੀ ਟੀਮ ਵੇਟਿੰਗ ਬਾਕਸ ਵਿੱਚ ਹੋਵੇਗੀ। ਕਿਸੇ ਖਿਡਾਰੀ ਨੇ ਟੀ ਸ਼ਰਟ ਪਾ ਕੇ ਗਰਾਊਂਡ ਦੇ ਅੰਦਰ ਨਹੀਂ ਆਉਣਾ। ਜਿੰਨਾ ਚਿਰ ਮੈਚ ਚੱਲੇਗਾ ਦੂਸਰੀ ਟੀਮ ਵੇਟਿੰਗ ਬਾਕਸ ਵਿੱਚ ਆਪਣੇ ਮੈਚ ਲਈ ਇੰਤਜ਼ਾਰ ਕਰਨਾ ਪਵੇਗਾ। ਰੱਜੀ ਵਾਲੀ ਉੱਥੇ ਵੇਟਿੰਗ ਬਾਕਸ ਵਿੱਚ ਚਲੇ ਜਾਓ, ਬਹੁਤ ਮਿਹਰਬਾਨੀ ਤੁਹਾਡੀ। ਕਿਰਪਾ ਕਰਕੇ ਸਾਹਮਣੇ ਸਟੇਜ ਦੇ ਆਊਟਸਾਈਡ ਜਿਹੜਾ ਉਹ ਵੇਟਿੰਗ ਬਾਕਸ ਬਣਿਆ ਹੋਇਆ, ਤੇ ਕਿਰਪਾ ਕਰਕੇ ਇਹ ਜਿਹੜਾ ਵੇਟਿੰਗ ਬਾਕਸ ਹੈ ਭਰਾ ਜੀ ਤੁਸੀਂ ਵਿਹਲਾ ਕਰ ਦਿਓ। ਜਿਹੜੇ ਵੀਰ ਇਹਦੇ ਵਿੱਚ ਬੈਠੇ ਇੱਥੋਂ ਸਾਈਡ ਤੇ ਚਲੇ ਜਾਣ, ਤੇ ਰੱਜੀ ਵਾਲ ਦੀ ਜਿਹੜੀ ਟੀਮ ਹੈ ਉਹ ਪੁੱਜੀ ਹੈ ਕੱਲਾਂ ਦਾ ਮੈਚ ਸ਼ੁਰੂ ਕਰਾ ਦਿਓ ਜੀ ਕਿਰਪਾ ਕਰਕੇ। ਓਪਨ ਕਬੱਡੀ ਦਾ ਪਹਿਲਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਦੇ ਅੰਦਰ। ਕਿਰਪਾ ਕਰਕੇ ਹੱਥ ਬੰਨ ਬੇਨਤੀ ਹੈ ਦਰਸ਼ਕੀਰਾਂ ਨੂੰ, ਕਿਰਪਾ ਕਰਕੇ ਤੁਸੀਂ ਇਹ ਵੇਟਿੰਗ ਬਾਕਸ ਜਿਹੜਾ ਵਿਹਲਾ ਕਰ ਦਿਓ, ਰੱਜੀ ਵਾਲ ਦੀ ਟੀਮ ਜਿਹੜੀ ਵੇਟਿੰਗ ਬਾਕਸ ਦੇ ਵਿੱਚ ਪਹੁੰਚ ਜਾਵੇ ਤੇ ਮੈਚ ਚੱਲਣ ਵਾਲੀ ਆ। ਵਿਸਲ ਮਾਰਨਾ ਚਾਹੁੰਦਾ ਮੰਗਲ ਜਾਂ ਟੀ ਸ਼ਰਟ ਉਤਾਰੋ। ਪਹਿਲੀ ਗੱਲ, ਅਗਲੇ ਮੈਚਾਂ ਤੁਸੀਂ ਟੀ ਸ਼ਰਟਾਂ ਪਾ ਕੇ ਗਰਾਊਂਡ ਵਿੱਚ ਨਹੀਂ ਆਉਣਾ, ਇਹ ਨੋਟ ਕਰ ਲਓ। ਤੁਸੀਂ ਵੱਡੇ ਵੱਡੇ ਕੱਪ ਖੇਡਦੇ ਹੋ, ਨਿਯਮਾਂ ਦੇ ਪੱਕੇ ਪਲੇਅਰ ਹੋ, ਤੁਹਾਨੂੰ ਦੱਸਣ ਦੀ ਲੋੜ ਨਹੀਂ। ਤੇ ਕਿਰਪਾ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਹੀ ਲੱਖੇ ਸਮਝਣੀ ਹੈ, ਟੀ ਸ਼ਰਟਾਂ ਗਰਾਊਂਡੋਂ ਬਾਹਰ ਉਤਾਰਨੀਆਂ ਤੇ ਕਬੱਡੀ ਦੇ ਕੱਪਾਂ ਦੇ ਨਿਯਮਾਂ ਵਾਲਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈ ਤੁਸੀਂ ਨੋਟ ਕਰ ਲਓ ਮੇਰੇ ਵੀਰ।
ਤੇ ਟੀਮਾਂ ਜਿਹੜੀਆਂ ਵੇਟ ਕਮਾਦ ਵਿੱਚ ਪਹੁੰਚ ਚੁੱਕੀਆਂ, ਬਹੁਤ ਮਿਹਰਬਾਨੀ। ਜਿਹੜਾ ਖੇਡ ਮੈਦਾਨਾਂ ਦਾ ਡਿਸਪਲਿਨ ਹੈ, ਕਿਸੇ ਨੇ ਭੰਗ ਨਹੀਂ ਕਰਨਾ, ਟੀਮਾਂ ਨੋਟ ਕਰ ਲੈਣ, ਬਲਕਰਨ ਪਰਲੀ ਸਾਈਡ ਆਉਣਾ ਤੁਸੀਂ, ਪਰਲੀ ਸਾਈਡ ਜਿਹੜਾ ਐਂਟਰੀ ਗੇਟ ਆ ਤੁਹਾਡਾ ਗਰਾਊਂਡ ਦਾ, ਉੱਧਰ ਦੀ ਤੁਸੀਂ ਆਉਣਾ ਤੇ ਮੀਡੀਅਮ ਵਾਲਿਆ। ਹਾਂਜੀ ਮੰਨ ਲਓ ਜੀ, ਪਾਸੇ ਕਬੱਡੀ ਦਾ ਮੁਕਾਬਲਾ ਬਹੁਤ ਹੀ ਤਕੜਾ, ਦੁਨੀਆ ਭਰ ਦੇ ਖਿਡਾਰੀ ਇਸ ਏਰੀਏ ਨੂੰ ਮਾਣ ਹੈ। ਉਧਰਲੇ ਬੰਨੇ ਪੰਜਾਬ ਦੀ ਜ਼ਿਲ੍ਹੇ ਮੋਗੇ ਦੀ ਸਿਰ ਅਕੈਡਮੀ ਟੀਮ ਹੈ, ਕੱਲ ਕਲਾਂ ਦੀ ਜਿਹੜੀ ਟੀਮ ਹੈ ਪੁੱਜੀ ਹੈ ਖੇਡ ਮੈਦਾਨ ਵਿੱਚ। ਨਾਲ ਹੀ ਕਹਿੰਦੇ ਨਵਾਂ ਜਿਹਾ ਪ੍ਰਵੇਸ਼ ਕੀਤਾ ਅਟਾਰੀ ਦੀ ਟੀਮ ਨੇ, ਹੁਣੇ ਹੁਣੇ ਕਬੱਡੀ ਓਪਨ ਦੀ ਜਿਹੜੀ ਹੋਂਦ ਵਿੱਚ ਆਈ ਟੀਮ ਹੈ। ਮੈਂ ਦੇਖਾਂਗਾ ਵੀ ਮੁਕਾਬਲਾ ਜਿਹੜਾ ਸ਼ੁਰੂ ਹੋਵੇਗਾ, ਆ ਵੀ ਨੌਜਵਾਨੋ ਮੱਲੋ ਪਾਸਾ। ਉਧਰਲੇ ਬੰਨੇ ਮੀਨੀਆ ਪਿੰਡ ਹੈ, ਲੋਕੀ ਪੀਲੋ ਆਖਦੇ ਹੈ। ਨਾਲ ਮੈਂ ਦੇਖਦਾ ਵੀ ਹੋਸੇ ਕੋਟਲ ਦਾ ਨਰਪੈਰ, ਤੇ ਉਧਰਲੇ ਬੰਨੇ ਗੋਗਵਾਣੀ ਪਿੰਡ ਦਾ ਗਗਨਦੀਪ। ਪੰਜਾਬ ਦੇ 2009 ਦੇ ਸਾਰੇ ਕਹਿੰਦੇ ਵੀ ਕਬੱਡੀ ਕੱਪਾਂ ਦਾ ਤੀਜੇ ਨੰਬਰ ਦਾ ਧਾਵੀ ਡਿਕਲੇਅਰ ਕੀਤਾ ਗਿਆ, ਉਹ ਵੀ ਵੀਰ ਵਿਸ਼ੇ ਤੌਰ ਤੇ ਪੁੱਜਿਆ। ਤੇ ਕੱਲੀ ਜਿਹੜੀ ਲੈਣਾ ਦੇ ਉੱਪਰ ਪਾ ਦਿੱਤੀ ਜਾਵੇ, ਮੁਕਾਬਲਾ ਜਿਹੜਾ ਸ਼ੁਰੂ ਹੋਵੇਗਾ ਇਸ ਖੇਡ ਮੈਦਾਨ ਦੇ ਵਿੱਚ। ਪਹਿਲੀ ਕਬੱਡੀ ਕਿਸ ਟੀਮ ਦੀ ਹੋਵੇਗੀ? ਕੱਲਾਂ ਦੀ ਟੀਮ ਜਿਹੜੀ ਪਹੁੰਚੀ ਹੈ ਗੁਰੂ ਘਰ ਵਾਲੀ ਸਾਹਿਬ ਤੇ, ਦੂਸਰੇ ਬੰਨੇ ਜਿਹੜੀ ਟੀਮ ਹੈ ਉਹ ਅਟਾਰੀ ਪਿੰਡ ਦੀ ਹੈ। ਆ ਵੀ ਲਾਈਓ ਨਾ ਪਾ ਪਹਿਲੀ ਕਬੱਡੀ। ਨਾ ਉਧਰਲੇ ਬੰਨੇ ਹੋਸੇ ਕੋਟਲੇ ਦੇ ਨਰਪੈ ਨੇ ਜਾਂ ਕਹਿੰਦੇ ਵੀ ਅਟਾਰੀ ਵਾਲੇ ਗੱਭਰੂ ਨੇ ਪਹਿਲੀ ਕਬੱਡੀ ਦੀ ਤਿਆਰੀ ਕਰਨੀ। ਨਿੱਕੇ ਵੇਟ ਦਬਾਅ ਦੇ ਵਿੱਚ ਚਲੇ ਜਾਓ, 11:30 ਠੀਕ ਹੈ ਜੀ, 11:30 ਇਹਨਾਂ ਦਾ ਸਮਾਂ ਹੋਏਗਾ। ਮਾਫੀ ਚਾਹਾਂਗੇ, ਤੁਹਾਡੇ ਤੋਂ ਇੰਤਜ਼ਾਰ ਕਰਨਾ ਪੈਣਾ। ਨਿੱਕੇ ਵੀਰ ਵੇਟ ਕਮਾਦ ਦੇ ਵਿੱਚ ਰੁਕ, ਖੇਡ ਮੈਦਾਨ ਦਾ ਡਿਸਪਲਿਨ ਨਹੀਂ ਭੰਗ ਕਰਨਾ। ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਪਹਿਲੇ ਮੁਕਾਬਲੇ ਲਈ। ਪਹਿਲੀ ਜਿਹੜੀ ਕਬੱਡੀ ਆ ਓਪਨ ਦੀ ਪੈ ਰਹੀ ਹੈ, ਬੈਠ ਕੇ ਨਗਾਰੀ ਗਲਾ ਵਿੱਚ ਟੱਲੀਆਂ ਲੈਂਦੀਆਂ ਹੁਲਾਰੇ ਕਣਕਾਂ ਤੇ ਬੱਲੀਆਂ, ਪੀ ਕੇ ਵੇਖੀ ਪਾਣੀ ਸਾਡੀ ਖੂਹ ਦੀ ਟਿੰਡ ਦਾ, ਵੱਖਰਾ ਨਜ਼ਾਰਾ ਸ਼ਹਿਰ ਨਾਲੋਂ ਪਿੰਡ ਦਾ। ਪਿੰਡ ਪੱਧਰ ਓਪਨ ਕਬੱਡੀ ਦਾ ਪਹਿਲਾ ਮੁਕਾਬਲਾ ਸ਼ੁਰੂ ਹੋਇਆ, ਜਿਹਦੇ ਵਿੱਚ 3 ਪਲੇਅਰ ਬਾਹਰ ਦੇ ਖੇਡਣੇ ਹੈ। ਲਾ ਪੂਰੀ ਕਹਿੰਦੇ ਬਹੁਤ ਤਕੜੀ ਹੈ। ਉਧਰਲੇ ਬੰਨੇ ਮੈਂ ਦੇਖਦਾ ਵੀ ਸੁਖ ਹਰਦਾਸੇ ਦਾ ਨਾਲ ਸੋਨਾ ਢਾਲੀ ਵਿਸ਼ੇ ਤੌਰ ਤੇ ਪੁੱਜ ਗਿਆ ਆਪਣੇ ਖਿਡਾਰੀ ਵੀਰਾਂ ਦੇ ਨਾਲ। ਲਾ ਉਧਰਲੇ ਬੰਨੇ ਲੱਖਾ ਕਾਲੀ ਕੀਤੀ ਹੋਈ ਕੋਸ਼ਿਸ਼ਾਂ ਨੌਜਵਾਨ ਗੱਭਰੂ ਦੀ, ਰਾਜੇ ਢਾਲੀ ਦਾ ਪਿੰਡ ਹੈ, ਭਾਵੇਂ ਕੁਲਜੀਤ ਦੀ ਗੱਲ ਤੇ ਭਾਵੇਂ ਖੇਡ ਮੈਦਾਨ ਵਿੱਚ ਬਿੰਦਰ ਹੋਰਾਂ ਦੀ ਗੱਲ ਕਰੀਏ ਤੇ ਬਹੁਤ ਹੀ ਤਕੜਾ ਲੱਗਾ ਹੋਇਆ ਜਾਪਾ। ਉਧਰਲੇ ਬੰਨੇ ਢੱਲੇ ਕੇ ਪਿੰਡ ਬਾਅਦ ਚਰਨਾ, ਲੋਕੀ ਖਾਲੀ ਦੇ ਨਾਮ ਨਾਲ ਜਾਣਦੇ ਇਸ ਖਿਡਾਰੀ ਨੂੰ, ਉਹ ਵੀ ਵੀਰ ਵਿਸ਼ੇ ਤੌਰ ਤੇ ਪੁੱਜ ਗਿਆ। ਪਰ ਬਲਕਰ ਵੇਟ ਦਬਾਅ ਵਿੱਚ ਰੁਕਣਾ ਪੈਣਾ ਨੌਜਵਾਨਾਂ, ਉੱਥੇ ਚਲੇ ਜਾਓ, ਬੇਨਤੀ ਹੈ। ਨਾਲ ਉਧਰਲੇ ਬੰਨੇ ਵਕੀਲਾਂ ਵਾਲੇ ਦੀ ਧਰਤੀ ਦਾ ਸੁਖਾ, ਉਹ ਵੀ ਕਬੱਡੀ ਦਾ ਸੁਪਰ ਸਟਾਰ ਖਿਡਾਰੀ ਹੈ, ਖੇਡ ਮੈਦਾਨ ਦੇ ਵਿੱਚ ਪੁੱਜਿਆ ਹੋਇਆ। ਉਧਰਲੇ ਬੰਨੇ ਨੌਜਵਾਨ ਗੱਭਰੂ ਕਹਿੰਦੇ ਵੀ ਸਿੱਖ ਸਰਦਾਰ ਗੱਭਰੂ ਲੱਗਣ ਦੀ ਕੋਸ਼ਿਸ਼ ਕਰਦਾ। ਹੋਸਰ ਧੀਰ ਦੀ ਜਿਹੜੀ ਟੀਮ ਦੱਸੇ ਮੇਰੇ ਵੀਰ, ਚਰਨੇ ਯਾਰ ਬੇਨਤੀ ਮੰਨ ਲਓ, ਸਾਡੀ ਮਜਬੂਰੀ ਆ ਸਮਝ ਲਓ, ਉੱਥੇ ਚਲੇ ਜਾਓ, ਵੇਟ ਕਮਾਦ ਵਿੱਚ ਚਲੇ ਜਾਓ। ਇੱਕ ਬੰਨੇ ਦੁਨੀਆ ਤਰਾਸ ਤਰਾਸ ਕਰਦੀ ਹੈ, ਸਾਰੇ ਕਹਿੰਦੇ ਵੀ ਜਿਹੜੇ ਧਾਵੀ ਬੜੇ ਕੰਨ ਭੰਨਦੇ ਇਸ ਖਿਡਾਰੀ ਤੋਂ, ਤੇ ਲੋਕੀ ਕਹਿੰਦੇ ਵੀ ਇਸ ਖਬਰੂ ਦੀ ਜਾਫ ਮੰਨਦੇ, ਤਕੜੇ ਤਕੜੇ ਧਾਵੀ ਉਦੋਂ ਕੰਨ ਭੰਨਦੇ। ਉਧਰਲੇ ਬੰਨੇ ਮੰਗਲ ਢਾਲੀ ਵੀ ਪੂਰੀ ਤਿਆਰੀ ਵਿੱਚ ਹੈ, ਕਿਉਂਕਿ ਹਜੇ ਪਹਿਲਾ ਰਾਊਂਡ ਹੈ ਕਬੱਡੀ ਦਾ, ਜਦੋਂ ਦੂਜੇ ਰਾਊਂਡ ਵਿੱਚ ਮੈਚ ਬਹੁਤ ਹੀ ਤਕੜੇ ਖੇਡ ਮੈਦਾਨ ਵਿੱਚ ਦੇਖਣ ਨੂੰ ਮਿਲਣੇ ਹੈ। ਔਰ ਖੋਸਾ ਰਣਧੀਰ ਦੀ ਜਿਹੜੀ ਟੀਮ ਹੈ ਉਹ ਗਰਾਊਂਡ ਦੇ ਵੱਲ ਆ ਜਾਵੇ,
ਕਰਕੇ ਵਾਧੂ ਜਗ੍ਹਾ ਪਈ ਆ ਗਰਾਊਂਡ ਤੋਂ ਬਾਹਰ। ਜੇ ਤੁਸੀਂ ਆਪਣੇ ਆਪ ਸਰੀਰ ਨੂੰ ਤਿਆਰ ਰੱਖਣਾ ਉਧਰਲੇ ਬੰਨੇ ਗਰਾਊਂਡ ਤੋਂ ਬਾਹਰ ਭੱਜ ਨਾ, ਆਪਣੇ ਟੀਮ ਨੂੰ ਤਿਆਰ ਸਰੀਰ ਨੂੰ ਤੁਸੀਂ ਤਿਆਰ ਰੱਖਣਾ। ਮੇਰੀ ਬੇਨਤੀ ਇਹਨਾਂ ਟੀਮਾਂ ਨੂੰ, ਖੋਸਾ ਰਣਦੀਪ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆਵੇ। ਹੈਲੋ ਸੋ ਸੇਵਾਦਾਰ, ਜਿਵੇਂ ਲੰਗਰ ਦੇ ਵਿੱਚ ਸੇਵਾਦਾਰਾਂ ਦੀ ਜਿਹੜੀ ਬਹੁਤ ਸਖ਼ਤ ਲੋੜ ਹੈ, ਸ਼ਹੀਦ ਊਧਮ ਸਿੰਘ ਬਹੁ ਸੋਨ ਬੇਨਤੀ ਹੈ ਕਿ ਉਹ ਲੰਗਰ ਦੇ ਵਿੱਚ ਚਲੇ ਜਾਣ ਜੀ। ਔਰ ਬੇਨਤੀ ਹੈ ਵੀ ਅਗਲੀ ਜਿਹੜੀ ਟੀਮ ਹੈ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ, ਕਿਉਂਕਿ ਉਸ ਟੀਮ ਦਾ ਅਸੀਂ ਇੰਤਜ਼ਾਰ ਕਰਦੇ ਹਾਂ। ਇੱਕ ਬੰਨੇ ਪੰਜਾਬ ਦੀ ਪੂਰੀ ਤਕੜੀ ਟੀਮ ਹੈ, ਦੂਸਰੇ ਬੰਨੇ ਨਵਾਂ ਨਵਾਂ ਪੈਰ ਜਿਹੜਾ ਕਬੱਡੀ ਓਪਨ ਵਿੱਚ ਖਿਡਾਰੀਆਂ ਨੇ ਰੱਖਿਆ। ਜਦੋਂ ਮੈਚ ਦੀਆਂ ਦੋਵੇਂ ਟੀਮਾਂ ਬਰੋਬਰ ਦੀਆਂ ਖੁੱਲ ਗਈਆਂ, ਸਾਡੇ ਵਿੱਚ ਸਾਡੇ ਛੋਟੇ ਹੀ ਸਰਦਾਰ ਬੇਨ ਸਿੰਘ ਨੰਬਰਦਾਰ ਫਿਰੋਜ਼ਪੁਰ ਤੋਂ ਪਹੁੰਚੇ ਨੇ, ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ। ਖੋਸੇ ਰਣਧੀਰ ਦੀ ਟੀਮ ਦੱਸੋ ਜੀ। ਖੋਸਾ ਰਣਧੀਰ ਪਹਿਲਾ ਜਿਹੜਾ ਰਾਊਂਡ ਹੈ ਟੀਮਾਂ ਨੂੰ ਬੁਲਾਉਂਦੇ ਆ ਲੰਘ ਜਾਣਾ। ਖੋਸੇ ਰਣਧੀਰ ਦੀ ਟੀਮ ਨੂੰ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ ਵੀ ਉਹ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਛਾਵਾਲਾ ਤੇ ਡਗਰੂ ਦੀ ਟੀਮ ਜੀ, ਉਧਰਲੇ ਬੰਨੇ ਮੰਗਲ ਘਾਲੀ ਹੈ, ਜਿਹਨਾਂ ਨੇ ਬਦਾਮ ਖਾਦੇ ਮੰਗਲਾ ਉਹਨਾਂ ਨੇ ਹੀ ਗੋਡੀਆਂ ਲਵਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਖੋਸੇ ਰਣਧੀਰ ਟੀਮ ਹੱਥ ਖੜਾ ਕਰ ਦੇਵੇ, ਵਾਰ ਵਾਰ ਮੇਰੀ ਬੇਨਤੀ ਹੈ ਖੋਸੇ ਰਣਧੀਰ ਦੀ ਟੀਮ ਗਰਾਊਂਡ ਦੇ ਵੱਲ ਪੁੱਜ ਜਾਵੇ, ਕਿਉਂਕਿ ਇਸ ਤੋਂ ਬਾਅਦ ਵਿੱਚ ਮੈਚ ਜਿਹੜਾ ਖੋਸੇ ਰਣਧੀਰ ਤੇ ਰੱਜੀਵਾਲ ਦੀ ਟੀਮ ਦੇ ਦਰਮਿਆਨ ਹੋਣਾ। ਛਾਵਾਲਾ ਤੇ ਸ੍ਰੀ ਗੁਰੂ ਹਰਰਾਇ ਕਬੱਡੀ ਕਲੱਬ ਡਗਰੂ ਦੇ ਨਾਲ ਮੈਂ ਬੇਨਤੀ ਕਰਦਾ, ਮਨਸੂਰਵਾਲ ਤੇ ਕੱਲਾ ਡਗਰੂ ਔਰ ਭੜਾਣਾ ਤੇ ਤਲਵੰਡੀ ਭਾਈ। ਹੈਲੋ ਸਾਡਾ ਵੀ ਮਨਦੀਪ ਕਾਲੀ ਵਾਲਾ ਵੀ ਕਮੈਂਟੇਟਰ ਸਾਡੇ ਕੋਲ ਪਹੁੰਚਿਆ, ਸੋ ਬਹੁਤ ਬਹੁਤ ਜੀ ਆਇਆਂ ਨੂੰ ਜੀ। ਟੂਰਨਾਮੈਂਟ ਕਮੇਟੀ ਦੇ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ। ਖੋਸਾ ਰਣਧੀਰ ਦੀ ਟੀਮ ਦੱਸ ਦੇਵੇ ਕਿਰਪਾ ਕਰਕੇ, ਕਿਉਂਕਿ ਮੈਚ ਸਮਾਪਤੀ ਵੱਲ ਵੱਧ ਚੱਲਿਆ। ਖੋਸੇ ਰਣਧੀਰ ਦੀ ਟੀਮ ਅਜੇ ਤੱਕ ਕਿਤੇ ਵੀ ਪਲੇਅਰ ਕੋਈ ਨਜ਼ਰ ਹੀ ਨਹੀਂ ਪੈਂਦਾ, ਤੇ ਨਾਲ ਹੀ ਛਾਵਾਲਾ ਤੇ ਡਗਰੂ ਜੀ, ਛਾਵਾਲਾ ਤੇ ਡਗਰੂ ਬੀ ਦੀ ਟੀਮ ਆਵੇ ਗਰਾਊਂਡ ਦੇ ਵਿੱਚ। ਔਰ ਉਸ ਤੋਂ ਬਾਅਦ ਇੱਕ ਬੰਨੇ ਕਾਣ ਹੈ ਗਬਰੂ ਮੰਗਲ ਕਬੱਡੀ ਵੀ ਪਾਉਂਦਾ ਤੇ ਜਲਸੇ ਵੀ ਲਾਉਂਦਾ, ਪਰ ਅਗਲੇ ਮੈਚਾਂ ਦੇ ਵਿੱਚ ਦੇਖਾਂਗੇ ਵੀ ਦਰਸ਼ਕ ਵੀਰੋ ਮੈਚ ਬਹੁਤ ਹੀ ਤਕੜੇ ਹੋ ਜਾਣੇ ਆ। ਖੋਸਾ ਰਣਧੀਰ ਦੀ ਟੀਮ ਵਾਰ ਵਾਰ ਬੇਨਤੀ, ਵਾਰ ਵਾਰ ਬੇਨਤੀ ਜਿਹੜੀ ਖੋਸਾ ਰਣਧੀਰ ਦੀ ਟੀਮ ਹੈ, ਔਰ ਖੇਡ ਮੈਦਾਨ ਵਿੱਚ ਦੇਖਾਂਗੇ ਵੀ ਉਸ ਟੀਮ ਨਾਲ ਮੈਚ ਜਿਹੜਾ ਹੋਣਾ ਰੱਜੀਵਾਲ ਦੀ ਟੀਮ ਦਾ, ਜਲਦੀ ਨਾਲ ਟੀਮਾਂ ਖੇਡ ਮੈਦਾਨ ਦੇ ਵੱਲ ਪੁੱਜਣ। ਲਓ ਜੀ ਮੈਚ ਸਮਾਪਤ ਹੈ ਕੁਲਦੀਪ, ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਕੱਲ ਵੀ ਆ ਜੀ, ਆਓ ਜੀ ਰੱਜੀਵਾਲਾ ਦੇ ਖੋਸਾ ਰਣਧੀਰ, ਰੱਜੀਵਾਲਾ ਦੇ ਖੋਸਾ ਰਣਧੀਰ ਜੀ। ਖੋਸਾ ਰਣਧੀਰ ਦੀ ਟੀਮ ਦੱਸੇ ਮੇਰੇ ਵੀਰ। ਉਸ ਤੋਂ ਬਾਅਦ ਸ੍ਰੀ ਗੁਰੂ ਹਰਰਾਇ ਕਬੱਡੀ ਕਲੱਬ ਡਗਰੂ ਦੀ ਟੀਮ ਜੀ, ਉਹਦਾ ਮੈਚ ਛਾਵਾਲ ਦੀ ਟੀਮ ਦੇ ਨਾਲ ਹੈ। ਖੋਸਾ ਰਣਧੀਰ ਹੱਥ ਖੜਾ ਕਰੇ ਜੀ, ਖੋਸਾ ਰਣਧੀਰ। ਖੋਸਾ ਰਣਧੀਰ ਦੀ ਟੀਮ ਜੀ ਔਰ ਮੇਰੀ
ਬੇਨਤੀ ਆ ਵੀ ਸ਼ਾਮਲਾ ਦੇ ਡਗਰੂ ਦੀ ਟੀਮ ਆਵੇ ਗਰਾਊਂਡ ਦੇ ਵਿੱਚ, ਖੁਸ਼ ਸਰਦੀਪ ਦੀ ਪਲੇਅਰ ਟੀਮ ਸਾਨੂੰ ਦੱਸ ਦੇ ਵੀ ਖੇਡਣਾ ਕਿ ਨਹੀਂ ਖੇਡਣਾ। ਹੱਥ ਬੰਨ ਕੇ ਬੇਨਤੀ ਯਾਰ, ਇੱਕ ਟੀਮ ਆਉਂਦੀ ਆਉਂਦੀ ਨਹੀਂ, ਬੜੀ ਪ੍ਰੋਬਲਮ ਆ ਰਹੀ ਹੈ। ਲਓ ਜੀ ਖੋਸੇ ਰਸੀਦ ਦੀ ਟੀਮ ਨੂੰ ਲਾਸਟ ਬੇਨਤੀ, ਵਾਕਫੁਰ ਦੇਣ ਲੱਗੇ ਆ ਰਜੀਵਾਲ ਦੀ ਟੀਮ ਨੂੰ। ਖੋਸੇ ਦੀ ਟੀਮ ਆਈ ਹੈ ਜੀ, ਇਹ ਤਾਂ ਡਗਰੂ ਦੀ ਲੱਗਦੀ ਹੈ ਜੀ। ਖੋਸਾ ਦੀ ਟੀਮ ਹੈ ਜੀ, ਜਿਹੜਾ ਇੰਟਰ ਸ਼ਾਹ ਵਾਲਾ ਪੁੱਜ ਗਿਆ ਜੀ, ਸ਼ਾਹ ਵਾਲਾ ਆ ਵਾਕਫੁਰ ਦੇ ਲਿਖ ਲਓ ਜੀ, ਜੇਤੂ ਹੈ ਰਜੀ ਵਾਲਾ, ਚਰਨੇ ਚਲੇ ਜਾਓ। ਆਓ ਜੀ ਜਲਦੀ ਨਾਲ ਡਗਰੂ ਦੀ ਟੀਮ ਨਿੱਕੇ ਵਾਕਫੁਰ ਬਾਈ ਚਲੇ ਜਾਓ, ਸ਼ਾਹ ਵਾਲੀ ਆ ਜਾਓ ਜਲਦੀ ਲਿਖੀ ਚਲੋ ਜੀ। ਕੱਲ ਵੀ ਜੇਤੂ ਹੈ ਨਾ ਰੱਜੀ ਵਾਲਾ ਜੇਤੂ ਹੈ। ਹੁਣ ਅਸੀਂ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਕਰਨਾ, ਇੱਕ ਪਿੰਡ ਹੈ ਤਿੰਨ ਤਿੰਨ ਟੀਮਾਂ ਲਿਖਾਈਆਂ ਹੋਈਆਂ, ਪਤਾ ਨੀ ਕੀ ਗੱਲ ਹੈ। ਡਗਰੂ ਦੀ ਟੀਮ ਆਓ ਜੀ, ਸ਼ਾਹ ਵਾਲਾ ਪਹੁੰਚ ਗਿਆ, ਸਾਹਿਬ ਸਿੰਘੂ ਹਰ ਰਾਜ ਸਾਹਿਬ ਕਬੱਡੀ ਕਲੱਬ ਡਗਰੂ ਹੱਥ ਖੜਾ ਕਰ ਦੇਵੇ, ਟੀਮ ਕਿਤੇ ਆਉਂਦੀ ਹੈ ਜਾਂ ਤਿਆਰ ਹੁੰਦੀ ਹੈ। ਨਾਲ ਹੀ ਮਨਸੂਰ ਵਾਲ ਤੇ ਕੱਲਾ ਡਗਰੂ ਜੀ, ਤਲਵੰਡੀ ਪਾਈ ਤੇ ਪੜਾਣਾ ਜੀ, ਅਗਲੀਆਂ ਟਾਂਜਾਂ ਕੱਢ ਦਿਓ ਬਾਸ਼ੁਰ ਜੀ। ਡਗਰੂ ਦੀ ਟੀਮ ਨੂੰ ਲਾਸਟ ਬੇਨਤੀ, ਹੱਥ ਖੜਾ ਕਰਦੇ ਨੇ ਮੇਰੇ ਵੀਰ ਉਧਰਲੇ ਬੰਨੇ, ਕੈਲਾ ਫਿਰੋਜ਼ਪੁਰੀ ਆ, ਆਪਣੇ ਕੰਨਾਂ ਨਾਲ ਬੁਲਟ ਮੋਟਰਸਾਈਕਲ ਖਿੱਚਦਾ ਹੋਇਆ, ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਕਬੱਡੀ ਕਲੱਬ ਡਗਰੂ ਜੀ, ਟੀਮ ਹੱਥ ਖੜਾ ਕਰਦੇ, ਛਾ ਵਾਲੀ ਜਾਓ ਯਾਰ, ਤੁਹਾਨੂੰ ਵੀ ਵਾਕੂਰ ਹੈ, ਆ ਲਿਖ ਲਓ ਜੀ। ਜਿੱਦਾਂ ਦੇ ਫਿਰ ਟੀਮਾਂ ਨੂੰ ਮੇਰੀ ਬੇਨਤੀ ਯਾਰ, ਵਾਰ ਵਾਰ ਤੁਸੀਂ ਇੱਦਾਂ ਨਾ ਕਰਾਓ ਸਾਡੇ ਤੋਂ, ਸਾਡੀ ਵੀ ਕੋਈ ਮਜਬੂਰੀ ਹੈ। ਡਗਰੂ ਦੀ ਟੀਮ ਹਜੇ ਵੀ ਕਿਤੇ ਆਉਂਦੀ, ਹੱਥ ਖੜਾ ਕਰ ਦਿਓ ਜੀ, ਆਉਂਦੇ ਹੋ ਜਲਦੀ ਆ ਜਾਓ, ਕਿਰਪਾ ਕਰਕੇ ਬਹੁਤ ਮਿਹਰਬਾਨੀ। ਵੇਖੋ ਘੱਟੋ ਘੱਟ ਸਾਰੀ ਮੈਂ ਲਿਸਟ 20 ਮਿੰਟ 25 ਪਹਿਲਾਂ ਹੋ ਗਈ ਵੀ ਬੋਲੀ ਹੈ, ਤੇ ਜਾਣ ਬੁੱਝ ਕੇ ਤੁਸੀਂ ਟੀਮਾਂ ਇੱਦਾਂ ਖਰਾਬ ਨਾ ਕਰੋ। ਤੇ ਆਓ ਜੀ ਸ਼ਾਹ ਵਾਲਾ ਤੇ ਡਗਰੂ, ਕੋਈ ਬਾਹਲੀ ਦੂਰੀ ਨਹੀਂ ਡਗਰੂ ਵਾਲਿਓ, ਜੋ ਮੈਂ ਬੋਲਦਾ ਤੁਹਾਨੂੰ ਭੈੜਾ ਬਹੁਤ ਲੱਗਦਾ ਹੋਊਗਾ ਵੀ ਸਾਨੂੰ ਆਉਣ ਨੂੰ ਕਹਿੰਦਾ, ਆਉਣਾ ਪੈਣਾ ਹੀ ਹੈ, ਖੰਡੇ ਦੀ ਧਾਰ ਤੇ ਨੱਚਣਾ ਹੀ ਪੈਣਾ, ਫੇਰ ਹੀ ਕਬੱਡੀ ਜਿੱਤੀ ਜਾਣੀ ਹੈ। ਮੇਰੀ ਬੇਨਤੀ ਹੈ ਵੀ ਕੋਈ ਵੀ ਟੀਮ ਜਿਹੜੀ ਦਿੱਤੇ ਹੋਏ ਸਮੇਂ ਤੋਂ ਲੇਟ ਨਾ ਹੋਇਆ ਕਰੋ, ਸਾਡੀਆਂ ਵੀ ਕੁਝ ਮਜਬੂਰੀਆਂ, ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ, ਸਾਨੂੰ ਨਿਭਾਉਣ ਦਿਓ। ਤੇ ਦੋਵੇਂ ਟੀਮਾਂ ਸਿੱਟ ਲਾਓ, ਟੀ ਸ਼ਰਟਾਂ ਉੱਥੇ ਉਤਾਰੋ, ਡਗਰੂ ਵਾਲੇ ਉੱਥੇ ਉਤਾਰੋ ਟੀ ਸ਼ਰਟਾਂ, ਮੇਰੀ ਬੇਨਤੀ ਹੈ ਵੀ ਵੇਟ ਕਲਾਸ ਦੇ ਵਿੱਚ ਜਲਦੀ ਨਾ ਆਜੋ ਜੀ। ਗਿਆਨੀ ਆ ਤਾਂ ਮੁੰਡਾ ਸਲੀਣੀ ਦਾ ਲੱਗਦਾ ਮੈਨੂੰ, ਕਲੀ ਪਾ ਦਿਓ ਜੀ ਲੈਣਾ ਉੱਪਰ, ਛਾ ਵਾਲੀ ਉਹ ਪਾਸਾ ਮੰਨ ਲਓ, ਧਰਤੀ ਤੱਕਾ ਲੱਗ ਕਿਹੜੇ ਪਾਸੇ ਲੱਗਣਾ, ਕੌਡੀ ਪਾਉਣੀ ਕਿ ਜੱਫਾ ਲਾਉਣਾ, ਆ ਜਾ ਫਿਰ ਇੱਧਰ ਹੋ ਸਾਹਮਣੇ, ਭੋਲੇ ਦੌੜ ਕੇ ਆ ਜਾਓ ਯਾਰ ਬਾਈ ਜਲਦੀ ਨਾਲ। ਔਰ ਮਨਸੂਰਵਾਲ ਤੇ ਡਗਰੂ ਜੀ, ਇਸ ਤੋਂ ਬਾਅਦ ਕੱਲੇ ਡਗਰੂ ਤੇ ਮਨਸੂਰਵਾਲ ਜੀ, ਤਲਵੰਡੀ ਪਾਈ ਤੇ ਪੜਾਣਾ ਜੀ, ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵੱਲ ਪੁੱਜਣਗੀਆਂ, ਕੋਈ ਵੀ ਟੀਮ ਜਿਹੜੀ ਲੇਟ ਨਾ ਹੋਵੇ, ਡਗਰੂ ਵਾਲੇ ਭੱਜ ਕੇ ਆ ਜਾਓ ਬਾਈ ਬਣ ਕੇ। ਹੈਲੋ ਹੈਲੋ ਬਾਈ ਬੂਟਿਆ, ਕਿਹੜੀ ਟੀਮ ਆ ਗਈ ਆ ਵੀਰੇ? ਹੁਣ ਡਗਰੂ ਦੀਆਂ ਦੋ ਟੀਮਾਂ ਦੱਸੋ, ਬੱਬੂ ਕਿਹੜੀ ਜਾਇਆ ਤੂੰ, ਕੱਲੀ ਡਗਰੂ ਜਸੇ ਸਾਹਿਬ ਸ੍ਰੀ ਗੁਰੂ ਹਰਰਾਜ ਸਾਹਿਬ ਕਬੱਡੀ ਕਲੱਬ, ਆ ਵੀ ਬੁੱਟਰ ਪਿੰਡ ਵਾਲਿਆ, ਹੁਣ ਸੈੱਟ ਲਾ ਲਓ, ਮੇਰੀ ਬੇਨਤੀ ਹੈ ਜਸੇ ਰਾਜੂ ਜਲਦੀ ਨਾ ਯਾਰ, ਜੇ ਤੁਹਾਨੂੰ ਆਵਾਜ਼ ਨਹੀਂ ਸੁਣਦੀ ਦੱਸੋ, ਅਸੀਂ ਕਦਾ ਹਾਰਨਾ ਪਿੱਛੇ ਨੂੰ ਬਣਾ ਦਿੰਦੇ, ਜਿੱਥੇ ਤੂੰ ਜਿਹੜੀਆਂ ਤੁਸੀਂ ਮੋਟਰਾਂ ਤੇ ਖੜੇ ਆ ਜਾਂ ਤੁਸੀਂ ਸੜਕਾਂ ਤੇ ਖੜੇ ਆ ਦੱਸ ਦਿਓ, ਅਸੀਂ ਗੱਬਰਸਾਨ ਕੋਲੇ ਹਾਰਨ ਬਹੁਤ ਪਏ ਆ, ਜੇ ਪਿੱਛੇ ਆਵਾਜ਼ ਨਹੀਂ ਜਾਂਦੀ ਤੇ ਕਦੇ ਹਾਰਨ ਦਾ ਮੂੰਹ ਅਸੀਂ ਪਿੱਛੇ ਕਰਾ ਦਿੰਦੇ ਹਾਂ, ਔਰ ਕਿਰਪਾ ਕਰਕੇ ਤੁਸੀਂ ਸਾਡਾ ਸਾਥ ਦੇਣਾ ਜਿਵੇਂ ਜਿਵੇਂ ਤੁਹਾਨੂੰ ਅਸੀਂ ਬੁਲਾਉਂਦੇ ਹਾਂ, ਉਸੇ ਤਰ੍ਹਾਂ ਤੁਸੀਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣੀਆਂ। ਸਿੱਟ ਲਾ ਲਓ ਮੇਰੇ ਵੀਰ ਜਲਦੀ ਨਾਲ,
ਪਹਿਲੇ ਰਾਉਂਡ 'ਚ ਮਾਸਟਰ ਜੀ ਏਦਾਂ ਹੀ ਹੋਣਾ, ਆ ਜਿਵੇਂ ਹੋਈ ਜਾਂਦਾ ਤੁਸੀਂ ਵੇਖੀ ਜਾਂਦੇ ਹੋ, ਐਂ ਆਉਣਾ ਇੱਕ ਤਕੜੀ ਇੱਕ ਮਾੜੀ। ਅਗਲੇ ਮੈਚ ਵਿੱਚ ਦਰਸ਼ਕ ਨੂੰ ਆਸ ਹੈ ਵੀ ਮੈਚ ਤਕੜੇ ਹੋਣਗੇ, ਕਿਉਂਕਿ ਟੀਮਾਂ ਭਾਵੇਂ ਵਨ ਸਾਈਡ ਮੈਚ ਪਹਿਲਾਂ ਹੋਇਆ, ਦੂਸਰਾ ਵੀ ਆਸ ਹੈ ਵੀ ਇਹ ਵੀ ਇੱਕ ਟੀਮ ਤਕੜੀ ਇੱਕ ਮਾੜੀ ਹੈ। ਅਗਲੇ ਰਾਉਂਡ ਦੇ ਵਿੱਚ ਜਿਹੜਾ ਮੈਚ ਪੂਰੇ ਤਕੜੇ ਹੋਣਗੇ, ਆ ਵੀ ਪੁੱਤਰਾਂ ਵਾਲਿਆ ਪਾ ਪਹਿਲੀ ਕਬੱਡੀ ਨਾ ਹੋ ਜਾਂਦਾ, ਆ ਜਾਂ ਗਿਆਨੀ ਨੇ ਪਾਉਣੀ ਹੈ। ਚੱਲ ਵੀ ਗਿਆਨੀ ਖਿੱਚ ਤਿਆਰੀ, ਸਿੱਟ ਲਾ ਲਓ ਭੋਲੇ ਜਲਦੀ। ਰਾਜੂ ਪਾਸਾ ਵੱਲੋਂ ਬੇਨਤੀ ਹੈ ਅਗਲੀਆਂ ਜਿਹੜੀਆਂ ਟੀਮਾਂ ਕੱਲੇ ਡਗਰੂ ਤੇ ਮਨਸੂਰ ਵਾਲ, ਇਹ ਵੀ ਹੁਣ ਮੈਨੂੰ ਡਗਰੂ ਵਾਲੇ ਦੱਸ ਦਿਓ ਵੀ ਦੂਜੀ ਟੀਮ ਨੇ ਆਉਣਾ ਜਾਂ ਨਹੀਂ ਆਉਣਾ। ਇੱਥੇ ਖੜੇ ਹੋ, ਆਏ ਹੋ, ਬਹਿ ਜਾਓ ਥੱਲੇ, ਆਹ ਵੇਟ ਕਮਾਲ ਤੁਸੀਂ ਚਲੇ ਜਾਓ, ਕਿਰਪਾ ਕਰਕੇ ਉੱਥੇ ਚਲੇ ਜਾਓ। ਇੱਧਰ ਆ ਜੀ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ ਕਬੱਡੀ ਕਲੱਬ ਡਗਰੂ ਦੀ ਟੀਮ, ਤੇ ਇੱਧਰਲੇ ਬੰਨੇ ਸ਼ਾਹ ਵਾਲੇ ਦੀ ਟੀਮ ਹੈ ਪਹਿਲੀ ਕਬੱਡੀ। ਗਿਆਨੀ ਅੱਥਰੀ ਜਵਾਨੀ, ਟੁੱਟੀ ਮੰਜੀ ਵਾਣ ਪੁਰਾਣਾ, ਵਿੱਚ ਦੀ ਵੀਂਦੇ ਤਾਰੇ, ਵਸਣਾ ਗਿਆਨੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ। ਮੈਨੂੰ ਯਾਦ ਆ ਵੀ ਆਹ ਮੁੰਡਾ ਅਸਲੀ ਨੇ ਇਹਦਾ, ਸ਼ਾਹ ਵਾਲੇ ਦਾ ਨਹੀਂ। ਅੱਜ ਕਬੱਡੀ ਦੇ ਵਿੱਚ ਤਿੰਨ ਪਲੇਅਰ ਜਿਹੜੇ ਬਾਹਰ ਦੇ ਖੇਡਦੇ ਆ, ਹਰ ਸ਼ਾਹ ਵਾਲਾ ਜੀਰੇ ਦੇ ਲਾਗੇ ਪਿੰਡ ਹੈ, ਹਰ ਕਹਿੰਦੇ ਵੀ ਆ ਜਿਹੜੀ ਟੀਮ ਗਰਾਊਂਡ ਦੇ ਵਿੱਚ ਆਉਂਦੀ ਪਿੱਛੇ ਚਲੇ ਜਾਓ ਸਾਹਮਣੇ ਵੇਟ ਕਮਾਦ ਵਿੱਚ। ਮੇਰੀ ਬੇਨਤੀ ਹੈ ਜਿਹੜੀਆਂ ਟੀਮਾਂ ਪੁੱਜੀਆਂ ਸਾਰੀਆਂ ਵੇਟ ਕਮਾਦ ਵਿੱਚ ਚਲੇ ਜਾਣ। ਸੁੱਖਾ ਬੁੱਟਰ ਪਿੰਡ ਹੈ ਇਸ ਖਿਡਾਰੀ ਦਾ, ਬੇਨਤੀ ਆ ਵੀ ਪਿੱਛੇ ਜਿਹੜੇ ਪਲੇਅਰ ਵੇਟ ਕਮਾਸ ਵਿਹਲਾ ਕਰ ਦਿਓ ਯਾਰ, ਅੱਜ ਇੱਥੇ ਵੀਰ ਜੀ ਤੁਸੀਂ ਖੜੇ ਹੋ, ਇਹਨੂੰ ਵਿਹਲਾ ਕਰ ਦਿਓ ਤੇ ਪਲੇਅਰ ਜਿਹੜੇ ਚਲੇ ਜਾਣ ਪਿੱਛੇ। ਆ ਗੱਭਰੂ ਕਹਿੰਦੇ ਵੀ ਮਾਝੇ ਦੀ ਧਰਤੀ ਦਾ ਰਾਣੀ ਵਾਲਾ ਪਿੰਡ ਹੈ ਇਸ ਖਿਡਾਰੀ ਦਾ, ਲੋਕੀ ਗੁਰਸੇਵ ਸਿੰਘ ਤੋਤਾ ਆਖਦੇ ਹੈ। ਜਿਸ ਪਿੰਡ ਦਾ ਕਹਿੰਦੇ ਵੀ ਚੋਲੇ ਵਾਲਾ ਸੁਖਮਣ, ਤੇ ਸੁਖਮਣ ਦੇ ਪਿੰਡ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਿਆ, ਕਹਿੰਦੇ ਵੀ ਰਾਣੀ ਵਾਲਾ, ਕਹਿੰਦੇ ਵੀ ਦਰਿਆ ਕੰਢੇ ਪਿੰਡ ਹੈ ਇਸ ਖਿਡਾਰੀ ਦਾ। ਉਧਰਲੇ ਬੰਨੇ ਦਾਦਰ ਪਿੰਡ ਵਾਲੇ ਗੁੱਗੂ ਦੀ ਭਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਤੱਕੀਏ, ਨੌਜਵਾਨ ਗੱਭਰੂ ਭਰਮੇ ਜੁੱਸੇ ਵਿੱਚ ਕਬੱਡੀ ਪਾ ਰਿਹਾ, ਤੇ ਸ਼ਾਹ ਵਾਲੇ ਦੇ 4 ਜਿਹੜੇ ਜਾਫੀ ਹੈ, ਗੱਭਰੂ ਪੂਰੇ ਤਿਆਰ ਬਰ ਤਿਆਰ ਹੈ। ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ, ਕਿ ਤਕੜਾ ਨਹੀਂ ਕੋਈ ਸਿੱਧਾ ਜੰਮ ਸਕਦਾ, ਰਾਤੋ ਰਾਤ ਜਿਹੜਾ ਬਨ ਨੂੰ ਫਿਰੇ ਸਟਾਰ, ਚੱਲ ਵੀ ਧਰਤੀ ਤੱਕਾ ਪਾ ਕਬੱਡੀ, ਪਾਓ ਨੌਜਵਾਨਾਂ ਕਬੱਡੀ। ਖੇਡ ਮੈਦਾਨ ਵਿੱਚ ਦੇਖਦੇ ਹੈ ਧਰਤੀ ਤੱਕ, ਹੁਣੇ ਹੁਣੇ ਕਬੱਡੀ ਵਿੱਚ ਪੈਰ ਰੱਖਿਆ, ਪਾਓ ਨੌਜਵਾਨਾਂ। ਖੇਡ ਮੈਦਾਨ ਵਿੱਚ ਦੇਖਦੇ ਉਹਦੇ ਬੰਨੇ ਡਗਰੂ ਵਾਲਾ, ਛੋਟਾ ਵੀਰ ਹੈ, ਜੇ ਭੱਜਦਾ ਤੇ ਡਗਰੂ ਵਾਲਿਆਂ ਹੌਸਲਾ ਪਾ ਜਾਣਾ, ਜੇ ਜਾਫਾ ਲੱਗ ਗਿਆ ਫਿਰ ਥੋੜਾ ਦਿਲ ਵੀ ਟੁੱਟਣਾ, ਤੇ ਪਰ ਕਹਿੰਦੇ ਵੀ ਕੁਠਣਾਈਆਂ ਦਾ ਸਾਹਮਣਾ ਕਰਕੇ ਕਬੱਡੀ ਦਾ ਸੁਪਰ ਸਟਾਰ ਬਣਿਆ ਜਾਂਦਾ। ਅਗਲੀਆਂ ਟੀਮਾਂ ਵੀ ਜਿਹੜੀਆਂ ਪੁੱਜ ਚੁੱਕੀਆਂ, ਆਪਾਂ ਮੈਚ ਦੇਖਾਂਗੇ ਮਨਸੂਰ ਤੇ ਡਗਰੂ ਦਾ, ਪੜਾਣਾ ਤੇ ਤਲਵੰਡੀ ਭਾਈ ਜੀ। ਮਾਸਟਰ ਜੀ ਅਗਲੀਆਂ ਤਾਜ਼ਾ ਕਰਕੇ ਲਿਸਟ ਦੇ ਦਿਓ, ਜੇ ਟੀਮਾਂ ਹੋਰ ਐਂਟਰ ਹੈ ਤਾਂ ਲਿਸਟ ਦੇ ਦਿਓ ਕਿਰਪਾ ਕਰਕੇ ਅਗਲੇ ਮੈਚਾਂ ਦੀ। ਸੋ ਜਿਹੜੀ ਅਗਲੀਆਂ ਤਾਈਆਂ ਕੱਢਣ ਲੱਗੇ, ਜਿਹੜੀਆਂ ਟੀਮਾਂ ਇਸ ਤੋਂ ਬਾਅਦ ਐਂਟਰ ਹੋਈਆਂ ਸੀ ਪਹਿਲੀਆਂ ਦਸਾਂ ਤੋਂ, ਉਹਨਾਂ ਦਾ ਕੋਈ ਪਲੇਅਰ ਸਾਡੇ ਕੋਲ ਆਉਣਾ ਚਾਹੁੰਦਾ ਤਾਂ ਸਰਦਾਰ ਦੇ ਵਿੱਚ, ਤੇ ਉਧਰਲੇ ਬੰਨੇ ਗੁਰਜੀਤ ਹੈ ਨੌਜਵਾਨ, ਕਹਿੰਦੇ ਵੀ ਇੱਕ ਧੋੜਾ ਪੱਟ ਤੋਤਾ ਵਾਲਾ ਤੇ ਇੱਕ ਨੌਜਵਾਨ ਗੱਭਰੂ, ਚੱਲ ਵੀ ਨੌਜਵਾਨਾ ਪਾ ਕਬੱਡੀ, ਕੋਈ ਗੱਲ ਨੀ ਹੌਲੀ ਹੌਲੀ ਕਹਿੰਦੇ ਵੀ ਖਿਡਾਰੀ ਬਣਦਾ ਪਹਿਲਾਂ ਕਬੱਡੀ, ਕਹਿੰਦੇ ਵਜਣੀ ਖੇਡੀ ਜਾਂਦੀ ਆ। ਫਿਰ ਉਧਰਲੇ ਬੰਨੇ ਇੱਕ ਭੋਲਾ ਤੂਤਾਂ ਵਾਲਾ, ਇੱਕ ਆਹ ਭੋਲਾ ਨੌਜਵਾਨ ਕਹਿੰਦੇ ਵੀ ਨਰਪੈਰ ਸਿੰਘ ਕਬੱਡੀ ਦਾ ਬਹੁਤ ਵਧੀਆ ਜਾਫੀ ਹੈ,
ਕਿਹੜੀ ਇਸ ਏਰੀਏ ਦੀ ਟੀਮ ਹੈ, ਉਧਰਲੇ ਬੰਨੇ ਜਲਸੇ ਦੇ ਵੱਡੇ ਮਾਨ ਸਨਮਾਨ ਹੋਣੇ ਹੈ, ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਣਾ ਮੇਰਾ ਵੀਰ ਕੱਲ ਵੀ ਬੁੱਟਰ ਪਿੰਡ ਵਾਲਿਆ ਤਾਕ ਵੱਡੀ ਨੌਜਵਾਨ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ ਹਰਜੀਤ ਕੇਂਦਵੀ ਫਰੈਂਡ ਕਬੱਡੀ ਕਲੱਬ ਪਰਤੋਂ ਹੀਰਾ ਸਿੰਘ ਲਈ ਪੰਜਾਬ ਦਾ ਸੁਪਰ ਸਟਾਰ ਖਿਡਾਰੀ ਇੱਕ ਸੁੱਖਾ ਭੰਡਾਣਾ ਵਾਲਾ ਆਏ ਹਾਏ ਕੰਧ ਟੱਪ ਕੇ ਬਣਾ ਲਏ ਗੋਡੇ ਦੁਰ ਫਿੱਟੇ ਮੁਯਾਰੀ ਦੇ ਉੱਠ ਵੀ ਨੌਜਵਾਨਾਂ ਤੇ ਮੈਚ ਸਮਾਪਤਾ ਜੀ ਮੈਨੂੰ ਲੱਗਦਾ ਵੀ ਡਗਰੂ ਦੇ ਪੈਂਟ ਸਾਢੇ ਤੇ ਸ਼ਾਹ ਵਾਲੇ ਨੇ ਖਾਤਾ ਨਹੀਂ ਖੋਲਿਆ ਆਓ ਜੀ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਕੋਈ ਗੱਲ ਨੀ ਹੌਲੀ ਹੌਲੀ ਅੱਜ ਨਾ ਬਣੇ ਤੇ ਯਾਰ ਕੱਲ ਨਾ ਬਣੇ ਦਾ ਪੇਜ ਸਿੱਖੇ ਬਿਨਾਂ ਗੱਲ ਨਾ ਬਣੇ ਸਿੱਖੋ ਦਾ ਪੇਜ ਖੇਡੋ ਕਬੱਡੀ ਔਰ ਅਗਲੀਆਂ ਜਿਹੜੀਆਂ ਟੀਮਾਂ ਬੇਨਤੀ ਆ ਵੀ ਗਰਾਊਂਡ ਵਿੱਚ ਪੁੱਜੀਆਂ ਹੋਈਆਂ ਡਗਰੂ ਦੀ ਟੀਮ ਜਿਹੜੀ ਇਸ ਮੈਚ ਦੀ ਜੇਤੂ ਟੀਮ ਹੈ 11.5 ਪੁਆਇੰਟ ਲੈ ਐ ਸ੍ਰੀ ਗੁਰੂ ਹਰਿਰਾਇ ਸਾਹਿਬ ਕਬੱਡੀ ਕਲੱਬ ਦੋਵੇਂ ਟੀਮਾਂ ਦੀ ਸੈਂਟਰ ਲੈਣ ਤੇ ਦੋਵੇਂ ਟੀਮਾਂ ਆ ਜਾਓ ਤੁਸੀਂ ਓਪਨ ਵਾਲੇ ਹੋ ਮੈਨੂੰ ਤਾਂ ਕੋਈ ਲੱਗਦਾ ਨਹੀਂ ਸੈੱਟ ਲਾ ਲਓ ਜੀ ਭਰਾ ਜੀ ਮਿਹਰਬਾਨੀ ਹੈ ਇੱਕ ਹੀ ਆ ਧੰਨਵਾਦ ਠੀਕ ਹੈ ਜੀ ਠੀਕ ਖੇਡੋ ਕੋਈ ਗੱਲ ਨਹੀਂ ਪਾਸਾ ਵੱਲੋਂ ਪੜਾਣਾ ਤੇ ਤਲਵੰਡੀ ਭਾਈ ਪਹੁੰਚੋ ਜੀ ਪੜਾਣਾ ਤੇ ਤਲਵੰਡੀ ਭਾਈ ਕਲੀ ਪਾ ਦਿਓ ਜੀ ਲੈਣਾ ਦੇ ਉੱਪਰ ਜਲਦੀ ਨਾਲ ਉਹ ਸੈੱਟ ਲਾ ਲਓ ਯਾਰ ਕੀ ਕੱਢਣਾ ਪਾਉਣਾ ਇਹਦੇ ਚੋਂ ਮੰਨ ਲਓ ਜੀ ਪਾਸਾ ਦੋਵੇਂ ਟੀਮਾਂ ਇੱਧਰ ਆ ਜੀ ਡਗਰੂ ਬੀ ਦੀ ਟੀਮ ਹੈ ਲਿਖ ਲਓ ਤੇ ਉਧਰਲੇ ਬੰਨੇ ਜਿਹੜੀ ਟੀਮ ਹੈ ਬਿਲਕੁਲ ਮਨਸੂਰ ਵਾਲ ਪੜਾਣਾ ਤੇ ਤਲਵੰਡੀ ਭਾਈ ਦਾ ਮੈਚ ਬਹੁਤ ਤਕੜਾ ਹੋਣਾ ਦੋਵੇਂ ਜਿਹੜੀਆਂ ਟੀਮਾਂ ਖੇਡ ਮੈਦਾਨ ਦੇ ਵੱਲ ਆਉਣ ਜੀ ਪੜਾਣਾ ਤੇ ਤਲਵੰਡੀ ਭਾਈ ਔਰ ਡਾਕਟਰ ਵੀਰ ਦੀ ਮਾਸਟਰ ਜੀ ਅਗਲੇ ਲਿਸਟ ਪਾਉਣ ਦੀ ਕਰ ਦਿਓ ਜੀ ਮੇਰੇ ਕੋਲੇ ਜਲਦੀ ਨਾਲ ਕਿਉਂਕਿ ਟੀਮਾਂ ਨੂੰ ਬੁਲਾਈਏ ਉਧਰਲੇ ਬੰਨੇ ਡਾਕਟਰ ਮੁਖਤਿਆਰ ਸਿੰਘ ਜੀ ਸਾਡੇ ਸੁਖਦੇਵ ਘਾਲੀ ਹੋਰੀ ਤੇ ਨਾਲ ਬਲਦੇਵ ਸਿੰਘ ਜੀ ਬਰਾੜ ਸਾਹਿਬ ਤੇ ਉਧਰਲੇ ਬੰਨੇ ਹਰਭਜਨ ਸਿੰਘ ਜੀ ਜੋ ਪ੍ਰਧਾਨ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਪਣੇ ਮਿੱਤਰਾਂ ਦੇ ਨਾਲ ਅਗਲੇ ਮੈਚਾਂ ਵਿੱਚ ਪ੍ਰਧਾਨ ਜੀ ਪੂਰਾ ਸਵਾਦ ਆਉਣਾ ਕਿਉਂਕਿ ਪੜਾਣਾ ਤੇ ਤਲਵੰਡੀ ਭਾਈ ਜ਼ਿਲ੍ਹੇ ਫਿਰੋਜ਼ਪੁਰ ਦੀਆਂ ਬਹੁਤ ਤਕੜੀਆਂ ਟੀਮਾਂ ਤੇ ਦੋਵੇਂ ਪੁੱਜਣਗੀਆਂ ਖੇਡ ਮੈਦਾਨ ਦੇ ਵਿੱਚ ਤਲਵੰਡੀ ਤੇ ਪੜਾਣਾ ਜੀ ਦੋਵੇਂ ਟੀਮਾਂ ਮੇਰੀ ਆਵਾਜ਼ ਨੂੰ ਸੁਣਦੀਆਂ ਖੇਡ ਮੈਦਾਨ ਦੇ ਵੱਲ ਪੁੱਜਿਆ ਤਲਵੰਡੀ ਭਾਈ ਵਰਸੇ ਪੜਾਣਾ ਜੀ ਇਹ ਟੀਮਾਂ ਉਸ ਤੋਂ ਬਾਅਦ ਅਗਲੀ ਜਿਹੜੀ ਲਿਸਟ ਹੈ ਉਹ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਅਗਲੀਆਂ ਟੀਮਾਂ ਨੂੰ ਵੀ ਦੱਸੀਏ ਵੀ ਕਿਹਨਾਂ ਦਾ ਮੈਚ ਕਿਸ ਟੀਮ ਦੇ ਨਾਲ ਹੋਣਾ ਤਲਵੰਡੀ ਭਾਈ ਤੇ ਪੜਾਣਾ ਜੀ ਦੋਵੇਂ ਟੀਮਾਂ ਖੇਡ ਮੈਦਾਨ ਦੇ ਵੱਲ ਜਲਦੀ ਨਾ ਪੁੱਜਿਆ ਬੇਨਤੀ ਹੈ ਜੀ ਗੱਬਰ ਸਾਹਿਬ ਇੱਕ ਹਾਰਨ ਇੱਧਰ ਨੂੰ ਬੰਨ ਦਿਓ ਪਿਛਲੀ ਸਾਈਡ ਜਾਂ ਮੂੰਹ ਘੁਮਾ ਦਿਓ ਹਾਰਨ ਦਾ ਇੱਕ ਦਾ ਤਾਂ ਕਿ ਜਿਹੜੀਆਂ ਟੀਮਾਂ ਬੈਕ ਸਾਈਡ ਇੱਧਰਲੇ ਬੰਨੇ ਲੱਗੀਆਂ ਜਿਹੜਾ ਸੜਕ ਹੈ ਜੀ ਡੀ ਰੋਡ ਚੜ੍ਹਦੀ ਹੈ ਮੋਗੇ ਵਾਲੇ ਦੇ ਉਧਰਲੀ ਸਾਈਡ ਕਰ ਦਿਓ ਜੀ ਮੂੰਹ ਬੇਨਤੀ ਹੈ ਤਾਂ ਕਿ ਜਿਹੜੇ ਖਿਡਾਰੀ ਦਿੱਕਤ ਨਾ ਆਵੇ ਕਿਸੇ ਨੂੰ ਸਾਡੀ ਤਰਫੋਂ ਔਰ ਮੇਰੀ ਬੇਨਤੀ ਹੈ ਵੀ ਪੜਾਣੇ ਦੀ ਟੀਮ ਤੇ ਤਲਵੰਡੀ ਦੀ ਟੀਮ ਜਿਹੜੀ ਇੱਧਰਲੇ ਬੰਨੇ ਗੱਡੀ ਗਈ ਹੈ ਤਲਵੰਡੀ ਭਾਈ ਦੀ ਪਿੰਡ ਵਾਲੀ ਸਾਈਡ ਉੱਥੋਂ ਤੱਕ ਜਿਹੜੀ ਸਾਡੀ ਆਵਾਜ਼ ਪਹੁੰਚਦੀ ਹੈ ਭਾਈ ਤੇ ਪੜਾਣਾ ਦੀ ਦੋਵੇਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ
ਤੇ ਨਾਲ ਹੀ ਅਗਲੀ ਲਿਸਟ ਮਾਸਟਰ ਜੀ ਪਾਉਣ ਦੀ ਕਰ ਦਿਓ। ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਤਾਂ ਕਿ ਜਿਹੜੀਆਂ ਟੀਮਾਂ ਖੇਡ ਮੈਦਾਨ ਦੇ ਵੱਲ ਪੁੱਜਣ। ਤਲਵੰਡੀ ਭਾਈ ਤੇ ਭਰਾਣਾ ਜੀ ਦੋਵੇਂ ਟੀਮਾਂ ਨੌਜਵਾਨ ਖਿਡਾਰੀ ਕਰ ਤਿਆਰੀਆਂ ਖੇਡ ਮੈਦਾਨ ਦੇ ਵੱਲ ਪੁੱਜਣਗੇ। ਦੋ ਟੀਮਾਂ ਜਿਹੜੀਆਂ ਪੂਰੀਆਂ ਤਕੜੀਆਂ ਖੇਡ ਕੇ ਗਈਆਂ। ਰੱਜੀ ਵਾਲਾ ਤੀਜੇ ਨੰਬਰ ਦੀ ਟੀਮ ਕਹਿੰਦੇ ਵੀ ਜਿੱਤ ਚੁੱਕੀਆਂ ਟੀਮਾਂ ਦੀ ਮੈਂ ਗੱਲ ਕਰਦਾ, ਧੱਲ ਰੱਜੀ ਵਾਲਾ ਤੇ ਨਾਲ ਕਹਿੰਦੇ ਵੀ ਡਬਰੂ ਦੀ ਟੀਮ ਤਗੜੀ ਟੀਮ ਹੈ ਖਿਡਾਰੀਆਂ ਦੇ ਨਾਲ। ਉਹ ਲੈਸ ਹੈ, ਆਪਾਂ ਬੇਨਤੀ ਕਰਾਂਗੇ ਵੀ ਪੜਾਣਾ ਤੇ ਤਲਵੰਡੀ ਭਾਈ ਦੋਵਾਂ ਟੀਮਾਂ ਦਾ ਇੰਤਜ਼ਾਮ ਹੈ, ਦੋਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵੱਲ ਆਉਣਗੀਆਂ। ਮੈਚ ਕੁਝ ਸਮੇਂ ਤੋਂ ਬਾਅਦ ਸਮਾਪਤੀ ਵੱਲ ਆਉਣਾ। ਤਲਵੰਡੀ ਦੀ ਟੀਮ ਡਾਕਟਰ ਹਰਜੀਤ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਪਿਆਰ ਹੈ। ਉਧਰਲੇ ਬੰਨੇ ਸੋਨਾ ਤਲਸੀ ਡਾਕਟਰ ਹਰਜੀਤ ਜੀ ਗੱਬਰ ਸਾਂਡ ਲਛਮਣ ਘਾਲੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੀ ਜਾਣ ਵਾਲੀਆਂ ਸ਼ਖਸੀਅਤਾਂ। ਮੈਂ ਬੇਨਤੀ ਕਰਦਾ ਵੀ ਇਹਨਾਂ ਦੇ ਵੀ ਅੱਜ ਵੱਡੇ ਮਾਣ ਸਨਮਾਨ ਹੋਣੇ ਹੈ। ਖੇਡ ਮੈਦਾਨ ਵਿੱਚ ਮਨਸੂਰਵਾਲ ਪਿੰਡ ਇੱਕ ਬੰਨੇ ਸੰਤ ਬਾਬਾ ਸੁੰਦਰਦਾਸ ਦੀ ਧਰਤੀ ਹੈ, ਉੱਥੇ ਵੀ ਕਬੱਡੀ ਦਾ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਜਾਂਦਾ। ਇੱਕ ਬੰਨੇ ਡਬਰੂ ਪਿੰਡ ਪਿੰਡ ਹੈ, ਅੱਜ ਕਹਿੰਦੇ ਵੀ ਵਿਸਾਖੀ ਦਾ ਪਵਿੱਤਰ ਦਿਨ ਹੈ, ਚੱਲ ਵੀ ਨਾ ਜਾਣਾ ਹਰ ਖੇਡ ਮੈਦਾਨ ਵਿੱਚ ਅਸਾਂ ਤੇਰੀ ਤੋਰ ਵੇਖਣੀ, ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ ਕੇ ਅਸਾਂ ਤੇਰੀ ਤੋਰ ਵੇਖਣੀ। ਉਧਰਲੇ ਬੰਨੇ ਨੌਜਵਾਨ ਗੱਭਰੂ ਸਿੱਖ ਸਰਦਾਰ ਖੇਡ ਮੈਦਾਨ ਵਿੱਚ ਬਹੁਤ ਹੀ ਸੋਹਣੀ ਕੋਸ਼ਿਸ਼ ਕਰਦਾ ਤੇ ਨਾਲ ਤਲਵੰਡੀ ਭਾਈ ਤੇ ਪੜਾਣਾ ਜੀ ਅਜੇ ਤੱਕ ਟੀਮਾਂ ਗਰਾਊਂਡ ਦੇ ਵੱਲ ਨਹੀਂ ਆਈਆਂ। ਬੇਨਤੀ ਇਹਨਾਂ ਟੀਮਾਂ ਨੂੰ ਗਰਾਊਂਡ ਦੇ ਵੱਲ ਪੁੱਜ ਜਾਣ। ਤਲਵੰਡੀ ਭਾਈ ਤੇ ਪੜਾਣਾ ਪਿੰਡ ਜੀ ਉੱਟੋ ਦਾ ਪਿੰਡ ਹੈ, ਕਲਵੰਤ ਦਾ ਪਿੰਡ ਹੈ, ਪਿੰਡ ਦੇ ਵਿੱਚ ਪਟਾਕੇ ਮਿੱਤਰਾਂ ਮਿਰਚ ਵਧਾਣਾ ਦੇ ਪਰਬਤ ਵਰਗੇ ਜੁੱਸੇ ਇਹਨਾਂ ਛੇਰ ਜਵਾਨਾਂ ਦੇ, ਲੋਕੀ ਕਰਦੇ ਗੱਲਾਂ ਜਿੱਥੇ ਜੁੜ ਕੇ ਬਹਿੰਦੇ ਹੈ, ਲਾਈਆਂ ਹੋਈਆਂ ਮਿਹਨਤਾਂ ਦੇ ਮੁੱਲ ਵਿੱਚ ਮੈਦਾਨੀ ਪੈਂਦੇ ਹੈ। ਤਲਵੰਡੀ ਭਾਈ ਤੇ ਪੜਾਣਾ ਜੀ ਵਾਰ ਵਾਰ ਖਿਡਾਰੀ ਵੀਰੋ ਬੇਨਤੀ ਕਰ ਰਹੇ ਹੈ, ਦੋਵੇਂ ਟੀਮਾਂ ਗਗਨੇ ਹੋ ਰਹੀ ਸਾਡੇ ਕਲਵੰਤ ਪੜਾਣੇ ਦੀ ਟੀਮ ਹੈ, ਜਲਦੀ ਨਾਲ ਇਹ ਟੀਮਾਂ ਖੇਡ ਮੈਦਾਨ ਦੇ ਵੱਲ ਪੁੱਜਣ ਤਾਂ ਕਿ ਅਗਲੇ ਮੈਚ ਜਿਹੜੇ ਖੇਡ ਮੈਦਾਨ ਜਿਹੜਾ ਵਿਹਲਾ ਨਾ ਹੋਵੇ, ਤਾਂ ਕਿ ਦਰਸ਼ਕ ਵੀਰ ਜਿਹੜੇ ਸਾਰੇ ਰਜੇਵੇ ਰੱਦ ਕਰਕੇ ਅੱਜ ਇਸ ਧਰਤੀ ਤੇ ਪੁੱਜੇ ਹੈ, ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਜਿਹੜਾ ਉਹਦਾ ਆਨੰਦ ਮਾਣਨ। ਭੁੱਖੇ ਦੇ ਧਿਆਏ ਬੜੀ ਦੂਰੋਂ ਦੂਰੋਂ ਆਏ, ਵੇਖਦੇ ਕਬੱਡੀ ਕੋਈ ਬੈਠ ਖੜ ਕੇ, ਇੱਕ ਕਬੱਡੀ ਦਾ ਜਨੂੰਨ ਬੋਲਦਾ ਪੰਜਾਬੀਆਂ। ਸੋ ਅਗਲੀਆਂ ਟਾਈਆਂ ਜਿਹੜੀਆਂ ਕੱਢੀਆਂ ਜਾ ਰਹੀਆਂ ਜੀ, ਜੋਗੇ ਵਾਲਾ ਵਰਸਿਜ ਫਤਿਹਉੱਲਾ ਸਾਹਿਬ, ਆਜ਼ਾਦ ਕਲੱਬ ਘਰ ਕਲਾਂ ਵਰਸਿਜ ਨਿਧਾ ਵਾਲਾ, ਬਾਬਾ ਰਣਧੀਰ ਕਲੱਬ ਖੋਸਾ ਰਣਧੀਰ ਵਰਸਿਜ ਵਕੀਲਾ, ਲੰਡੇ ਏ ਵਰਸਿਜ ਲੰਡੇ ਬੀ, ਲਓ ਜੀ ਮੈਂ ਬੇਨਤੀ ਕਰਦਾ ਗੱਲਾਂ ਜਿਹੜੀਆਂ ਵਿੱਚ ਗਰਾਊਂਡ ਦੇ ਸੱਚ ਹੋ ਜਾਣੀਆਂ। ਰੱਜੀ ਵਾਲੇ ਦਾ ਮੈਚ ਸੀ ਖੋਸੇ ਨਾਲ, ਹੁਣ ਮੈਚ ਆ ਗਿਆ ਖੋਸੇ ਰਣਧੀਰ ਦਾ ਵਕੀਲਾਂ ਵਾਲੇ ਨਾਲ, ਮੂਸਾ ਭੱਜਿਆ ਮੌਤ ਤੋਂ ਤੇ ਮੌਤ ਅੱਗੇ ਖੜੀ, ਇੱਥੇ ਗੱਲ ਸੱਚ ਹੋਣੀ ਆ। ਦਰਸ਼ਕ ਵੀਰੋ ਮੈਂ ਪਹਿਲਾਂ ਮਾਈਕ ਤੋਂ ਬੋਲਿਆ ਵੀ ਜਿਹੜਾ ਖੇਡਣਾ ਆਇਆ ਖੇਡਣਾ ਪੈਣਾ, ਇਹ ਆਹ ਰਾਊਂਡ ਨਹੀਂ ਤੇ ਅਗਲਾ ਰਾਊਂਡ, ਇਹ ਜਿੰਨੀਆਂ ਟੀਮਾਂ ਪੁੱਜੀਆਂ ਨੋਟ ਕਰ ਲਓ। ਯੋਗੇ ਵਾਲਾ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਟੀਮਾਂ ਹੋਣਗੀਆਂ, ਵਾਹ ਉਹ ਸਿੱਖ ਸਰਦਾਰਾਂ ਨੌਜਵਾਨਾਂ, ਉਧਰਲੇ ਬੰਨੇ ਕਬੱਡੀ ਦਾ ਮੈਚ ਬਹੁਤ ਤਕੜਾ ਤੇ ਨੌਜਵਾਨ ਜੂਝਦਾ, ਪਰ ਮੁੰਡਾ ਰੇਸ਼ਮੀ ਰੁਮਾਲ ਵਰਗਾ ਭੈੜਾ ਹੱਥਾਂ ਚੁੱਕ ਲਿਆ। ਹੈਲੋ ਬਾਈ ਬੂਟੇ, ਜਿਹੜਾ ਜੋਗੇ ਵਾਲੇ ਦਾ ਮੈਚ ਉਹ ਲਾਸਟ ਤੇ ਕਰ ਦੇ ਮੇਰਾ ਵੀਰ। ਠੀਕ ਆ ਜੀ, ਬਹੁਤ ਮਿਹਰਬਾਨੀ। ਪੜਾਣਾ ਤਲਵੰਡੀ ਭਾਈ, ਭਰਾ ਜੀ ਗਰਾਊਂਡ ਦੇ ਵਿੱਚ ਆਓ, ਪੜਾਣਾ ਤੇ ਤਲਵੰਡੀ ਭਾਈ ਵਾਰ ਵਾਰ ਬੇਨਤੀ ਕਰਦੇ ਹਾਂ, ਜਲਦੀ ਨਾਲ ਬਹੁਤ ਸਤਿਕਾਰਯੋਗ ਟੀਮ ਹੈ, ਸਤਿਕਾਰਯੋਗ ਖਿਡਾਰੀ ਹੈ, ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਤਲਵੰਡੀ ਭਾਈ ਤੇ ਪੜਾਣਾ ਪੁੱਜਣ। ਵਾਰ ਵਾਰ ਬੇਨਤੀ ਕਰਦੇ ਅਸੀਂ ਚੰਗੇ
ਪਾਸੇ ਤੇ ਟੀਮਾਂ ਖਿਡਾਰੀ ਬਹੁਤ ਸਿਆਣੇ ਆ ਜਿਹੜੇ ਸੀਨੀਅਰ ਪਲੇਅਰ ਆ ਦੋ ਟੀਮਾਂ ਦੇ ਤਲਵੰਡੀ ਭਾਈ ਤੇ ਪੜਾਣਾ ਪਿੰਡ ਦੋਵੇਂ ਟੀਮਾਂ ਦੇ ਖਿਡਾਰੀ ਹਜੇ ਤੱਕ ਗਰਾਊਂਡ ਦੇ ਵੱਲ ਨਹੀਂ ਆਏ ਦੋਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਵਿੱਚ ਪੁੱਜਣ ਆਜ਼ਾਦ ਕਬੱਡੀ ਕਲੱਬ ਕਲਕਲਾਂ ਤੇ ਨਿਹਲਾ ਵਾਲਾ ਜੀ ਉਸ ਤੋਂ ਅਗਲਾ ਮੈਚ ਹੋਣਾ ਬਾਬਾ ਰਣਧੀਰ ਕਬੱਡੀ ਕਲੱਬ ਖੋਸਾ ਰਣਧੀਰ ਤੇ ਵਕੀਲਾਂ ਵਾਲਾ ਲੰਡੇ ਏ ਤੇ ਲੰਡੇ ਬੀ ਯੋਗੇ ਵਾਲਾ ਤੇ ਫਤਿਹ ਸ਼ਾਹ ਕਬੱਡੀ ਕਲੱਬ ਇਹ ਦੋਵੇਂ ਜਿਹੜੀਆਂ ਟੀਮਾਂ ਇੱਕੋ ਏਰੀਏ ਦੀਆਂ ਮਹੂ ਏਰੀਏ ਦੀਆਂ ਫਤਿਹਗੜ੍ਹ ਪਲਤੂਰ ਏਰੀਏ ਦੀਆਂ ਟੀਮਾਂ ਜਿਹਨਾਂ ਦਾ ਮੈਚ ਲਾਸਟ ਹੋਣਾ ਮੈਂ ਬੇਨਤੀ ਕਰਦਾ ਵੀ ਪੜਾਣਾ ਤੇ ਤਲਵੰਡੀ ਭਾਈ ਹਰ ਖੇਡ ਮੈਦਾਨ ਵਿੱਚ ਨੌਜਵਾਨਾਂ ਫਰਕ ਬਹੁਤ ਇੱਕ ਬੰਨੇ 69 ਇੱਕ ਬੰਨੇ 35-11 ਤੇ ਮੈਚ ਸਮਾਪਤ ਦੱਸੋ ਜੀ ਕਿਹੜੀ ਟੀਮ ਜੇਤੂ ਹੈ ਲਓ ਜੀ ਇਸ ਤਲਵੰਡੀ ਭਾਈ ਤੇ ਪੜਾਣੇ ਦੀ ਟੀਮ ਦੀ ਪੜਾਣਾ ਪੁੱਜ ਗਈ ਤਲਵੰਡੀ ਭਾਈ ਪਹੁੰਚੋ ਜੀ ਮਨਸੂਰ ਵੱਲ ਇਸ ਮੈਚ ਦੀ ਜੇਤੂ ਟੀਮ ਆ ਜੀ ਸਾਡੇ ਵੀਰ ਨੋਟ ਕਰ ਲੈਣ ਪੜਾਣਾ ਪੁੱਜ ਗਿਆ ਤੇ ਤਲਵੰਡੀ ਭਾਈ ਆਓ ਜੀ ਪੁਰਾਣੇ ਦੀ ਟੀਮ ਪਹੁੰਚ ਗਈ ਆ ਤਲਵੰਡੀ ਭਾਈ ਪਹੁੰਚੇ ਜਲਦੀ ਨਾਲ ਮੈਂ ਬੇਨਤੀ ਕਰਦਾ ਨਿਧਾ ਵਾਲੀਏ ਬਿਆਨਤ ਨੂੰ ਮੇਰੀ ਬੇਨਤੀ ਉਹਦਾ ਮੈਚ ਆਜ਼ਾਦ ਕਬੱਡੀ ਕਲੱਬ ਘੱਲਾਂ ਦੇ ਨਾਲ ਹੈ ਇਸ ਤੋਂ ਅਗਲਾ ਮੈਚ ਉਹ ਸਤਿਕਾਰਯੋਗ ਵੀਰ ਆਪਣੀ ਟੀਮ ਨੂੰ ਲੈ ਕੇ ਖੇਡ ਮੈਦਾਨ ਦੇ ਵਿੱਚ ਆ ਜਾਵੇ ਨਾਲ ਹੀ ਬਾਬਾ ਰਣਧੀਰ ਕਬੱਡੀ ਕਲੱਬ ਖੋਸਾ ਰਣਧੀਰ ਦੇ ਵਕੀਲਾਂ ਵਾਲਾ ਔਰ ਉਧਰਲੇ ਬੰਨੇ ਚਮਕੌਰ ਘਾਲੀ ਜੀ ਵਿਸ਼ੇ ਤੌਰ ਤੇ ਪੁੱਜੇ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਘੱਲਾਂ ਦੇ ਟੂਰਨਾਮੈਂਟ ਦੇ ਖਜ਼ਾਨਾ ਮੰਤਰੀ ਔਰ ਬਹੁਤ ਸਤਿਕਾਰਯੋਗ ਸ਼ਖਸੀਅਤ ਤਲਵੰਡੀ ਭਾਈ ਦੀ ਟੀਮ ਪਹੁੰਚੇ ਜੀ ਤਲਵੰਡੀ ਭਾਈ ਹੈਲੋ ਸੋ ਕਿਸੇ ਦਾ ਬੱਚਾ ਹੈ ਜੀ ਛੋਟਾ ਜਿਹਾ ਰਵੀ ਮੇਨ ਸਟੇਜ ਉੱਤੇ ਹੈ ਸੋ ਉਹ ਆਪਣਾ ਬੱਚਾ ਲੈ ਜਾਣ ਜੀ ਛੋਟਾ ਜਿਹਾ ਬੱਚਾ ਹੈ ਸਟੇਜ ਤੇ ਰਵੀ ਸੋ ਜਿਹਨਾਂ ਦਾ ਵੀ ਇਹ ਬੱਚਾ ਹੈ ਜੀ ਉਹਨੂੰ ਲੈ ਜਾਣੇ ਪਲੀਜ਼ ਆ ਕੇ ਜੀਰੇ ਦੇ ਨੇੜੇ ਤੇੜੇ ਦੇ ਏਰੀਏ ਦਾ ਬੱਚਾ ਹੈ ਜੀ ਜੀਰੇ ਦੇ ਨੇੜੇ ਤੇੜੇ ਦੇ ਏਰੀਏ ਦਾ ਬੱਚਾ ਹੈ ਸੋ ਜਿਹੜੇ ਵੀ ਇਹਦੇ ਮਾਤਾ ਪਿਤਾ ਨੇ ਉਹ ਆ ਕੇ ਬੱਚੇ ਨੂੰ ਲੈ ਜਾਣ ਜੀ ਰਵੀ ਨਾਮ ਹੈ ਬੱਚੇ ਦਾ ਨਿੱਕਾ ਜਿਹਾ ਬੱਚਾ ਮੈਨੂੰ ਲੱਗਦਾ ਵੀ ਬੱਚਾ ਨਹੀਂ ਗਵਾਚਿਆ ਬੱਚੇ ਦੇ ਮਾਂ ਪਿਓ ਗਵਾਚੇ ਆ ਬੱਚਾ ਤਾਂ ਮਾਸੂਮ ਹੈ ਮੇਰੀ ਬੇਨਤੀ ਹੈ ਸਟੇਜ ਦੇ ਕੋਲੇ ਬੱਚਾ ਉਹ ਵੀਰ ਲੈ ਜਾਣ ਤੇ ਤਲਵੰਡੀ ਪਹੁੰਚ ਗਈ ਬੜੀ ਮਿਹਰਬਾਨੀ ਮੈਚ ਬਹੁਤ ਤਕੜਾ ਹੋਵੇਗਾ ਇਧਰਲੇ ਬੰਨੇ ਬਲਦੇਵ ਘਾਲੀ ਮੇਰਾ ਵੀਰ ਪੈਗ ਦੇ ਚੱਕਰ ਲਾਵੇਗਾ ਨਿਧਾ ਮਾਰੀਏ ਬਿਆਨਤ ਨੂੰ ਮੇਰੀ ਬੇਨਤੀ ਹੈ ਕਬੱਡੀ ਦਾ ਸੁਪਰ ਸਟਾਰ ਖਿਡਾਰੀ ਹੈ ਉਹ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਦੇ ਵੱਲ ਆਵੇ ਆਜ਼ਾਦ ਕਬੱਡੀ ਕਲੱਬ ਕੱਲ ਦੂਸਰਾ ਮੈਚ ਇਸ ਮੈਚ ਤੋਂ ਬਾਅਦ ਵਿੱਚ ਹੋਣਾ ਤੇ ਦੋਵਾਂ ਟੀਮਾਂ ਨੂੰ ਮੈਂ ਲਾਈਨਅਪ ਕਰਾਂਗਾ ਡਾਕਟਰ ਹਰਜੀਤ ਜੀ ਤੇ ਮਾਸ ਕੁਲਵੀਰ ਜੀ ਮੈਚ ਉਹਨਾਂ ਦੇ ਹਵਾਲੇ ਹੋਵੇਗਾ ਸਾਡੀਆਂ ਮਾਣਯੋਗ ਸ਼ਖਸੀਅਤਾਂ ਇਹਨਾਂ ਟੀਮਾਂ ਨਾਲ ਜਾਣ ਪਹਿਚਾਣ ਕਰਨਗੀਆਂ ਉਧਰਲੇ ਬੰਨੇ ਸਰਦਾਰ ਹਰਭਜਨ ਸਿੰਘ ਜੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤੇ ਰਾਜਵਿੰਦਰ ਸਿੰਘ ਜੀ ਸੋਢੀ ਸਾਹਿਬ 500 ਰੁਪਏ ਦੇ ਆਦਰ ਸਤਿਕਾਰ ਭੇਜ ਗਏ ਹੈ ਮਾਂ ਬੋਲੀ ਦੇ ਬੋਲਾਂ ਤੋਂ ਖੁਸ਼ ਹੋ ਕੇ ਇਹ ਬਿੱਲੇ ਲਾਈਨਅਪ ਹੋ ਜਾਓ ਡਾਕਟਰ ਹਰਜੀਤ ਜੀ ਮੈਂ ਬੇਨਤੀ ਕਰਦਾ ਉਸਲੇ ਬੰਨੇ ਕਾਕਾ ਫਰੀਦਕੋਟੀਆ ਵੀ ਪੁੱਜ ਗਿਆ ਤੇ ਸੋਨਾ ਤਲਸੀ ਜੀ ਅਸੀਂ ਧੰਨਵਾਦ ਕਰਾਂਗੇ ਉਹਨਾਂ ਦਾ ਤੇ ਬੇਨਤੀ ਆ ਜੀ ਜਿੰਨੀ ਆ ਸਤਿਕਾਰਯੋਗ ਸ਼ਖਸੀਅਤਾਂ ਡਾਕਟਰ ਹਰਜੀਤ ਜੀ ਲੈ ਕੇ ਗਰਾਊਂਡ ਦੇ ਵਿੱਚ ਆਓ ਤੇ ਗਗਨੇ ਲਾਈਨਅਪ ਹੋ ਜਾਓ ਦੋਵੇਂ ਟੀਮਾਂ ਆ ਮੇਰੀ ਬੇਨਤੀ ਆ ਵੀ ਪਿੱਛੇ ਬੀਬੀਆਂ ਭੈਣਾਂ ਖੜੀਆਂ ਤੇ ਆ ਵੀਰ ਉੱਠ ਕਰਨ ਸਾਡੇ ਵੀਰ ਉੱਠ ਕਰਨ ਤੇ ਬੇਨਤੀ ਆ ਵੀ ਬੀਬੀਆਂ ਭੈਣਾਂ ਬੈਠਣ ਦਿਓ ਵੀਰ ਇੰਨੀ ਕੁ ਜਗ੍ਹਾ ਜਿਹੜੀ ਵਿਹਲੀ ਕਰ ਦਿਓ ਪਿੱਛੇ ਬੀਬੀਆਂ ਭੈਣਾਂ ਖੜੀਆਂ ਪੰਜਾਬ ਪੁਲਿਸ ਵਾਲੇ ਤੇ ਸਕਿਉਰਟੀ ਵਾਲੇ ਵੀਰ ਪੜਾਣੇ ਵਾਲੇ ਇੱਥੇ ਆਓ ਜੱਗੇ ਦੋਵੇਂ ਟੀਮਾਂ ਗਗਨੇ ਸੈਂਟਰਲੈਂਡ ਤੇ ਆਓ ਅਮਨ ਹੈ ਮੇਰੇ ਵੀਰ ਰਮਣੇ
ਤੇ ਡਾਕਟਰ ਜੀ ਮੈਂ ਬੇਨਤੀ ਕਰਾਂਗਾ ਤੁਸੀਂ ਸਤਿਕਾਰ ਦੇ ਯੋਗ ਸੁਚੇਤਨ ਲੈ ਕੇ ਗਰਾਊਂਡ ਦੇ ਵਿੱਚ ਪੁੱਜੋ ਆਪਾਂ ਦੋਵਾਂ ਟੀਮਾਂ ਨੂੰ ਜਿਹੜੀ ਜਾਣ ਪਹਿਚਾਣ ਕਰਵਾਈਏ ਖੇਡ ਮੈਦਾਨ ਵਿੱਚ ਦੋਵੇਂ ਟੀਮਾਂ ਲਾਈਨ ਅਪ ਹੋ ਜਾਣ ਦੁਨੀਆ ਦਾ ਸੁਪਰ ਸਟਾਰ ਖਿਡਾਰੀ ਕਹਿੰਦੇ ਵੀ ਬਲਜੀਤ ਖੋਸਾ ਰਣਧੀਰ ਪਿੰਡ ਵਾਲਾ ਕਹਿੰਦੇ ਵੀ ਜਿਸ ਨੌਜਵਾਨ ਨੇ ਨੈਣੋ ਕਾਰ ਜਿੱਤੀ ਆ ਪਾਪਾ ਕਬੱਡੀਆਂ ਹੈਲੋ ਸੋ ਸਾਡੇ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕ ਸੋ ਇਹਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਾਉਣ ਵਾਸਤੇ ਜਾ ਰਹੇ ਨੇ ਡਾਕਟਰ ਹਰਜੀਤ ਬੱਲੇ ਬਰਾੜ ਗੁਰਸ਼ਰਨਵੀਰ ਪੈਗੀ ਅਮਰ ਸਿੰਘ ਬੁੱਕਣ ਵਾਲਾ ਸ਼ਮਸ਼ੇਰ ਸਿੰਘ ਜੀ ਖੋਸਾ ਵਾਲੇ ਸੂਬਾ ਸਿੰਘ ਜੀ ਨੰਬਰਦਾਰ ਤਰਸੇਮ ਤੂਰ ਸਾਡੇ ਮੈਂਬਰ ਸਾਹਿਬ ਸੋ ਇਹ ਜਿਹੜਾ ਉੱਧਰੋਂ ਸਾਡੇ ਰਾਜਵਿੰਦਰ ਸਿੰਘ ਸੋਢੀ ਜੀ ਉਹਨਾਂ ਦੇ ਨਾਲ ਪ੍ਰਧਾਨ ਸਰਦਾਰ ਹਰਭਜਨ ਸਿੰਘ ਜੀ ਸੋ ਇਹ ਸਾਰੇ ਪ੍ਰਬੰਧਕ ਇਹਨਾਂ ਟੀਮਾਂ ਦੇ ਨਾਲ ਜਿਹੜੀ ਜਾਣ ਪਹਿਚਾਣ ਕਰਾਉਣ ਤੋਂ ਉਪਰੰਤ ਜਿਹੜਾ ਮੈਚ ਇਹ ਸ਼ੁਰੂ ਕਰਾਇਆ ਜਾਏਗਾ ਸੋ ਸਾਰੇ ਹੀ ਇਹਨਾਂ ਪ੍ਰਬੰਧਕਾਂ ਦਾ ਸਾਰੇ ਹੀ ਸਾਡੀ ਇਸ ਟੂਰਨਾਮੈਂਟ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਸੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਰਾਜਵਿੰਦਰ ਸਿੰਘ ਸੋਢੀ ਸਰਦਾਰ ਹਰਭਜਨ ਸਿੰਘ ਜੀ ਬੱਲੇ ਬਰਾੜ ਸੂਬਾ ਸਿੰਘ ਨੰਬਰਦਾਰ ਅਮਰ ਸਿੰਘ ਬੁੱਕਣ ਵਾਲਾ ਗੁਰਸ਼ਰਨਵੀਰ ਸਿੰਘ ਪੈਗੀ ਡਾਕਟਰ ਹਰਜੀਤ ਸੋ ਇਹਨਾਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੋਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਹੋ ਰਹੀ ਹੈ ਇਹ ਮੇਰੇ ਹੀ ਤਲਵੰਡੀ ਭਾਈ ਵਾਲੇ ਸਾਡੇ ਭਤੀਜ ਗਗਨੇ ਰਮਣੇ ਹਰੀ ਲਾਲੇ ਹੋਰਾਂ ਦੇ ਬੇਟੇ ਭਤੀਜੇ ਲਾਲੇ ਹੋਰਾਂ ਦੀਆਂ ਯਾਦਾਂ ਨੂੰ ਗਰਾਊਂਡਾਂ ਦੇ ਵਿੱਚ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਹੈਲੋ ਸਾਡੇ ਹੈਲੋ ਹੈਲੋ ਸੋ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਯਾਦਗਾਰੀ ਫੋਟੋ ਹੋਣ ਜਾ ਰਹੀ ਹੈ ਤਲਵੰਡੀ ਭਾਈ ਸੋ ਬਲਦੇਵ ਭਲਵਾਨ ਹੋਰੀ ਨਵਦੀਪ ਡੀਸੀ ਕੈਨੇਡਾ ਦੇ ਵਿੱਚ ਬੈਠਾ ਹੋਇਆ ਵੀ ਗਰਾਊਂਡਾਂ ਦੇ ਨਾਲ ਜੁੜਿਆ ਹੋਇਆ ਇੱਥੇ ਵੀ ਉਹਨਾਂ ਨੇ ਜਿਹੜੇ ਮਾਨ ਸਨਮਾਨ ਔਰ ਮਾਇਕ ਮਦਦ ਜਿਹੜੀ ਉਹ ਭੇਜੀ ਹੋਈ ਹੈ ਸੋ ਬਹੁਤ ਬਹੁਤ ਧੰਨਵਾਦ ਨਵਦੀਪ ਡੀਸੀ ਔਰ ਤਲਵੰਡੀ ਵਾਲੇ ਸਾਰੇ ਭਲਵਾਨਾਂ ਦਾ ਜਿਨ੍ਹਾਂ ਨੇ ਇੱਥੇ ਟੂਰਨਾਮੈਂਟ ਕਰਾਉਣ ਦੇ ਲਈ ਸਾਡੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਹਨਾਂ ਦੋਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਾ ਕੇ ਸੋ ਇਹ ਮੈਚ ਸ਼ੁਰੂ ਕਰਾਉਣ ਜਾ ਰਹੇ ਜੀ ਅਸੀਂ ਓਵਰ ਟੂ ਬੂਟਾ ਬਹੁਤ ਵੱਡੇ ਸਤਿਕਾਰ ਜਿਹੜੇ ਮਾਈਕ ਦੇ ਉੱਪਰੋਂ ਦਿੱਤੇ ਗਏ ਹੈ ਸਾਡੇ ਮਾਸਟਰ ਕੁਲਵੀਰ ਸਿੰਘ ਜੀ ਆਦਰ ਦੇ ਸਤਿਕਾਰ ਦੇ ਯੋਗ ਸ਼ਖਸੀਅਤ ਹੈ ਜਿੰਨੀਆਂ ਵੀ ਸਤਿਕਾਰ ਯੋਗ ਸ਼ਖਸੀਅਤਾਂ ਖੇਡ ਮੈਦਾਨ ਦੇ ਵਿੱਚ ਦੋਵਾਂ ਟੀਮਾਂ ਨਾਲ ਜਾਣ ਪਹਿਚਾਣ ਕਰਕੇ ਗਈਆਂ ਸਾਰਿਆਂ ਦਾ ਧੰਨਵਾਦ ਹੈ ਲਓ ਜੀ ਪੜਾਣਾ ਤੇ ਤਲਵੰਡੀ ਭਾਈ ਦੋਵਾਂ ਟੀਮਾਂ ਦੇ ਦਰਮਿਆਨ ਕਬੱਡੀ ਵਾਰਤਕ ਦੀ ਖੇਡੀ ਜਾਣੀ ਹੈ ਇੱਕ ਬੰਨੇ ਖਿਡਾਰੀਆਂ ਦਾ ਪਿੰਡ ਹੈ ਤਲਵੰਡੀ ਭਾਈ ਉਧਰਲੇ ਬੰਨੇ ਨਵਦੀਪ ਡੀਸੀ ਤਲਵੰਡੀ ਭਾਈ ਵਾਲਾ ਕੈਨੇਡਾ ਵਿੱਚ ਬੈਠਾ ਆਏ ਸਾਲ ਇਸ ਟੂਰਨਾਮੈਂਟ ਲਈ ਵੱਡੀ ਰਾਸ਼ੀ ਭੇਜਦਾ ਉਹ ਵੀ ਕਹਿੰਦੇ ਵੀ ਪੰਜਾਬ ਲਾਈਵ ਨੰਬਰ ਵਨ ਦੇ ਜਿਹੜੀ ਇਸ ਕਬੱਡੀ ਨਾਲ ਜੁੜਿਆ ਤੇ ਨਾਲ ਭੋਲਾ ਬੰਬੀਆ ਭਾਈ ਯੁਵਰਾਜ ਮਾਲਾ ਤੇ ਜਲੰਧਰ ਸਿੱਧੂ ਤੇ ਮੇਜਰ ਭਲੂਰ ਹੋਰੀ ਕਬੱਡੀ ਦੇ ਆਨੰਦ ਮਾਣਦੇ ਆ ਸੋ ਬੀਬੀਆਂ ਨੂੰ ਆਪਾਂ ਇੱਥੇ ਤਾਂ ਥਾਂ ਨਹੀਂ ਦਿੱਤੀ ਲੇਕਿਨ ਮੈਂ ਬੇਨਤੀ ਕਰਾਂਗਾ ਕਿ ਡਿਊਟੀ ਦੇ ਉੱਪਰ ਕੋਈ ਵੀ ਜਿਹੜਾ ਸੱਜਣੇ ਨਾ ਚੜੇ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਉੱਪਰ ਸਿਰਫ ਬੀਬੀਆਂ ਹੀ ਬੈਠਣਗੀਆਂ ਉੱਥੇ ਹੋਰ ਕੋਈ ਵੀ ਜਿਹੜਾ ਸੱਜਣੇ ਡਿਊਟੀ ਦੇ ਉੱਪਰ ਨਾ ਜਾਵੇ ਸੋ ਜਿਹੜੇ ਸੱਜਣ ਉੱਥੇ ਫਿਰਦੇ ਨੇ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਥੱਲੇ ਆ ਜਾਣ ਉੱਥੇ ਕੇਵਲ ਬੀਬੀਆਂ ਵਾਸਤੇ ਹੀ ਮੂਵ ਸਰੇ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿੱਤੀ ਜਾਵੇ ਜੀ
ਲਓ ਜੀ ਮੁਕਾਬਲਾ ਸ਼ੁਰੂ ਹੋਣ ਲੱਗਾ। ਬਿਲਕੁਲ ਤਲਵੰਡੀ ਭਾਈ ਦੀ ਟੀਮ ਪਹੁੰਚੀ ਹੈ, ਗੁਰੂ ਘਰ ਵਾਲੀ ਸਾਹਿਬ ਦੇ ਦੂਸਰੇ ਬੰਨੇ ਟੀਮ ਬਿੱਲੇ ਮੂਸਰੇ ਪਹੁੰਚ ਗਈ ਹੈ। ਲੈ ਲਓ ਮੇਰੇ ਵੀਰ, ਲਓ ਦੇਖਾਂਗੇ ਵੀ ਪਹਿਲੀ ਕਬੱਡੀ ਕਿਸ ਖਿਡਾਰੀ ਦੀ ਹੋਵੇਗੀ। ਆਪਾਂ ਸਮੇਂ ਦਾ ਕਰਾਂਗੇ ਇੰਤਜ਼ਾਰ, ਔਰ ਮੁਕਾਬਲਾ ਬਹੁਤ ਹੀ ਤਕੜਾ। ਨਿਗਾ ਵਾਲਾ ਤੇ ਆਜ਼ਾਦ ਕਬੱਡੀ ਕਲੱਬ ਕੱਲ ਆਜ਼ਾਦ ਕਬੱਡੀ ਕਲੱਬ ਕੱਲ ਤੋਂ ਨਿਗਾ ਵਾਲਾ ਜੀ, ਇਸ ਤੋਂ ਅਗਲੇ ਮੈਚ ਦੀ ਟੀਮਾਂ ਸਾਡੇ ਵਿੱਚ ਸਾਡੇ ਵੀਰ ਚਰਨਜੀਤ ਸਿੰਘ ਝਲੀਣਾ ਚੰਨੀ ਬਾਈ ਸੋ ਵੀ ਪਹੁੰਚੇ ਨੇ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਕਮੇਟੀ ਦੇ ਵੱਲੋਂ ਮੇਰੇ ਵੀਰ ਚਰਨਜੀਤ ਸਿੰਘ ਝਲੀਣਾ ਚੰਨੀ ਬਾਈ ਸੋ ਬਹੁਤ ਬਹੁਤ ਜੀ ਆਇਆਂ ਨੂੰ ਜੀ ਚਰਨਜੀਤ। ਉਧਰਲੇ ਬੰਨੇ ਪਹਿਲੀ ਜਿਹੜੀ ਕਬੱਡੀ ਪੜਾਣੇ ਦੀ ਤਰਫੋਂ ਪੈ ਚੁੱਕੀ ਹੈ, ਲਓ ਸਾਹਮਣੇ ਸ਼ੇਰ ਆ ਪੜਾਣੇ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ। ਸੋ ਮੇਰਾ ਵੀ ਸੋਨਾ ਕਲਸੀ ਤਲਵੰਡੀ ਭਾਈ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਜੀ ਟੂਰਨਾਮੈਂਟ ਕਮੇਟੀ ਦੇ ਵੱਲੋਂ, ਬਹੁਤ ਬਹੁਤ ਜੀ ਆਇਆਂ ਨੂੰ ਤਲਵੰਡੀ ਵਾਲਿਆਂ ਦਾ, ਬਹੁਤ ਬਹੁਤ ਜੀ ਆਇਆਂ ਨੂੰ ਜੀ। ਉਧਰਲੇ ਬੰਨੇ ਮੈਂ ਦੇਖਦਾ ਵੀ ਪਹਿਲੀ ਕਬੱਡੀ ਦੇ ਉੱਪਰ ਕਹਿੰਦੇ ਵੀ ਲਾਲੇ ਤਲਵੰਡੀ ਵਾਲੇ ਦਾ ਪੋਤਾ ਨੌਜਵਾਨ ਖੇਡ ਮੈਦਾਨ ਵਿੱਚ ਕਹਿੰਦੇ ਵੀ ਫੜਿਆ ਹੋਇਆ ਗੋਟਾ ਨੌਜਵਾਨ ਕਹਿੰਦੇ ਵੀ ਕੌਡੀ ਦੀ ਕਿਤਾਬ ਜਿਹੜਾ ਔਰ ਸਾਹਮਣੇ ਤਲਵੰਡੀ ਵਾਲੇ ਰਮਣੇ ਦਾ ਬੰਦਾ ਛੁੱਟਦਾ ਨਾ ਫੜਿਆ ਚੱਲ ਵੀ ਹੀਰਿਆ ਨੌਜਵਾਨਾਂ ਪਾ ਕਬੱਡੀ। ਉਧਰਲੇ ਬੰਨੇ ਇਹ ਜਿਹੜੀ ਪੂਰੀ ਟੀਮ ਕਹਿ ਕੇ ਅੱਜ ਆਜ਼ਾਦ ਕਬੱਡੀ ਕਲੱਬ ਘੱਲਾ ਦੀ ਜਿਵੇਂ ਤੂਤੀ ਬੋਲਦੀ ਹੈ, ਇਹ ਮਾਲਵਾ ਮੋਗੇ ਦੀ ਟੀਮ ਹੈ, ਬਿੱਟੂ ਭਾਗਪੁਰੀਏ ਦੀ ਟੀਮ, ਫਤਿਹਗੜ੍ਹੀਏ ਤਾਕੇ ਦੀ ਟੀਮ ਹੈ ਤੇ ਪੜਾਣੇ ਦੇ ਕਲਵੰਤ ਦੀ ਜਿਹੜੀ ਟੀਮ ਹੈ ਖੇਡ ਮੈਦਾਨ ਵਿੱਚ ਪਹਿਲੀ ਕਬੱਡੀ ਤੇ। ਉਧਰਲੇ ਬੰਨੇ ਵਿਦੇਸ਼ਾ ਆਖਦੇ ਇਸ ਖਿਡਾਰੀ ਨੂੰ ਕਹਿੰਦੇ ਵੀ ਪਹਿਲਾ ਕੇਸ ਹੁਣ ਕਟਵਾਏ। ਉਧਰਲੇ ਬੰਨੇ ਗਿਆਨੀ ਵਿਦੇਸ਼ਾ ਸਮੇਂ ਪਹਿਲੀ ਕਬੱਡੀ ਤੇ ਪਹਿਲਾ ਜੱਫਾ ਲਾ ਕੇ ਆਗਾਂ ਦੀ ਸੂਚੀ ਨੇ ਜਿਹੜਾ ਬਰੋਬਰ ਕਰ ਦਿੱਤਾ ਨੌਜਵਾਨ ਖਿਡਾਰੀ ਨੇ। ਆਜ਼ਾਦ ਕਬੱਡੀ ਕਲੱਬ ਘੱਲ ਦੀ ਜਿਹੜੀ ਟੀਮ ਪਹੁੰਚੀ ਹੈ, ਉਧਰਲੇ ਬੰਨੇ ਨਿਧਾ ਮਲ ਦੀ ਜਿਹੜੀ ਟੀਮ ਹੈ ਉਹ ਖੇਡ ਮੈਦਾਨ ਦੇ ਵੱਲ ਆਵੇਗੀ। ਚੱਲ ਵੀ ਨੌਜਵਾਨਾਂ ਪਾ ਕਬੱਡੀ ਕਰ ਅੰਬੀ ਨੂੰ ਚੇਤੇ ਦੁਨੀਆ ਭੁੱਬਾਂ ਮਾਰਦੀ ਯਾਰਾਂ ਵਿੱਚ ਮਿਸਾਲ। ਹੈਲੋ ਸੋ ਡਾਕਟਰ ਜੀ ਵੱਲੋਂ ਲਾਲੇ ਦੇ ਬੇਟੇ ਵਾਸਤੇ 100 ਰੁਪਏ ਆ ਗਿਆ ਜੀ, ਧਿਆਨ ਲੱਗੇ ਟੈਕਨੀਕਲ ਸਟੇਜ ਤੋਂ ਪੈਸੇ ਲੈ ਲਿਓ। ਡਾਕਟਰ ਹਰਜੀਤ ਵੱਲੋਂ 100 ਰੁਪਇਆ ਲਾਲਾ ਤਲਵੰਡੀ ਦੇ ਬੇਟੇ ਵਾਸਤੇ। ਉਧਰਲੇ ਬੰਨੇ ਫੇਰ ਜਿਹੜਾ ਦੂਸਰਾ ਜੱਫਾ ਕਹਿੰਦੇ ਵੀ ਰਮਨਾ ਤਲਵੰਡੀ ਭਾਈ ਦਾ ਲਾਉਂਦਾ ਹੋਇਆ ਖੇਡ ਮੈਦਾਨ ਵਿੱਚ, ਕਹਿੰਦੇ ਵੀ ਇੱਕ ਇੱਕ ਜੱਫੇ ਦਾ ਬੁਲਟ ਮੁੱਲ ਪੈਂਦਾ ਇਹਨਾਂ ਨੌਜਵਾਨਾਂ ਦਾ। ਉਧਰਲੇ ਬੰਨੇ ਰੇਡਰਾਂ ਚੋਂ ਰੇਡਰ ਦਦਾਰੇ ਦਾ ਪ੍ਰੀਤ ਵੀ ਖੋਸਿਆਂ ਇੰਗਲੈਂਡ ਵੀ ਖੇਡਿਆ ਤੇ ਖੇਡ ਮੈਦਾਨ ਵਿੱਚ ਪੰਗਾ ਕਿਸ ਨਾਲ ਹੈ ਕਹਿੰਦੇ ਉਧਰਲੇ ਬੰਨੇ ਪੜਾਣੇ ਪਿੰਦਾ ਯੱਗਾ ਜਾਫੀ ਹੈ ਨੌਜਵਾਨ ਪਰ ਜੱਫਾ ਨਹੀਂ ਲਾਉਂਦਿਆ। ਬੱਲੇ ਵੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਛੋਟਾ ਜਿਹਾ ਮੇਰੇ ਕੋਲ ਬਣਿਆ, ਸੋ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਨੂੰ। ਗੱਬਰ ਜੀ ਇਹਨੂੰ ਸੈੱਟ ਕਰ ਦਿਓ ਕਿਰਪਾ ਕਰਕੇ, ਥੋੜਾ ਤਾਲ ਮਿਲ ਜਾ ਬਣਾ ਦਿਓ, ਬਹੁਤ ਮਿਹਰਬਾਨੀ ਹੈ। ਲਓ ਸਾਹਮਣੇ ਜਿਹੜੀ ਕਬੱਡੀ ਫਿਰ ਦੇਖੀਏ ਵੀ ਨੌਜਵਾਨ ਸ਼ੇਰੇ ਦੀ। ਉਧਰਲੇ ਬੰਨੇ ਗਗੜਾ ਪਿੰਡ ਹੈ, ਬਿੱਲਾ ਨਾਮ ਉਸ ਖਿਡਾਰੀ ਦਾ, ਉਹ ਵੀ ਵੀਰ ਵਿਸ਼ੇ ਦਰ ਤੇ ਪੁੱਜਿਆ ਨੌਜਵਾਨ ਗੱਭਰੂ, ਵੱਜੀ ਹੋਈ ਢੁੱਡ ਤੇ ਪੁਆਂਟ ਜਿਹੜਾ, ਚੱਲ ਵੀ ਮੋਨਾ ਪੰਡੋਰੀ ਦਾ, ਅਮਨਦੀਪ ਸਿੰਘ ਨਾਮ ਹੈ ਇਸ ਖਿਡਾਰੀ ਦਾ। ਇਹ ਵੀ ਨੌਜਵਾਨ 2 ਸਾਲ ਲਗਾਤਾਰ ਜਿਹੜਾ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਖੇਡਦਾ ਆ ਰਿਹਾ ਖਿਡਾਰੀ, ਜਿਹੜਾ ਹੋਇਆ ਸਰੀਰ ਹੈ ਭੁੱਖ ਲੈਂਦੀ ਹੈ ਨੌਜਵਾਨ ਦੇ ਜੂਸੇ ਨੂੰ ਤੱਕ ਕਬੱਡੀ ਦੇ ਖੇਡ ਮੈਦਾਨ ਵਿੱਚ। ਕਬੱਡੀ ਜਿਹੜੀ ਮੋਨੇ ਪੰਡੋਰੀ ਦੀ ਪੈਂਦੀ ਹੋਈ, ਚਾਰੇ ਜਾਫੀ ਜਿਹੜੇ ਪੜਾਣੇ ਪਿੰਦੇ ਹੈ ਜਿੱਥੋਂ ਦਾ ਕਹਿੰਦੇ ਵੀ ਗੋਰਾ, ਜਿੱਥੋਂ ਦਾ ਜਗਵੀਰ, ਉਧਰਲੇ ਬੰਨੇ ਫੇਰ ਨੌਜਵਾਨ ਕਹਿੰਦੇ ਵੀ ਪੱਟੀ ਹੋਈ ਖੁੰਝ ਚਾੜੀ ਹੋਈ ਪਗਲਾ, ਨਹੀਂ ਰੀਸਾ ਨੌਜਵਾਨਾਂ ਪਾਸੇ ਹੋ ਤੇ ਪੁਆਂਟ ਜਿਹੜਾ ਤਲਵੰਡੀ ਭਾਈ ਦੇ ਹਿੱਸੇ। ਅੱਜ ਨਵਦੀਪ ਡੀਸੀ ਤਲਵੰਡੀ ਭਾਈ ਵਾਲਾ ਉਹ ਵੀ ਇਹਨਾਂ ਮੈਚਾਂ ਦੇ ਨਜ਼ਾਰੇ ਤੱਕ ਮਾਲਵਾ ਦੇ ਜ਼ਰੀਏ ਔਰ ਉਹਨਾਂ ਵੀਰਾਂ ਦਾ ਧੰਨਵਾਦ ਕਰਾਂਗੇ। ਨਾਲ ਕਹਿੰਦੇ ਵੀ ਅੱਜ
ਮਾਨ ਸਨਮਾਨ ਹੋਣੇ ਹੈ ਲਾਲੇ ਤਲਵੰਡੀ ਭਾਈ ਦੇ ਨਾਲ, ਲੱਲੇ ਵਾਲੇ ਬਲਦੇਵ ਦੇ, ਗੁਰਸੇਵ ਬੜੀ ਖਿਡਾਰੀ ਤੇ ਜੱਸਾ ਡਗਰੂ ਵਾਲਾ ਚੱਲ ਵੀ ਲਾਈਓ ਨਾ ਧੀਰਾ ਇੱਕ ਬੰਦੇ ਨੌਜਵਾਨ ਦੋ ਨੰਬਰ ਤੋਂ ਵੱਧ ਕੋਸ਼ਿਸ਼ ਕਰਦਾ ਅੱਜ ਟੀਮਾਂ ਜਿਹੜੀਆਂ ਵੇਦ ਗਵਾਸ ਵੀ ਚੱਲੀਆਂ ਜਾਣ। ਡਾਕਟਰ ਜੀ ਵੇਦ ਗਵਾਸ ਵਿਹਲਾ ਕਰਾ ਦਿਓ ਕਿਉਂਕਿ ਬਾਰਿਸ਼ ਵੀ ਰੁਕੇ ਹੈ, ਬਾਅਦ ਵਿੱਚ ਖੇਡ ਮੈਦਾਨ ਕੁਸਮਾਨ ਜਿਹਾ ਪੈ ਜਾਣਾ ਤੇ ਆਹ ਮੇਰੇ ਵੀਰ ਸਕਿਉਰਟੀ ਵਾਲੇ ਦਾ ਵੇਦ ਗਵਾਸ ਵਿਹਲਾ ਕਰਾ ਦੇਣ। ਬੇਨਤੀ ਹੈ ਕਿਉਂਕਿ ਖਿਡਾਰੀ ਇਹ ਤੇ ਤੁਹਾਨੂੰ ਮੁਸ਼ਕਲ ਆਉਣੀ ਹੈ ਦਰਸ਼ਕ ਵੀਰੋ, ਕਿਰਪਾ ਕਰਕੇ ਉਹ ਵੇਦ ਗਵਾਸ ਜਿਹੜਾ ਇਹਨਾਂ ਲਈ ਬਣਾਇਆ। ਹਾਂਜੀ ਮੈਂ ਬੇਨਤੀ ਕਰ ਰਿਹਾ ਇੱਕ ਮਿੰਟ, ਇਹ ਜਿਹੜੇ ਪਲੇਅਰ ਹੈ ਇੱਕ ਬੰਨੇ ਹੀਰਾ ਤਲਵੰਡੀ ਭਾਈ ਦਾ, ਦੂਸਰੇ ਬੰਨੇ ਪੁਰਾਣੇ ਪਿੰਡ ਦਾ ਜੱਗਾ ਨੌਜਵਾਨ ਹੈ, ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋਇਆ ਕਬੱਡੀ ਖੇਡਦਾ, ਉਧਰਲੇ ਬੰਨੇ ਜੱਗੇ ਪੜਾਣੇ ਦਾ ਬਾਪ ਦਾ ਭਾਈ ਜਾਫਾ, ਨਾਲ ਕਹਿੰਦੇ ਵੀ ਗੋੜਾ ਪੜਾਣੇ ਵਾਲਾ ਜਿਹੜਾ ਕੁਲਵਿੰਦਰ ਸ਼ੋਕਰ ਦੀ ਟੀਮ ਲਈ ਖੇਡਿਆ, ਕਹਿੰਦੇ ਵੀ ਗੁਰੂ ਅਰਜਨ ਦੇਵ ਜੀ ਕਬੱਡੀ ਕਲੱਬ ਡਰਬੀ ਦੀ ਟੀਮ ਲਈ। ਹੈਲੋ ਸਰ, ਜਿਹੜੇ ਦਰਸ਼ਕ ਆਪਣੇ ਵੇਟਿੰਗ ਬਾਕਸ ਦੇ ਵਿੱਚ ਜਿੱਥੇ ਖਿਡਾਰੀਆਂ ਨੇ ਠਹਿਰਨਾ ਜੀ, ਇਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਵੇਟਿੰਗ ਬਾਕਸ ਤੋਂ ਬਾਹਰ ਹੋ ਜਾਣ। ਜਿਹੜੇ ਦਰਸ਼ਕ ਵੇਟਿੰਗ ਬਾਕਸ ਦੇ ਵਿੱਚ ਖੜੇ ਨੇ ਇਹਨਾਂ ਨੂੰ ਬੇਨਤੀ ਹੈ ਵੀ ਇਹ ਵੇਟਿੰਗ ਬਾਕਸ ਦੇ ਵਿੱਚੋਂ ਬਾਹਰ ਚਲੇ ਜਾਣ। ਲਓ ਸਾਹਮਣੇ ਮੈਂ ਦੇਖਦਾ ਵੀ ਫਿਰ ਨੌਜਵਾਨ ਇੱਕ ਬੰਨੇ ਗਗਨਾ ਤਲਵੰਡੀ ਭਾਈ ਪਿੰਡ ਦਾ, ਜਿਹਨੇ ਕਹਿੰਦੇ ਵੀ ਧੀਮਾ ਵਾਲੀ ਦੇ ਕਬੱਡੀ ਕੱਪ ਤੇ ਇੱਕ ਜੱਫਾ ਲਾਇਆ ਤੇ ਮੇਜਰ ਭਲੂਰ ਨੇ ਕਿਹਾ ਵੀ ਇਹ ਨੌਜਵਾਨ ਨੂੰ ਬੁੱਟ ਦੇਣਾ, ਇੱਕ ਬੁੱਟ ਦੀ ਤਿੰਨ ਜਿਹੜੇ ਬੁੱਟ ਮੋਟਰਸਾਈਕਲ ਹੈ ਇਸ ਘਰ ਦੇ ਵਿੱਚ ਗਏ, ਇੱਕ ਬੁੱਟ ਮੋਟਰਸਾਈਕਲ ਕਹਿੰਦੇ ਵੀ ਲਾਲੇ ਤਲਵੰਡੀ ਨੂੰ ਮਿਲਿਆ ਲੰਡੇ ਕੇ ਕਬੱਡੀ ਕੱਪ ਦੇ ਉੱਪਰ। ਲਓ ਉਧਰਲੇ ਬੰਨੇ ਬਲਜੀਤ ਕਬੱਡੀ ਪਾਉਂਦਾ ਹੋਇਆ ਸਰਦਾਰ ਦਰਸ਼ਨ ਸਿੰਘ ਮਾਨ ਕਰਦਾ, ਮਾਨ ਕਰਦਾ ਮੇਰੇ ਵੀਰੋ ਮੱਖਣ ਚੜਿਕ ਵਾਲਾ ਇਸ ਨੌਜਵਾਨ ਦੀ ਖੇਡ ਦੇ ਉੱਪਰ। ਉਧਰਲੇ ਬੰਨੇ ਕਹਿੰਦੇ ਵੀ ਵਿਦੇਸ਼ਾ ਨੌਜਵਾਨ ਪੜਾਣੇ ਪਿੰਡ ਦੀ ਧਰਤੀ ਦਾ ਪੱਟੀ ਹੋਈ ਖੁੱਚ ਹੈ, ਨੌਜਵਾਨ ਗਬਰੂ ਦੀ ਚੱਲ ਵੀ ਲਾਉਂਦਾ ਪਾ ਕਬੱਡੀ ਨਿਧਾਂ ਵਾਲੀ ਆ ਬੇਅੰਤ ਜ਼ਿੰਦਗੀ ਦਾ ਸਤਿਕਾਰ ਜੋ ਖਿਡਾਰੀ ਹੈ ਉਹ ਆਪਣੀ। ਬਲਵੀਰ ਸਿੰਘ ਬਰਾੜ ਵੱਲੋਂ 100 ਰੁਪਇਆ ਗਗਨੇ ਲਈ ਲਈ, ਸੋ ਗਗਨੇ ਜਾਣ ਲੱਗੇ ਟੈਕਨੀਕਲ ਸਟੇਜ ਤੋਂ ਪੈਸੇ ਲੈ ਜਾਣਾ ਜੀ। ਬੇਅੰਤ ਵੀ ਪੁੱਜ ਰਿਹਾ ਆਪਣੀ ਟੀਮ ਨੂੰ ਲੈ। ਉਧਰਲੇ ਬੰਨੇ ਮੈਚ ਬਹੁਤ ਹੀ ਤਕੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ, ਚੱਲ ਵੀ ਲਾਉਂਦਾ ਪੰਡੋਰੀ ਪਿੰਡ ਵਾਲਿਆਂ ਪਾ ਕਬੱਡੀ, ਯਾਰ ਜਵਰਾਜ ਜੰਨੂ ਵਾਲੀਆਂ ਲਈ ਪਹਿਲੀ ਉਡਾਣ ਭਰੀ ਇਸ ਖਿਡਾਰੀ ਨੇ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਵੱਖ ਵੱਖ ਕਹਿੰਦੇ ਵੀ ਕਬੱਡੀ ਕੱਪਾਂ ਦੇ ਵਿੱਚ ਧੁੰਮਾਂ ਪਾਈਆਂ ਨੌਜਵਾਨ ਨੇ ਸਵਾਮੀ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲ ਦੀ ਟੀਮ ਦੀ ਤਰਫੋਂ ਖੇਡਿਆ, ਪਹਿਲ ਪਖੜ ਦੀ ਕਬੱਡੀ ਮੇਹਰ ਸਿਮਲ ਦੀ ਟੀਮ ਦੀ ਤਰਫੋਂ ਖੇਡੀ ਹੈ ਇਸ ਖਿਡਾਰੀ ਨੇ ਮੇਰੇ ਵੀਰੋ। ਉਧਰਲੇ ਬੰਨੇ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਵੀਰ ਉਸ ਵਿਛੜੀ ਹੋਈ ਸ਼ਖਸੀਅਤ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਹੈ, ਜੋਗਿੰਦਰ ਖਾਲਸਾ ਜੀ, ਡਾਕਟਰ ਹਰਜੀਤ ਜੀ, ਬਲਦੇਵ ਰਾੜ ਕੈਨੇਡਾ ਜੀ, ਜਿਹਨਾਂ ਵੱਲੋਂ ਅੱਜ ਮਾਣ ਸਨਮਾਨ ਲਾਲਾ ਤਲਵੰਡੀ ਭਾਈ ਤੇ ਬਲਦੇਵ ਲੱਲੇ ਤੇ ਮੇਰਾ ਵੀਰ ਸੇਵਕ ਰਾਣੀ ਬਰਾੜ ਜੀ ਜਿਹੜਾ ਮਾਝੇ ਦੀ ਧਰਤੀ ਦਾ ਖਿਡਾਰੀ ਹੈ, ਉਧਰਲੇ ਬੰਨੇ ਅਮਨਾ ਡਗਰੂ ਇਹਨਾਂ ਦੇ ਮਾਣ ਸਨਮਾਨ ਹੋਣੇ ਹੈ। ਨਿਧਾਂ ਵਾਲੀ ਆ ਬੇਅੰਤ ਆਪਣੀ ਟੀਮ ਨੂੰ ਲੈ ਪੁੱਜਿਆ, ਆਪਾਂ ਧੰਨਵਾਦ ਕਰਾਂਗੇ ਬੇਅੰਤ ਵੇਟ ਗਵਾ ਦੇ ਵਿੱਚ ਪੁੱਜਣਾ ਨੌਜਵਾਨਾਂ ਤੇ ਨਾਲ ਕਹਿੰਦੇ ਵੀ ਰਾਲੀ ਦੀ ਧਰਤੀ ਦਾ ਹਰਪ੍ਰੀਤ ਬੰਬ ਲੰਡੇ ਕੇ ਪਿੰਡ ਦਾ ਨਿੱਕਾ ਨਾਲ ਪੁਰਾਣੇ ਵਾਲੀਆਂ ਨੌਜਵਾਨ ਵਿਸ਼ੇਸ਼ ਤੌਰ ਤੇ ਦੋ ਨਿੱਕੇ ਇਸ ਟੀਮ ਦੇ ਵਿੱਚ ਪੁੱਜੇ ਹੈ ਤੇ ਹਰਪ੍ਰੀਤ ਵੇਟ ਗਵਾ ਦੇ ਚਲੀਆਂ ਜਾਣ ਟੀਮਾਂ। ਕਿਰਪਾ ਕਰਕੇ ਜਿੱਥੇ ਵਿਹਲਾ ਚਲੇ ਜਾਓ, ਆਜ਼ਾਦ ਕਬੱਡੀ ਕਲੱਬ ਕੱਲ ਵੀ ਉੱਥੇ ਪਹੁੰਚੇ ਤੇ ਨਿਧਾਂ ਵਾਲੀ ਟੀਮ ਵੀ ਜਿਹੜੀ ਕਿਰਪਾ ਕਰਕੇ ਵੇਟ ਗਵਾ ਦੇ ਵਿੱਚ ਜਿਹੜੀਆਂ ਟੀਮਾਂ ਪੁੱਜਣਗੀਆਂ। ਇਸ ਤੋਂ ਬਾਅਦ ਮੈਚ ਹੋਣਾ ਵਕੀਲਾਂ ਵਾਲਾ ਤੇ ਖੋਸਾ ਰਣਧੀਰ ਦਾ, ਉਹ ਟੀਮਾਂ ਆਪਣੀਆਂ ਗੱਡੀਆਂ ਕੋਲੇ ਤਿਆਰੀਆਂ ਖਿੱਚ ਲੈਣ, ਜਿਸ ਪਿੰਡ ਦਾ ਗੱਭਰੂ ਆਹ ਕਬੱਡੀ ਪਾਉਂਦਾ ਚੱਲ ਵੀ
ਆਜਵਾਨਾ ਜਿਸ ਗੱਭਰੂ ਦੇ ਵੱਜਦੇ ਮੋਬਾਈਲਾਂ ਉੱਤੇ ਗੀਤ ਚੋਟੀ ਦਾ ਖਿਡਾਰੀ ਲੋਕੀ ਕਹਿਣ ਖੋਸਾ ਰਣਜੀਤ ਦਾ ਬਲਜੀਤ ਇੱਕ ਬਲਜੀਤ ਸੈਦੋ ਪਿੰਡ ਦੀ ਧਰਤੀ ਦਾ ਜਿਹੜਾ ਕੈਨੇਡਾ ਤੋਂ ਸਿੱਧਾ ਪੰਜਾਬ ਦਾ ਵਰਲਡ ਕਬੱਡੀ ਕੱਪ ਖੇਡਣ ਆਉਂਦਾ ਆਏ ਸਾਲ ਤੇ ਪੰਜਾਬ ਦੇ ਕਬੱਡੀ ਖੇਡ ਮੇਲੇ ਵੀ ਖੇਡ ਫਿਰ ਕਹਿੰਦੇ ਵੀ ਇੰਡੀਆ ਤੋਂ ਕੈਨੇਡਾ ਪਰਤ ਜਾਂਦਾ ਚੱਲ ਵੀ ਨਾ ਜਾਂਦਾ ਤਾਂ ਕਬੱਡੀ ਉਧਰਲੇ ਬੰਨੇ ਗਗੜੇ ਪਿੰਡ ਵਾਲਾ ਬਿੱਲਾ ਕਹਿੰਦੇ ਵੀ ਕਹਿਰ ਦੀ ਕਬੱਡੀ ਖੇਡਦਾ ਪੰਦਰਾਂ ਪੰਦਰਾਂ ਵੀਹ ਵੀਹ ਜਾਫੇ ਜਿਹੜੇ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਮੈਂ ਦੱਸਾਂ ਦਰਸ਼ ਵੀਰੋ ਜਿੰਨੇ ਵੀ ਪੰਜਾਬ ਦੇ ਵਿੱਚ ਕਬੱਡੀ ਕੱਪ ਹੋਏ ਆ ਸਭ ਤੋਂ ਵੱਧ ਜਿਹੜੇ ਜਾਫੇ ਆ ਆਹ ਟੀਮ ਨੇ ਲਾਏ ਆ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਨੇ ਸਭ ਤੋਂ ਵੱਧ ਜਿਹੜੇ ਜਾਫੇ ਲਾਏ ਆ ਇਧਰਲੇ ਬੰਨੇ ਗਗੜਾ ਪਿੰਡ ਹੈ ਟਾਲੇ ਦਾ ਧਾਵੀ ਨੂੰ ਹੱਥ ਪਾਉਂਦਾ ਨਹੀਂ ਉਹ ਢਿੱਲਾ ਚੋਟੀ ਦਾ ਜਾਫੀ ਹੈ ਲੋਕੀ ਕਹਿਣ ਗਗੜੇ ਦਾ ਬਿੱਲਾ ਚੋਟੀ ਦਾ ਜਾਫੀ ਹੈ ਭਰਾਵਾਂ ਵਾਲਾ ਪਿਆਰ ਇਸ ਖਿਡਾਰੀ ਦੇ ਨਾਲ ਉਧਰਲੇ ਬੰਨੇ ਅਮਨਾ ਪੰਡੋਰੀ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਪੰਡੋਰੀ ਖੱਤਰੀਆਂ ਪਿੰਡ ਕਹਿੰਦੇ ਵੀ ਤਲਵੰਡੀ ਭਾਈ ਦਾ ਏਰੀਆ ਉਧਰਲੇ ਬੰਨੇ ਮੈਂ ਚਾਦਰ ਕੱਢਦੀ ਵੇ ਉੱਤੇ ਪਾਉਂਦੀ ਵੇਲਾ ਮੇਰੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਮੀ ਬਾਬਲ ਦੀ ਕੂਟਾਂ ਦਾ ਰਾਜਾ ਮੈਂ ਆ ਕੇ ਬਾਪੂ ਨੂੰ ਰੇਲਾਂ ਰੁਕਾਵਾਂ ਰੇਲਾਂ ਵੀ ਰੁਕਦੀਆਂ ਸੰਦ ਬੜੇ ਮਸ਼ਹੂਰ ਹੈ ਕਬੱਡੀ ਆਲੇ ਦਰਜੇ ਦੀ ਖੇਡੀ ਜਾਂਦੀ ਹੈ ਤਲਵੰਡੀ ਭਾਈ ਦੇ ਵਿੱਚ ਉਧਰਲੇ ਬੰਨੇ ਨਵਦੀਪ ਡੀਸੀ ਦੇ ਹੋਈ ਰੂਹ ਅੰਗਰੇਜ਼ ਬਿੱਲਾ ਜੀ ਉਧਰਲੇ ਬੰਨੇ ਲੱਲਿਆਂ ਵਾਲਾ ਬਲਦੇਵ ਤੇ ਨਾਲ ਕਹਿੰਦੇ ਵੀ ਤਲਵੰਡੀ ਦਾ ਲਾਲਾ ਜਿਹਨੇ 25,000 ਰੁਪਏ ਦਾ ਜਾਫਾ ਮਾਛੀ ਬੁਗਰੇ ਦੇ ਕਬੱਡੀ ਦੇ ਕੱਪ ਤੇ ਲਾ ਕਹਿੰਦੇ ਵੀ ਕਬੱਡੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਉਹ ਜਾਫਾ ਤੇ ਮਹੀਆਂ ਵਾਲੇ ਦੇ ਕਬੱਡੀ ਕੱਪ ਦੇ ਉੱਪਰ ਆਪਦਾ ਭਤੀਜਾ ਮੇਰੇ ਵੀਰੋ ਜਿਹਨੂੰ ਇੱਕ ਜਾਫੇ ਤੇ ਬੁਲਟ ਮਿਲਿਆ ਵਾਹ ਨੌਜਵਾਨਾਂ ਖੇਡ ਮੈਦਾਨ ਵਿੱਚ ਕਹਿੰਦੇ ਵੀ ਨੌਜਵਾਨ ਰੋਕੜੀਆਂ ਤਾਲਾ ਲਾ ਕੇ ਬਹਿ ਗਿਆ ਬੜਾ ਚਿਹਰਾ ਜਾਫੀ ਹੈ ਜਿੰਨਾ ਕਹਿੰਦੇ ਵੀ ਨਿੱਕਾ ਮਾਝੇ ਵਾਲੇ ਇਹ ਮੁੰਡਾ ਤੂਫਾਨ ਜਾਫੀ ਹੈ ਵਾਹ ਨੌਜਵਾਨਾਂ ਬਹੁਤ ਹੀ ਤਕੜਾ ਜਾਫਾ ਲਾਇਆ ਨੌਜਵਾਨ ਨੇ ਇਹ ਵੀ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਖੇਡ ਆਇਆ ਬੱਲੇ ਬੱਲੇ ਕਰਵਾਉਂਦਾ ਬੀਤਾ ਜਿੱਥੇ ਜਾਂਦਾ ਏ ਤੇ ਖੋਸੇਰ ਤੀਰ ਦਾ ਕੱਢੂ ਜਾਫਾ ਤਾਮਾ ਖਾਂਦਾ ਏ ਮੈਣੋ ਤਾਰ ਵੀ ਜਿੱਤੀ ਹੈ ਸੋ ਬਰਾੜੋ ਵੱਲੋਂ 100 ਰੁਪਇਆ ਰਮਣੇ ਦੇ ਵਾਸਤੇ ਜਿਹੜਾ ਉਹਨਾਂ ਨੇ ਜੱਫਾ ਲਾਇਆ ਬੱਲੇ ਬਰਾੜ ਕੈਨੇਡਾ ਵੱਲੋਂ ਡਾਕਟਰ ਹਰਜੀਤ ਵੱਲੋਂ 100 ਰੁਪਇਆ ਰਮਣੇ ਦੇ ਵਾਸਤੇ ਬੇਨਤੀ ਹੈ ਵੀ ਤੁਸੀਂ ਪਿਆਰ ਨਾਲ ਚਲੇ ਜਾਓ ਨਿੱਕੇ ਬਹਿ ਜਾਓ ਯਾਰ ਉੱਥੇ ਬਹਿ ਜਾਓ ਲੰਡੇ ਕੇ ਪਿੰਡ ਵਾਲਿਆ ਜੇ ਤੁਸੀਂ ਆਪਣੇ ਆਪ ਨੂੰ ਤਿਆਰ ਰੱਖਣਾ ਤੇ ਐਂਟਰੀ ਗੇਟ ਤੋਂ ਬਾਅਦ ਜਿਹੜਾ ਗਰਾਊਂਡ ਵਿਹਲਾ ਪਿਆ ਪਰਲੇ ਬੰਨੇ ਬਿਆਨ ਤੇ ਇਹਨਾਂ ਨੂੰ ਬਿਠਾ ਲਓ ਕਿਰਪਾ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਤਿਆਰ ਰੱਖਣਾ ਤੇ ਐਂਟਰੀ ਗੇਟ ਤੋਂ ਥੋੜਾ ਪਰਲੇ ਬੰਨੇ ਹੋ ਕੇ ਤੁਸੀਂ ਭੱਜ ਨੱਸ ਲਓ ਤਾਂ ਕਿ ਤੁਹਾਡਾ ਜਿਹੜਾ ਸਰੀਰ ਹੈ ਔਰ ਇਸ ਕਬੱਡੀ ਨਾਲ ਹੀ ਕਬੰਨੇ ਕਹਿੰਦੇ ਵੀ ਗੋਰਾ ਪੜਾਣੇ ਦੀ ਧਰਤੀ ਦਾ ਇਹ ਵੀ ਇੰਗਲੈਂਡ ਖੇਡਿਆ ਔਰ ਮੈਚ ਸਮਾਪਤੀ ਵੱਲ ਹੈ ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਉਹ ਬਿਲਕੁਲ ਤਲਵੰਡੀ ਭਾਈ ਦੇ ਜਿਹੜੇ ਪੁਆਇੰਟ ਨੇ ਉਹਨੇ 11.5 ਤੇ ਪੜਾਣੇ ਦੇ ਜਿਹੜੇ ਪੁਆਇੰਟ ਨੇ 8 ਇਸ ਮੈਚ ਦੀ ਜਿਹੜੀ ਜੇਤੂ ਟੀਮ ਤਲਵੰਡੀ ਭਾਈ ਨੇਧਾਂ ਵਾਲਾ ਤੇ ਆਜ਼ਾਦ ਕਬੱਡੀ ਕਲੱਬ ਕੱਲ ਸੈਂਟਰਲੈਂਡ ਤੇ ਆਉਂਦੀ ਗਗਨੇ ਰਮਣੇ ਟੈਕਨੀਕਲ ਸਟੇਜ ਤੋਂ ਜਿਹੜੇ ਆਪਣੇ ਇਨਾਮ ਲੈ ਜਾਣ ਸੋ ਜਾਣ ਲੱਗੇ ਗਗਨ ਨੂੰ ਬੇਨਤੀ ਹੈ ਕਿ ਟੈਕਨੀਕਲ ਸਟੇਜ ਤੋਂ ਜਿਹੜੀ ਇਨਾਮ ਨੇ ਉਹਦੇ ਲੈ ਜਾਣ ਆਓ ਜੀ ਦੋਵੇਂ ਟੀਮਾਂ ਸੈਂਟਰਲੈਂਡ ਤੇ ਵਕੀਲਾਂ ਵਾਲਾ ਤੇ ਬੇਨਤੀ ਹੈ ਵੀ ਬਾਬਾ ਰਣਧੀਰ ਕਬੱਡੀ ਕਲੱਬ ਖੋਸਾ ਰਣਧੀਰ ਉੱਥੇ ਚਲੇ ਜਾਓ ਜੀ ਵੇਟ ਬਾਸ ਚੋਂ ਵਕੀਲਾਂ ਦੀ ਲਾਡੀ ਉਹ ਸਾਹਮਣੇ ਵੇਟ ਬਾਸ ਵਿਹਲਾ ਪਿਆ ਉੱਥੇ ਚਲੇ ਜਾਓ ਜੀ ਕਿਰਪਾ ਕਰਕੇ ਮੇਰੀ ਬੇਨਤੀ ਹੈ
ਉੱਥੇ ਜਿਹੜੀਆਂ ਟੀਮਾਂ ਰੁਕਣਗੀਆਂ ਕਿਉਂਕਿ ਜਿਹੜੇ ਵੀਰ ਦੇਖਣ ਆਏ ਆ ਕਬੱਡੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਜਦੋਂ ਤੁਸੀਂ ਇੱਧਰ ਕਿਤੇ ਉੱਧਰ ਨੂੰ ਭੱਜਦੇ ਹੋ। ਸਾਡੀ ਵੀ ਮਜਬੂਰੀ ਹੈ, ਤੁਹਾਡੀ ਵੀ ਮਜਬੂਰੀ ਹੈ। ਉਧਰਲੇ ਬੰਨੇ ਵਕੀਲਾਂ ਦੀ ਜਿਹੜੀ ਟੀਮ ਪੁੱਜ ਗਈ ਹੈ ਕੀਪਾ ਭਲੂਰ ਪਿੰਡ ਵਾਲਾ, ਤੇ ਨਾਲ ਮੈਂ ਦੇਖਦਾ ਵੀ ਮੋਦਗੀ ਦਾ ਬੱਬੂ ਜੀ ਨੂੰ ਬੁਲਟ ਮਿਲਿਆ ਘੱਲਾਂ ਦੇ ਕਬੱਡੀ ਕੱਪ ਦੇ ਉੱਪਰ ਘੱਲ ਖੁਰ ਦੀ ਧਰਤੀ। ਔਰ ਪੁੱਜੇ ਹੋਏ ਸਤਿਕਾਰ ਜੋ ਖਿਡਾਰੀਆਂ ਦਾ ਬਹੁਤ ਵੱਡਾ ਧੰਨਵਾਦ ਹੈ। ਕੀਪੇ ਬੇੜਕ ਮਾਸ ਦੇ ਚਲੇ ਜਾਓ ਬੱਬੂ ਜਲਦੀ ਨਾਲ। ਸੋ ਮਾਨ ਸਨਮਾਨ ਹੋਣੇ ਨੇ ਜੀ ਸਾਡੇ ਵੀਰ ਜਿਹੜਾ ਸਾਨੂੰ ਛੱਡ ਗਿਆ, ਜੋਗਿੰਦਰ ਸਿੰਘ ਖਾਲਸਾ, ਡਾਕਟਰ ਹਰਜੀਤ ਤੇ ਬਲਦੇਵ ਸਿੰਘ ਬਰਾੜ ਦੇ ਵੱਲੋਂ, ਲਾਲਾ ਤਲਵੰਡੀ ਭਾਈ, ਬਲਦੇਵ ਸਿੰਘ ਲੱਲੇ ਸੇਵਕ, ਅਮਨਾ ਡਗਰੂ। ਸੋ ਜਦੋਂ ਵੀ ਸੇਵਕ ਰਾਣੀ ਮਲਾ, ਸੋ ਇਹਨਾਂ ਦੇ ਮਾਨ ਸਨਮਾਨ ਵੀ ਹੋਣੇ ਨੇ ਜੀ। ਜਦੋਂ ਇਹ ਮੇਰੇ ਵੀਰ ਬੜੇ ਸਤਿਕਾਰਯੋਗ ਵੀਰ ਨੇ, ਜਦੋਂ ਵੀ ਆ ਜਾਣਗੇ, ਸੋ ਇਹਨਾਂ ਦੇ ਮਾਨ ਸਨਮਾਨ ਬਲਦੇਵ ਬਰਾੜ ਕੈਨੇਡਾ, ਡਾਕਟਰ ਹਰਜੀਤ ਔਰ ਸਾਡੇ ਵੀਰ ਜਿਹੜਾ ਵਿਛੜ ਗਿਆ ਉਹਨਾਂ ਦੇ ਵੱਲੋਂ ਇਹਨਾਂ ਦੇ ਮਾਨ ਸਨਮਾਨ ਹੋਣੇ ਨੇ ਜੀ। ਓਵਰ ਟੂ ਬੂਟਾ। ਲਓ ਜੀ, ਵੇਦਾਂ ਵਾਲੇ ਦੀ ਜਿਹੜੀ ਟੀਮ ਹੈ ਪੁੱਜ ਗਈ ਹੈ ਗੁਰੂ ਘਰ ਵਾਲੀ ਸਾਈਡ, ਔਰ ਖੇਡ ਮੈਦਾਨ ਵਿੱਚ ਪਹਿਲੀ ਜਿਹੜੀ ਕਬੱਡੀ ਆਜ਼ਾਦ ਕਬੱਡੀ ਕਲੱਬ ਘੱਲ ਦੀ ਤਰਫੋਂ ਪੈਂਦੀ ਹੈ। ਇੱਕ ਬੰਨੇ ਨਿੱਕਾ ਪੁਰਾਣੇ ਵਾਲੀ ਧਰਤੀ ਦਾ, ਨਾਲ ਮੈਂ ਦੇਖਦਾ ਵੀ ਵੇਦਾਂ ਵਾਲੀ ਜੀਤ ਵਰਗੇ ਕਬੱਡੀ ਦੇ ਬਹੁਤ ਤਕੜੇ ਖਿਡਾਰੀ ਹੈ। ਉਧਰਲੇ ਬੰਨੇ ਨਿੱਕਾ ਮੋਰਨੀ ਆਪਦੇ ਇਸ ਖਿਡਾਰੀ ਨੂੰ ਖੇਡ ਮੈਦਾਨ ਵਿੱਚ ਪਹਿਲੀ ਕਬੱਡੀ ਦੇ ਉੱਪਰ ਚੱਲ ਵੀ ਵੇਦਾਂ ਵਾਲੀ ਆ। ਉਧਰਲੇ ਬੰਨੇ ਜਗਰਾਜ ਮਾਲਾ ਬੈਠਾ ਮੇਰਾ ਵੀਰ, ਕਹਿੰਦੇ ਵੀ ਮਾਟਲ ਵੈਲੀ ਕਬੱਡੀ ਕਲੱਬ ਨੂੰ ਰਨ ਕਰਦਾ, ਕਹਿੰਦੇ ਵੀ ਸੌ ਖਾਧੀ ਜਾ ਸਕਦੀ ਇਸ ਖਿਡਾਰੀ ਦੀ ਜੇ ਕਬੱਡੀ ਵਿੱਚ ਜਾਈਏ। ਇਹਨਾਂ ਨਸ਼ਿਆਂ ਤੋਂ ਰਹਿਤ ਹੈ ਨੌਜਵਾਨ ਵੇਦਾਂ ਵਾਲੀ ਆ। ਬੇਅੰਤ ਕਬੱਡੀ ਪਾਉਂਦਾ ਹੋਇਆ ਸਾਊ ਜੇ ਸਵਾਦ ਦਾ ਮੁੰਡਾ ਕਰਦਾ ਨਾ ਹਿੰਡ ਵੀ, ਚੋਟੀ ਦਾ ਖਿਡਾਰੀ ਜਿਹਦਾ ਨੇਧਾਂ ਵਾਲਾ ਪਿੰਡ ਵੀ। ਉਧਰਲੇ ਬੰਨੇ ਹਲਕਾ ਜਿਹਾ ਤੇ ਆਸਾਨ ਜਿਹਾ ਪੁਆਇੰਟ ਮੇਰੇ ਵੀਰ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ, ਨੇਧਾਂ ਵਾਲੀ ਆ ਬੇਅੰਤ। ਤੇ ਨਾਲ ਮੈਂ ਦੇਖਦਾ ਵੀ ਰੌਲੀ ਵਾਲਾ ਬੰਬ ਪੁੱਜਿਆ ਲੋਕੀ, ਹਰਪ੍ਰੀਤ ਕਹਿੰਦੇ ਆ, ਕਹਿੰਦੇ ਵੀ ਉਧਰਲੇ ਬੰਨੇ ਕਰਮਪਾਲ ਸਿੱਧੂ ਲੰਡੇ ਕੇ ਪਿੰਡ ਵਾਲਾ, ਜਿਸ ਟੀਮ ਦੇ ਲਈ ਨੌਜਵਾਨ ਨੇ ਕੈਨੇਡਾ ਦੇ ਵਿੱਚ ਧੁੰਮਾ ਪਾਈਆਂ। ਤੇ ਉਧਰਲੇ ਬੰਨੇ ਪੁਰਾਣੇ ਵਾਲਾ ਪਿੰਡ ਹੈ, ਪਰਮਗਿੱਲ ਜੀ ਕਹਿੰਦੇ ਵੀ ਕੈਨੇਡਾ ਦੇ ਵਿੱਚ MLA ਹੈ। ਉਧਰਲੇ ਬੰਨੇ ਦੇਖਦੇ ਵੀ ਸਿਆਟ ਵਿੱਚ ਵੀ ਬਹੁਤ ਵੱਡਾ ਨਾਮ ਹੈ, ਨੌਜਵਾਨ ਪੁਰਾਣੇ ਵਾਲੇ ਦੀ ਧਰਤੀ ਦਾ ਨਿੱਕਾ, ਕਹਿੰਦੇ ਵੀ ਚਾੜ ਬਗਲ ਪੈਂਦਾ ਇਹ ਗਰਾਊਂਡਾਂ ਵਿੱਚ ਵਾਹ ਜੋਧਿਆ, ਲਹਿੰਦੇ ਨੇ ਬਗਾਨੇ ਪੁੱਤ ਢਾ ਜੋਧਿਆ। ਲਓ ਚੱਲਿਆ ਰਾਲੀ ਦੀ ਧਰਤੀ ਦਾ ਬੰਬ, ਕਬੱਡੀ ਪਾਉਣ ਲਈ ਹਰਪ੍ਰੀਤ ਆਖਦੇ ਹੈ, ਕਹਿੰਦੇ ਵੀ ਤਕਦੀਰ ਖੇਡੀ ਤੇ ਨੌਜਵਾਨ ਕੈਨੇਡਾ ਧੁੰਮਾ ਪਾਇਆ ਇਸ ਸੀਜ਼ਨ ਵਿੱਚ। ਲਓ ਸਾਹਮਣੇ ਜਿਹੜੀ ਕਬੱਡੀ ਹੈ ਹਰਪ੍ਰੀਤ ਰਾਲੀ ਦੀ ਧਰਤੀ ਦਾ, ਕਿ ਭਾਰਤ ਮਾਨਾ ਉਸ ਪਿੰਜਰੇ ਦਾ ਜੋ ਗੜ ਹੈ ਅਰਖੀ ਸ਼ੇਰਾਂ ਦਾ, ਜਿੱਥੇ ਗੁਰੂ ਗੋਬਿੰਦ ਜੀ ਜਨਮ ਲਿਆ, ਮੁੱਲ ਪੈਂਦਾ 13-13 ਦਾ, ਕਹਿੰਦੇ ਵੀ 13 April 2013 ਦਾ ਸਾਲ। ਤੇ ਇਧਰਲੇ ਬੰਨੇ ਨੌਜਵਾਨ ਕਹਿੰਦੇ ਵੀ ਸਿੱਪੀ ਗਿੱਲ ਦੀਆਂ ਆਈਆਂ ਹੋਈਆਂ ਗੱਲਾਂ ਤੇ ਖੋਸਰ ਤੀਰ ਪੁੱਜ ਗਿਆ ਮੇਰੇ ਵੀਰ ਫਿੱਡੂ ਹੋਰੀ। ਉਧਰਲੇ ਬੰਨੇ ਕਹਿੰਦੇ ਵੀ ਨੌਜਵਾਨ ਕਪੂਰਿਆਂ ਦਾ ਗੇਜੀ ਪੁੱਜਿਆ ਹੋਇਆ, ਆਪਾਂ ਧੰਨਵਾਦ ਕਰਾਂਗੇ ਮਨਪ੍ਰੀਤ ਦਾਦਾ ਹੂਰ ਦੀ ਧਰਤੀ ਦਾ। ਅਮਨੇ ਸਾਈਡ ਤੇ ਉਹ ਵੇਖਦਾ ਵੇਦਵਾਸ ਬਣਿਆ ਬਿੱਟੂ ਫਿੱਡੂ, ਉੱਥੇ ਚਲੇ ਜਾਓ, ਬਹੁਤ ਮਿਹਰਬਾਨੀ। ਇੱਕ ਬੰਨੇ ਪੁਰਾਣੇ ਵਾਲੀਆਂ ਨਿੱਕਾ, ਦੂਸਰੇ ਬੰਨੇ ਕਹਿੰਦੇ ਵੀ ਭਾਰਾ ਸਰੀਰ ਹੈ, ਕਹਿੰਦੇ ਵੀ ਘੱਲਾ ਵਾਲਾ, ਕਹਿੰਦਾ ਨੰਗ ਉਕਦਰ ਦੀ ਨਗਰਾਂ ਰੱਖਿਆ ਭਾਣ ਤੇ ਹੱਥ, ਢਿੱਲੇ ਪੈ ਗਿਆ ਗਾਨੀ ਦੇ ਮਰ ਕੇ ਨੀ ਵਸ ਪੈ ਕੇ ਅਰਬਾਂ ਦੇ। ਤੇ ਪੁਆਇੰਟ ਜਿਹੜਾ ਕਹਿੰਦੇ ਵੀ ਨੇਧਾਂ ਵਾਲੀ ਦੀ ਟੀਮ ਦੇ ਹਿੱਸੇ, ਅਗਲਾ ਰਾਣ ਜਿਹੜਾ ਡਾਕਟਰ ਜੀ ਹੋਣਾ ਉਹ ਅਕੈਡਮੀਆਂ ਦੇ ਮੈਚਾਂ ਨਾਲੋਂ ਕਿਤੇ ਘੱਟ ਨੀ ਗੱਲ ਹੋਣੀ, ਵੱਧ ਹੋਣੀ ਹੈ। ਕਹਿੰਦੇ ਜਿਹੜੀਆਂ 6-7 ਟੀਮਾਂ ਸੋਨਾ ਤਰਸੀ ਜੀ ਬਹੁਤ ਤਕੜੀਆਂ, ਔਰ ਖੇਡ ਮੈਦਾਨ ਵਿੱਚ ਕਬੱਡੀ, ਨੌਜਵਾਨ ਪ੍ਰਦੀਪ ਪਾਉਂਦਾ ਹੋਇਆ ਮੱਖਣ ਚੜਿਕ ਦੀ ਟੀਮ ਦਾ ਸੁਪਰ ਸਟਾਰ ਖਿਡਾਰੀ, ਇਧਰਲੇ ਬੰਨੇ ਹਰਦਾਸੇ ਵਾਲਾ ਹਰਦਿਆਲ, ਉਧਰਲੇ ਬੰਨੇ ਵਕੀਲਾਂ ਦਾ ਸੋਖਾ ਤੇ ਨਾਲ ਸੋਨੀ ਬਾਹਰ ਨੌਜਵਾਨਾਂ ਮੱਝੀ ਹੋਈ ਖਿੱਚ ਉਧਰ।
ਤੇ ਬੰਨੀ ਬਾਹ ਨਾ ਜਾਂਦਾ ਫਰੰਦੀਪੁਰੀਏ ਗੋਪੀ ਮਨ ਨੂੰ ਮਾਰਦਾ ਖਿੱਚ ਚੀਤੇ ਜਿੰਨੀ ਫੁਰਤੀ ਆ ਯਾਰੋ ਸੁੱਖੇ ਵਿੱਚ ਆ ਗੱਭਰੂ ਆ ਜਿਹਦੇ ਵਿੱਚ ਚੀਤੇ ਜਿੰਨੀ ਫੁਰਤੀ ਹੈ ਮੇਰੇ ਨਾਲ ਆਇਆ ਮੇਰਾ ਵੀਰ ਮਨਪ੍ਰੀਤ ਪਰਦਿਆਲ ਵੇਟ ਗਵਾਦ ਵਿੱਚ ਚਲੇ ਜਾਓ ਖਿਡਾਰੀ ਭਾਵੇਂ ਜੂਨੀਅਰ ਭਾਵੇਂ ਸੀਨੀਅਰ ਕਬੱਡੀ ਦੇ ਨਿਯਮ ਸਾਰਿਆਂ ਲਈ ਇੰਨ ਬਿੰਨ ਹੈ ਕਿਰਪਾ ਕਰਕੇ ਸੁੱਖੇ ਵੀਰ ਵੇਟ ਗਵਾਦ ਵਿੱਚ ਚਲੇ ਜਾਓ ਸ਼ਿੰਦੇ ਕਿਰਪਾ ਕਰਕੇ ਬੇਨਤੀ ਹੈ ਨੌਜਵਾਨ ਨੂੰ ਉੱਥੇ ਚਲੇ ਜਾਓ ਬਹੁਤ ਮਿਹਰਬਾਨੀ ਦੇਖਣ ਵਾਲੇ ਵੀਰਾਂ ਨੂੰ ਬੜੀ ਦਿੱਕਤ ਆਉਂਦੀ ਹੈ ਐ ਮਨਪ੍ਰੀਤ ਦਾਦਾ ਹੋਰ ਬੈਕ ਉੱਥੇ ਚਲੇ ਜਾਓ ਭਰਾ ਜੀ ਬਹੁਤ ਮਿਹਰਬਾਨੀ ਚੱਲ ਵੀ ਨੌਜਵਾਨਾਂ ਨੇ ਤਾਂ ਵਾਲੀ ਆਪਾਂ ਕਬੱਡੀ ਖੇਡ ਮੈਦਾਨ ਵਿੱਚ ਇਧਰਲੇ ਬੰਨੇ ਹੈ ਫਕਰਾਂ ਦੀ ਕਿਰਪਾ ਨਹੀਂ ਪਿੰਡ ਭਗਤੇ ਵਾਲੇ ਤੇ ਭਗਤੇ ਵਾਲੇ ਨੇ ਗੀਤ ਲਿਖਿਆ ਉਧਰਲੇ ਬੰਨੇ ਦੁੱਧ ਮੱਖਣ ਦਾ ਰਹਿੰਦਾ ਨੈਣਾ ਵਿੱਚ ਸਰੂਰ ਕੁੜੇ ਭਗਤੇ ਵਾਲਾ ਪਹਿਲੇ ਨਸ਼ਿਆਂ ਤੋਂ ਕੋਹਾਂ ਦੂਰ ਕੁੜੇ ਉਧਰਲੇ ਬੰਨੇ ਕੋਹਾਂ ਦੂਰ ਹੈ ਢਾਲੀ ਵੀ ਕਹਿੰਦੇ ਰਾਹ ਤੱਕ ਖੜ ਗਿਆ ਕਹਿੰਦਾ ਨੰਗੋ ਕਿੱਧਰ ਨੇ ਲੰਘਣਾ ਖੇਡ ਮੈਦਾਨ ਵਿੱਚ ਵੱਜੀਆਂ ਹੋਈਆਂ ਤਾੜੀਆਂ ਤੇ ਪੁਆਇੰਟ ਜਿਹੜਾ ਨੇਤਾ ਵਾਲੀਏ ਬੇਅੰਤ ਦਾ ਮੈਦਾਨ ਵਿੱਚ ਪੈਂਦੀ ਹੋਈ ਕਬੱਡੀ ਤਾੜੀਆਂ ਆਪ ਮੁਹਾਰੇ ਵੱਜਦੀਆਂ ਜਦੋਂ ਕੋਈ ਖਿਡਾਰੀ ਜਾਨ ਨਾ ਪਾੜ ਲੈਂਦਾ ਜਾਂ ਜਾਨ ਨਾ ਕਬੱਡੀ ਪਾਉਂਦਾ ਇੱਕ ਬੰਨੇ ਨਿੱਘਾ ਉਧਰਲੇ ਬੰਨੇ ਨੌਜਵਾਨ ਦੀ ਪੱਟੀ ਹੋਈ ਖੁੱਚ ਹੈ ਕਹਿੰਦੇ ਵੀ ਜ਼ਿਲ੍ਹੇ ਬਰਨਾਲੇ ਦੇ ਵਿੱਚੋਂ ਚੰਨਣਵਾਲ ਦੀ ਧਰਤੀ ਦੇ ਕੁਲਦੀਪ ਨੇ ਇਸ਼ਾਰਾ ਕਰਨਾ ਵੀ ਪੁਆਇੰਟ ਜਿਹੜਾ ਕਿਸ ਟੀਮ ਦੇ ਹੋਏ ਸੋ ਕਰਮ ਵੱਲੋਂ ਬੇਅੰਤ ਲਈ 100 ਰੁਪਇਆ ਜੀ ਔਰ 100 ਰੁਪਇਆ ਜੀ ਬੇਅੰਤ ਸਿੰਘ ਨੰਬਰਦਾਰ ਵੱਲੋਂ ਬੇਅੰਤ ਦੇ ਵਾਸਤੇ 100 ਰੁਪਇਆ ਜੀ ਬੇਅੰਤ ਜਾਣ ਲੱਗਾ ਟੈਕਨੀਕਲ ਸਟੇਜ ਤੋਂ ਆਉਂਦੇ ਲੰਡੇ ਲੰਡੇ ਏ ਤੇ ਬੀ ਜੀ ਇਹ ਵੀ ਟੀਮਾਂ ਆਪਣੀਆਂ ਗੱਡੀਆਂ ਕੋਲੇ ਖੇਡਣ ਤਿਆਰੀਆਂ ਰਾਲੀ ਦੀ ਧਰਤੀ ਦੇ ਹਰਪ੍ਰੀਤ ਨੇ ਪਾਈ ਹੈ ਕਬੱਡੀ ਖੇਡ ਮੈਦਾਨ ਵਿੱਚ ਕਹਿੰਦੇ ਵੀ ਜਿੰਨਾ ਵਧੀਆ ਖਿਡਾਰੀ ਉਹਨਾਂ ਵਧੀਆ ਇਨਸਾਨ ਹੈ ਰਾਲੀ ਦੀ ਧਰਤੀ ਦਾ ਫੜਨਾ ਬੜਾ ਔਖਾ ਲੋਕੀ ਕਹਿੰਦੇ ਵੀ ਹੁਣੇ ਫੜਿਆ ਕਾਡੀ ਦੀ ਕਿਤਾਬ ਜਿਹੜਾ ਪਿੰਡ ਵਿੱਚੋਂ ਪੜਿਆ ਰਾਲੀ ਵਾਲਾ ਬੰਬ ਨਹੀਂ ਜਾਂਦਾ ਕਿਸੇ ਕੋਲੋਂ ਫੜਿਆ ਉਧਰਲੇ ਬੰਨੇ ਹਰਪ੍ਰੀਤ ਕਹਿੰਦੇ ਵੀ ਕੈਨੇਡਾ ਵਿੱਚ ਵੀ ਸੋਹਣੀ ਖੇਡ ਕਰਕੇ ਪਰਤਿਆ ਲਾਂਡੇ ਕੇ ਪਿੰਡ ਕਹਿੰਦੇ ਵੀ ਕਰਮਪਾਲ ਸਿੱਧੂ ਦਾ ਪਿੰਡ ਹੈ ਪੰਜਾਬ ਵਿੱਚ ਜਿਹੜਾ ਪਹਿਲਾ ਕਬੱਡੀ ਕੱਪ ਹੋਇਆ 85 ਲੱਖ ਰੁਪਏ ਦੀ ਲਾਗਤ ਵਾਲਾ ਉਹ ਕਹਿੰਦੇ ਵੀ ਮੇਜਰ ਫਲੋਰ ਤੇ ਕਰਮਪਾਲ ਸਿੱਧੂ ਹੋਰਾਂ ਨੇ ਕਰਵਾਇਆ ਜਿਹਦੇ ਵਿੱਚ 16 ਫੁੱਟ 6 ਗੱਡੀਆਂ ਸਕਾਰਪੀਓ ਤੇ ਇੱਕ ਜਿਹੜਾ ਸਵਰਾਜ ਟਰੈਕਟਰ ਦਿੱਤਾ ਗਿਆ ਸੁਖਵੀਰ ਸਰਾਵਾਂ ਨੂੰ ਉਧਰਲੇ ਬੰਨੇ ਕਬੱਡੀ ਪ੍ਰਦੀਪ ਨਿਧਾ ਵਾਲੀਏ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਤੱਕੀਏ ਨੌਜਵਾਨ ਬੜਾ ਫੁਰਤੀਲਾ ਦੇਖਦੇ ਵੀ ਅੰਬੀ ਅਠੂਰ ਕਬੱਡੀ ਕਲੱਬ ਲਈ ਖੇਡਦਾ ਨੌਜਵਾਨ ਇਧਰਲੇ ਬੰਨੇ ਜਾਨ ਬਹੁਤ ਲੱਗਦੀ ਹੈ ਸ਼ੇਰਾਂ ਜਾਏ ਹਾਸਲੇ ਤੇ ਹਾਸੀਆਂ ਦੀ ਚਾਲ ਉਹਦੇ ਵੱਲ ਕਿਹੜਾ ਚਾਕੂ ਜੀ ਦੀ ਯਾਰੀ ਗੌਡੀ ਨਾਲ ਉਹਦੇ ਵੱਲ ਕਿਹੜਾ ਚਾਕੂ ਦੀ ਯਾਰੀ ਗੌਡੀ ਨਾਲ ਕਹਿੰਦੇ ਵੀ ਢਾਲ ਪਿੰਡ ਬਹੁਤ ਤਕੜਾ ਪਿੰਡ ਹੈ ਕਬੱਡੀ ਦੇ ਖੇਤਰ ਵਿੱਚ ਔਰ ਅਗਲੇ ਮੈਚਾਂ ਦੇ ਵਿੱਚ ਦੇਖਾਂਗੇ ਉਹ ਵੀ ਜਿਹੜੀ ਟੀਮ ਬਹੁਤ ਤਕੜੀ ਹੈ ਕਹਿੰਦੇ ਵੀ ਅੱਜ ਡਾਂਗ ਦੇ ਉੱਤੇ ਡੇਰਾ ਗੱਲ ਹੋ ਜਾਣੀ ਹੈ ਔਰ ਖੇਡ ਮੈਦਾਨ ਵਿੱਚ ਡਾਂਗ ਉੱਤੇ ਡੇਰਾ ਚੜਨਾ ਇਸ ਗੱਲ ਦਾ ਝੂਠ ਨਾ ਜਾਣੀ ਤੇ ਕੁੜੀਆਂ ਦੇ ਸਿੰਘ ਹਸਣੇ ਕੋਈ ਨਿੱਤਰੂ ਵਾਲੇ ਵੇਖਾਣੀ ਪਿਛਲੇ ਸਾਲ ਵੀ ਘੱਲਾਂ ਦੀ ਟੀਮ ਨਿੱਤਰੀ ਔਰ ਉਧਰਲੇ ਬੰਨੇ ਨੌਜਵਾਨ ਭਾਰਾ ਸਰੀਰ ਤੇ ਚੰਨ ਵਾਲੀ ਆ ਕੁਲਦੀਪ ਕਹਿੰਦਾ ਇੱਕ ਕੁਲਦੀਪ ਕਲੀਆਂ ਦਾ ਬੇਤਾਜ ਬਾਦਸ਼ਾਹ ਮਾਨਕ ਸਾਹਿਬ ਕਹਿੰਦੇ ਵੀ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਤਾਣ ਗਾਊਗਾ ਪੰਚਾ ਮਾਨਕਾ ਤੇਰੇ ਨਾਲ ਦੀਆਂ ਕਿ ਸੁਨੀਆਂ ਕਰ ਗਿਆ ਗਲੀਆਂ ਮਾਨਕ ਪਿੰਡ ਜਲਾਲ ਦੀਆਂ ਉਧਰਲੇ ਬੰਨੇ ਦੇਖਦੇ ਵੀ ਡਬਲ ਟੈਕ ਹੋ ਚੁੱਕਾ ਰੰਡਿਆਲੇ ਪਿੰਡ ਦਾ ਭਿੰਦਰ ਕਹਿੰਦਾ ਵੀ ਪੁਆਇੰਟ ਜਿਹੜਾ ਬਿਲਕੁਲ ਨਿਧਾ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਹੁਤ ਹੀ ਤਕੜਾ ਮੈਚ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਵੀਰ ਪੁੱਜੇ ਇਸ ਕਬੱਡੀ ਨੂੰ ਟੱਕਣ ਲਈ ਲੰਡੇ ਕੇ ਪਿੰਡ ਵਾਲਾ ਨਿੱਕਾ ਮੋੜ ਨਹੀਂ ਸਾਹਮਣੇ ਸਿੱਖ ਲੈ ਔਰ ਉਧਰਲੇ ਬੰਨੀ ਤੁਰਨਾ ਤੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆ ਮੋੜਾ ਵੀ ਤੁਰਨਾ ਤੋਰ ਪੰਜਾਬਣ ਦੀ ਲੋਕੀ ਲੰਡੇ ਕੇ ਪਿੰਡ ਵਾਲਾ ਨਿੱਕਾ ਮੋੜ ਨਹੀਂ ਕਹਿੰਦੇ ਇਸ ਖਿਡਾਰੀ ਨੂੰ ਬਾਹ ਨੌਜਵਾਨਾਂ ਬਹੁਤ ਹੀ ਤਕੜਾ ਜੱਫਾ ਲਾ ਚੱਲ ਵੀ ਰੌਲੀ ਪਿੰਡ ਵਾਲਿਆ ਪਾ ਕਬੱਡੀ ਸਰੀਰ ਨੂੰ ਤੱਕ ਲੋਕੀ ਆਖਦੇ ਵੀ ਮੁੰਡਾ ਲੋਲਾ ਜਿਹਾ ਕਬੱਡੀ ਦਾ ਖਿਡਾਰੀ ਹੈ ਪਰ ਦਰਸ਼ਕੀਰੋ ਇਸ ਨੌਜਵਾਨ ਦੀ ਖੇਡ ਦਾ ਨਜ਼ਾਰਾ ਲੋਕੀ ਰੱਜ ਰੱਜ ਆਨੰਦ ਮਾਣਦੇ ਇਸ ਕਬੱਡੀ ਦਾ ਲਓ ਸਾਹਮਣੇ ਹਰਪ੍ਰੀਤ ਰਾਲੀ ਦੀ
ਨਹੀਂ ਕਰਤੀ, ਜਦ ਮੈਂ ਮਰ ਜਾ ਮੇਰੀ ਕਬਰ ਤੇ ਵੋ ਮੈਂ ਕਾਲਜ ਖੁਲਵਾ ਦੇਣਾ। ਗੀਤਾਂ ਤੇ ਗਾਇਕੀ ਵਿੱਚ ਕਬੱਡੀ ਵਿੱਚ ਬੜਾ ਮਸ਼ਹੂਰ ਪਿੰਡ ਹੈ ਔਰ ਇਸ ਦੇ ਨਾਲ ਹੀ ਮੁਕਾਬਲਾ ਸਮਾਪਤੀ ਵੱਲ ਹੈ। ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਡਾਕਟਰ ਜੀ ਦੱਸਿਓ, ਨੇਡਾ ਵਾਲਾ 11.5 ਪੁਆਇੰਟ ਲੈ ਜੇਤੂ ਹੋਈ ਹੈ। ਆਓ ਜੀ ਕਰਮ ਨੂੰ, ਕਰਮ ਵੱਲੋਂ 100 ਰੁਪਇਆ ਬੰਬ ਵਾਸਤੇ ਜੀ, ਇਹ ਵੀ ਆਪਣੇ ਇਨਾਮ ਜਿਹੜੇ ਟੈਕਨੀਕਲ ਸਟੇਜ ਤੋਂ ਜਾਂਦੇ ਲੈ ਜਾਣ। ਲਓ ਜੀ ਇੱਕ ਬੰਨੇ ਲੰਡੇ ਵੀ ਪੁੱਜ ਗਈ ਹੈ। ਨਾਲ ਮੈਂ ਬੇਨਤੀ ਕਰਦਾ ਵੀ ਵਕੀਲਾਂ ਵਾਲਾ ਤੇ ਟੀਮ ਖੋਸਾ ਰਣਧੀਰ, ਬਾਬਾ ਰਣਧੀਰ ਕਬੱਡੀ ਕਲੱਬ, ਆਓ ਜੀ ਸੈਂਟਰ ਲਾਈਨ ਤੇ। ਮੰਨ ਲਓ ਜੀ ਦੋਵੇਂ ਟੀਮਾਂ ਪਾਸੇ ਗੇਜੀ ਨੌਜਵਾਨਾਂ ਟੀ ਸ਼ਰਟ ਉਤਾਰ ਗਬਰੂਆ, ਆ ਇਧਰਲੇ ਬੰਨੇ ਹੈਲੋ ਆਪਣੇ ਬੇਅੰਤ ਵੀਰ ਨਾਮ ਲੈ ਜਾਓ ਮੇਰੇ ਵੀਰ। ਲਓ ਜੀ ਮੁਕਾਬਲਾ ਸ਼ੁਰੂ ਹੋਣ ਲੱਗਾ। ਆ ਵੀ ਮੈਚ ਦਰਸ਼ਕ ਵੀਰੋ ਬਹੁਤ ਤਕੜਾ ਹੋਣਾ। ਵਕੀਲਾਂ ਵਾਲਾ ਪਿੰਡ ਉਧਰਲੇ ਬੰਨੇ ਕਹਿੰਦੇ ਵੀ ਫਿਰੋਜ਼ਪੁਰ ਏਰੀਏ ਵਿੱਚ ਸਭ ਤੋਂ ਵੱਧ ਜਿਹੜੇ ਮੈਚ ਜਿੱਤਣ ਵਾਲੀ ਟੀਮ ਹੈ ਵਕੀਲਾਂ ਵਾਲਾ ਪਿੰਡ। ਮਈਆਂ ਵਾਲੇ ਦਾ ਕਬੱਡੀ ਕੱਪ ਇਸ ਟੀਮ ਨੇ ਜਿੱਤਿਆ। ਉਧਰਲੇ ਬੰਨੇ ਫਿਰ ਤੂਤੀ ਝਦਰਿਆਂ ਦੇ ਕਬੱਡੀ ਟੂਰਨਾਮੈਂਟ ਦੇ ਮਿੰਟ ਤੇ ਬੋਲ ਗਈ ਤੇ ਫਿਰ ਕਹਿੰਦੇ ਵੀ ਸੁਨੇਹਰਾਂ ਦੀ ਧਰਤੀ ਤੇ ਵੀ ਬਹਿਜਾ ਕਰਵਾ ਦਿੱਤੀ ਟੀਮ ਨੇ ਔਰ ਦੋਵਾਂ ਟੀਮਾਂ ਦੇ ਦਰਮਿਆਨ ਕਬੱਡੀ ਦਾ ਮੈਚ ਬਹੁਤ ਹੀ ਤਕੜਾ। ਮੰਨ ਲਓ ਜੀ ਦੋਵੇਂ ਟੀਮਾਂ ਪਾਸੇ ਖੇਡ ਮੈਦਾਨ ਵਿੱਚ ਫਿੱਟੂ ਸਿੱਟ ਲਾ ਲਓ, ਬਹੁਤ ਮਿਹਰਬਾਨੀ ਹੈ। ਔਰ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ, ਇੱਕ ਬੰਨੇ ਵਕੀਲਾਂ ਵਾਲਾ ਪਿੰਡ, ਦੂਸਰੇ ਬੰਨੇ ਗੁਰੂ ਘਰ ਵਾਲੀ ਸਾਈਡ ਜਿਹੜੀ ਟੀਮ ਹੈ ਖੇਡ ਮੈਦਾਨ ਦੇ ਵਿੱਚ ਤੱਕੀਏ ਵੀ ਖੋਸੇ ਰਣਧੀਰ ਦੀ ਔਰ ਆ ਵੀ ਨੌਜਵਾਨਾਂ। ਉਧਰਲੇ ਬੰਨੇ ਹਰਦਿਆਲ ਹਰਦਾਸੇ ਵਾਲਾ, ਨਾਲ ਕਹਿੰਦੇ ਵੀ ਮੁਦਗੀ ਦਾ ਬਾਬੂ ਤੇ ਕੀਪਾ ਭਲੂਰ ਵਾਲਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਾਡੇ ਬਾਬਾ ਬੁੱਧ ਸਿੰਘ ਜੀ, ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਆ ਬੰਨੇ ਮਾਣ ਸਨਮਾਨ ਗੱਬਰ ਸੌਰ ਤੇ ਬਾਬਾ ਬੁੱਧ ਸਿੰਘ ਜੀ। ਚੱਲ ਵੀ ਨੌਜਵਾਨਾਂ ਕਹਿੰਦੇ ਵੀ ਬਾਬਾ ਫਰੀਦ ਕਬੱਡੀ ਕਲੱਬ ਐਡਮਿੰਟਨ ਵੱਲੋਂ ਪਹਿਲੀ ਵਾਰ ਨੌਜਵਾਨ ਕੈਨੇਡਾ ਦੀ ਧਰਤੀ ਤੇ ਖੇਡ ਆਇਆ ਤੇ ਮੁੱਲ ਪਾਇਆ। ਉਧਰਲੇ ਬੰਨੇ ਥਾਣੇਦਾਰ ਘੱਲ ਖੁਰਦ ਵਾਲੇ ਨੇ ਬੁਲਟ ਮੋਟਰਸਾਈਕਲ ਤੇ ਬਿਠਾਇਆ ਇਸ ਖਿਡਾਰੀ ਨੂੰ, ਚਾਰ ਜਿਹੜੇ ਜਾਫੀ। ਉਧਰਲੇ ਬੰਨੇ ਫਿੱਡੂ ਆ ਨੌਜਵਾਨ। ਔਰ ਬਜ਼ੁਰਗੋ ਮੇਰੀ ਬੇਨਤੀ, ਲਾਈਨ ਤੋਂ ਥੋੜਾ ਪਿੱਛੇ ਹੋ ਜਾਓ ਕਿਉਂਕਿ ਗੱਡੀਆਂ ਜਿਹੜੀਆਂ ਨਾ ਸਟਾਪ ਚੱਲਣੀਆਂ। ਚੱਲ ਵੀ ਕਪੂਰ ਵਾਲਿਆ, ਲੋਕੀ ਕਹਿੰਦੇ ਵੀ ਸਰਦਾਰ ਜਰਨੈਲ ਸਿੰਘ ਦੇ ਪੁੱਤ ਨੂੰ ਸਲਾਮਾਂ ਹੁੰਦੀਆਂ। ਕਬੱਡੀ ਦੇ ਖੇਤਰ ਵਿੱਚ ਕਪੂਰੇ ਪਿੰਡ ਹੈ, ਨਾਮ ਅੰਗਰੇਜ਼ ਹੈ, ਮੁੰਡਾ ਗਾਉਂਦਾ ਬੜਾ ਸੋਹਣਾ। ਉਧਰਲੇ ਬੰਨੇ ਪੰਗਾ ਕਿਸ ਨਾਲ ਕੀਤੇ ਭਲੂਰ ਦੇ ਨਾਲ ਮੇਰੇ ਵੀਰੋ। ਨੌਜਵਾਨ ਕਹਿੰਦੇ ਵੀ ਇਹ ਵੀ ਕੈਨੇਡਾ ਦੀ ਧਰਤੀ ਤੇ ਬਹੁਤ ਤਕੜੇ ਜਾਫੇ ਲਾ ਕੇ ਆਇਆ। ਚੱਲ ਵੀ ਸਰਦਿਆਲ ਪਾ ਕਬੱਡੀ ਨੌਜਵਾਨਾਂ ਖੇਡ ਮੈਦਾਨ ਵਿੱਚ ਭਾਵੇਂ ਦਸ ਪਾਵੇ ਰੇਡਾ ਪਾਵੇ ਪਾਵੇ ਕੱਲੀ ਕੈਰੀ, ਔਰ ਉਧਰਲੇ ਬੰਨੇ ਚੋਟੀ ਦਾ ਖਿਡਾਰੀ ਯਾਰੋ ਖੇਡ ਮੈਦਾਨ ਵਿੱਚ ਇੱਕ ਬੰਨੇ ਛਿੰਦਾ, ਉਧਰਲੇ ਬੰਨੇ ਖੋਸੇ ਧੀਰ ਦੀ ਧਰਤੀ ਦਾ ਬਾਰੀ ਖੋਲ ਕੇ ਬਹਿ ਗੁਰੂ ਬੋਲ ਕੇ ਨੀ ਸੀਟ ਉੱਤੇ ਬਹਿ ਜਾ ਬੱਲੀਏ, ਨਵਾਂ ਲੈ ਲਿਆ ਟਰੱਕ ਛਿੰਦੇ ਯਾਰ ਨੇ ਨੀ ਬਾਬਿਆਂ ਦੇ, ਚੱਲ ਚੱਲ ਚੱਲੀਏ ਇਹ ਹੈ ਛਿੰਦਾ ਤੇ ਉਧਰਲੇ ਬੰਨੇ ਹਰਦਿਆਲ। ਅਗਲੀ ਜਿਹੜੀ ਕਬੱਡੀ ਹੈ ਦਾਦਾ ਹੋਰ ਦੇ ਮਨਪ੍ਰੀਤ ਦੀ, ਇਹ ਦਿਲ ਦੇ ਵਿੱਚ ਸਜਾਇਆ ਸੁਪਨਾ ਉਦੋਂ ਸੱਚ ਹੋ ਜਾਣਾ, ਮਹਿੰਦੀ ਦੇ ਨਾਲ ਤਲੀਆਂ ਉੱਤੇ ਲਿਖਣਾ ਜਦੋਂ ਟਵਾਣਾ। ਇੱਕ ਬੰਨੇ ਮਹਿੰਦਰ ਸਿੰਘ ਬੋਪਾਰਾਏ ਦਾ ਪੁੱਤ ਹੈ,
ਵਿਜੇਂਦਰ ਸਿੰਘ ਸਰਾਂ ਦਾ ਮੁੰਡਾ ਕਿੰਨਵੀ ਸੁਖਾ ਵਕੀਲਾਂ ਦੀ ਧਰਤੀ ਦਾ ਲਾ ਲਾ ਕੇ ਜਫੇ ਦਿਲ ਦਰਸ਼ਕਾਂ ਦੇ ਕੀਲ ਦਾ ਚੋਟੀ ਦਾ ਖਿਡਾਰੀ ਯਾਰੋ ਸੁਖਾ ਪਿੰਡ ਵਕੀਲ ਦਾ ਲਓ ਅਗਲੀ ਜਿਹੜੀ ਕਬੱਡੀ ਮੁਦਗੀ ਦੇ ਬਾਬੂ ਨੇ ਪਾਈ ਹੈ ਇੱਕ ਜਲਾਲ ਵਾਲਾ ਇੱਕ ਬੁਢਾਣੇ ਦੀ ਧਰਤੀ ਦਾ ਇੱਕ ਇਧਰਲੇ ਬੰਨੇ ਖੇਡ ਮੈਦਾਨ ਵਿੱਚ ਵੀ ਕਬੱਡੀ ਭਾਰਿਆ ਉਧਰਲੇ ਬੰਨੇ ਡਬਲ ਟੈਕ ਹੋ ਚੁੱਕਾ ਜਿਹੜੇ ਵੀਰ ਬਾਉਂਡਰੀ ਲਾਈਨ ਦੇ ਨੇੜੇ ਬੈਠੇ ਹੈ ਮੇਰੀ ਬੇਨਤੀ ਉਹ ਵੀਰ ਪਿੱਛੇ ਹੋ ਜਾਣ ਕਿਉਂਕਿ ਤੁਸੀਂ ਜ਼ਿਆਦਾ ਮੂਹਰੇ ਬੈਠੇ ਹੋ ਕਿ ਉਧਰਲੇ ਬੰਨੇ ਬਜ਼ੁਰਗ ਬੈਠਾ ਸੀ ਬਾਪੂ ਜਿੰਨੀ ਤੇਰੀ ਉਮਰ ਇਸ ਉਮਰ 'ਚ ਜੋੜ ਨਹੀਂ ਪੈਣਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜ਼ਿੰਮੇਵਾਰੀ ਨਾਲ ਆਪਣਾ ਗਰਾਊਂਡ ਦੇ ਨੇੜੇ ਆਪ ਹੀ ਲਾਈਓ ਨਾ ਅਮਨ ਸੰਧੂ ਦੀ ਪਾਈ ਹੋਈ ਵੱਡੀ ਖੇਡ ਮੈਦਾਨ ਦੇ ਵਿੱਚ ਤੱਕੀਏ ਮਾਂ ਉਹ ਲਾਈਓ ਨਾ ਕਹਿੰਦੇ ਵੀ ਇਕੱਲਾ ਇਕੱਲਾ ਪੁੱਤ ਹੈ ਮਾਪਿਆਂ ਦਾ ਧਰਤੀ ਖੁਰਾਕ ਬੜੀ ਹੈ ਉਧਰਲੇ ਬੰਨੇ ਕੀਪਾ ਭਲੂਰ ਦੀ ਧਰਤੀ ਦਾ ਪਾ ਕਬੱਡੀ ਘੋੜਾ ਪੱਟ ਕਹਿੰਦੇ ਵੀ ਖੰਧਿਆਂ ਵੱਲ ਪਰਤਿਆ ਚੱਲ ਵੀ ਹਰਦਿਆਲ ਪਾ ਕਬੱਡੀ ਪੰਜਾਬ ਦੇ ਮੈਦਾਨਾਂ ਵਿੱਚ ਫੇਰੇ ਬੁੱਕਦਾ ਸਾਧੂ ਸਿੰਘ ਦਾ ਪੁੱਤ ਨਹੀਂ ਕਿਸੇ ਤੋਂ ਰੁਕਦਾ ਕਿ ਸਾਧੂ ਸਿੰਘ ਦਾ ਪੁੱਤ ਨਹੀਂ ਕਿਸੇ ਤੋਂ ਰੁਕਦਾ ਉਧਰਲੇ ਬੰਨੇ ਮੰਗਲ ਯੂਐਸ ਕੋਟੀਆਂ ਵਾਲਾ ਸੂਬਾ ਸਿੰਘ ਕਹਿਲਗਰੀ ਵੱਲੋਂ ਖੋਸਿਆਂ ਵਾਲੇ ਜਿੰਨੇ ਜੱਫੇ ਲਾਉਣਗੇ ਵੀ ਉਨੇ ਸੌ ਸੋ ਇੱਧਰ ਮੇਰੇ ਵੀਰ ਜਿਹੜੇ ਨੋਟਾਂ ਦਾ ਮੀਂਹ ਵਧਾ ਰਹੇ ਨੇ ਖੋਸਿਆਂ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਸੂਬਾ ਸਿੰਘ ਕਹਿਲਗਰੀ ਸੌ ਸੌ ਰੁਪਏ ਇੱਧਰਲੇ ਬੰਨੇ ਜਾਨ ਲੱਗੀ ਪਈ ਹੈ ਆ ਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਆ ਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਇੱਥੇ ਕਹਿੰਦੇ ਵੀ ਖੰਡੇ ਦੀ ਧਾਰ ਤੇ ਸਾਪਾਂ ਦੀ ਸ਼੍ਰੀ ਦੋ ਨੋਟ ਚੱਕਣ ਵਾਲੀ ਕਬੱਡੀ ਪੈ ਰਹੀ ਹੈ ਉਧਰਲੇ ਬੰਨੇ ਕਪੂਰਿਆਂ ਦੇ ਗੇਜੀ ਨੇ ਪਾਈ ਹੈ ਕਬੱਡੀ ਤੇ ਸੂਬਾ ਸਿੰਘ ਦੀ ਗਿੱਲ ਕਹਿਲਗਰੀ ਵਾਲੇ ਕਹਿੰਦੇ ਆ ਜਿੰਨੇ ਜਾਫੇ ਖੋਸਰ ਤੀਰ ਦੀ ਟੀਮ ਲਾਉਂਦੀ ਹੈ ਉਹਨੇ ਜਿਹੜੇ 700 ਰੁਪਏ ਦੇ ਮਾਣ ਸਨਮਾਨ ਦਿੱਤੇ ਜਾਣਗੇ ਇੱਕ ਬੰਨੇ ਸੁੱਖਾ ਵਕੀਲਾਂ ਵਾਲੇ ਦਾ ਬਾਹਰ ਨੌਜਵਾਨਾਂ ਜਲੰਧਰ ਸਿੱਧੂ ਤੇ ਮੇਜਰ ਬਲੂਰ ਨਾਲ ਕਹਿੰਦੇ ਵੀ ਸੁੱਖ ਰਟਾਲ ਵਾਲਾ ਜਿਹਨੇ ਕਹਿੰਦੇ ਵੀ ਗੱਡੀ ਦਿੱਤੀ ਹੈ ਕਬੱਡੀ ਦੇ ਮਾਣ ਸਨਮਾਨ ਵਿੱਚ ਤੇ ਉਧਰਲੇ ਬੰਨੇ ਕਪੂਰਿਆਂ ਵਾਲੇ ਬੁਲਟ ਮਿਲਿਆ ਚੱਲ ਵੀ ਮੇਰੇ ਨੌਜਵਾਨਾਂ ਮੈਨੂੰ ਬੁਲਟ ਜਾਂ ਸਵਾਰੀ ਉਧਰਲੇ ਬੰਨੇ ਲੋਕੋ ਵਾਲਾ ਨਾ ਬੋਲੂ ਤੇਰਾ ਵਾਰੀ ਵਾਰੀ ਮੁੰਡਿਆਂ ਗਰਮੀ ਸਰਦੀ ਚੱਲ ਪਈ ਹੁਣ ਛੱਡ ਨਸ਼ਿਆਂ ਦਾ ਖਹਿੜਾ ਆ ਜਾ ਕਬੱਡੀ ਵੱਲ ਬਈ ਇੱਕ ਬੰਨੇ ਵੱਜੀ ਹੋਈ ਤਾਰੀ ਆ ਵਾਓ ਸ਼ਿੰਦਿਆ ਇਹਨੂੰ ਕਹਿੰਦੇ ਸਾਣ ਵਾਲਾ ਜੱਫਾ ਸੂਬਾ ਗਿਲ ਕਹਿਰਗੀ ਵਾਲਾ ਸ਼ਾਬਾਸ਼ ਆਖਦਾ ਇਸ ਖਿਡਾਰੀ ਨੂੰ ਚੱਲ ਵੀ ਦਾਦਾ ਹੁਣ ਪਿੰਡ ਵਾਲਿਆ ਪਾ ਕਬੱਡੀ ਨਾ ਜਾਣਾ ਮੈਂ ਜਵਾਬ ਦੀ ਤਕੜਾ ਉਧਰਲੇ ਬੰਨੇ ਦੇਖਾਂਗੇ ਵੀ ਕੌਣ ਦਾਦਾ ਹੁਣ ਦੇ ਮਨਪ੍ਰੀਤ ਨੂੰ ਰਗੜਨ ਦੀ ਕੋਸ਼ਿਸ਼ ਕਰੇਗਾ ਬਿੱਲਾ ਗਾਲਬ ਦੀ ਧਰਤੀ ਦਾ ਸੱਚੀ ਬੋਲੀ ਬੋਲਦਾ ਹੋਇਆ ਤੇਰਾ ਕੱਦ ਵੇ ਸਰੋਂ ਦਾ ਬੂਟਾ ਮੈਂ ਅੱਗ ਲਾਵਾਂ ਮਹਿਲਾਂ ਨੂੰ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਬੇਨਤੀ ਹੈ ਵੀ ਟੈਂਟ ਨਾ ਸਿੱਟੋ ਹੱਥ ਬੰਨ ਕੇ ਬੇਨਤੀ ਹੈ ਤੇ ਉੱਪਰ ਜਿਹੜੇ ਹਾਰ ਨੇ ਤੁਹਾਡੇ ਸੱਟ ਵੱਜੂਗੀ ਬੀਬੀਆਂ ਭੈਣਾਂ ਵੀ ਬੈਠੀਆਂ ਹੋਈਆਂ ਉਧਰਲੇ ਬੰਨੇ ਕਬੱਡੀ ਹਰਦਿਆਲ ਦੀ ਹੈ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਬਾਹਰ ਨੌਜਵਾਨਾਂ ਭਾਵੇਂ ਦਾਸ ਪਾਵੇ ਰੇਟਾ ਭਾਵੇਂ ਪਾਵੇ ਕੱਲੀ ਕੈਰੀ ਗਿਆ ਸੀ ਕਨੇਡਾ ਨਾਮ ਮਿਲ ਗਿਆ ਹੈਰੀ ਚੋਟੀ ਦਾ ਖਿਡਾਰੀ ਯਾਰੋ ਬੰਦਾ ਬੜਾ ਲਹਿਰੀ ਲੰਡਿਆਂ ਦੀ ਟੀਮ ਜਿਹੜੀ ਪਹੁੰਚ ਗਈ ਹੈ ਵੇਦਵਾਦ ਵਿੱਚ ਵਿੱਕੀ ਚਲੇ ਜਾਓ ਸਾਹਮਣੇ ਬਣਿਆ ਉਹਦੇ ਵਿੱਚ ਤੁਸੀਂ ਨੌਜਵਾਨ ਨੂੰ ਪੁੱਜਣਾ ਮੇਰੀ ਬੇਨਤੀ ਇਹਨਾਂ ਵੀਰਾਂ ਨੂੰ ਇਹਨਾਂ ਖਿਡਾਰੀਆਂ ਨੂੰ ਉਧਰਲੇ ਬੰਨੇ ਕੌਣ ਹੈ ਕੀਪਾ ਭਲੂਰ ਪਿੰਡ ਦੀ ਧਰਤੀ ਦਾ ਲਾ ਲਾ ਕੇ ਪਰਾ ਸੁਰਦਾ ਨੌਜਵਾਨ ਅਮਨ ਸੰਧੂ ਅੱਜ ਦੇਖਦੇ ਵੀ ਪੱਟਾਂ ਵਿੱਚ ਪੂਰੀ ਜਾਨ ਹੈ ਤਾੜੀਆਂ ਵੀ ਵੱਜਦੀਆਂ ਹੱਲਾ ਸ਼ੇਰ ਸ਼ਾਬਾਸ਼ ਵੀ ਆਖਿਆ ਜਾ ਰਿਹਾ ਉਧਰਲੇ ਬੰਨੇ ਦੇਖਦੇ ਵੀ ਨੌਜਵਾਨ ਮੁਦਗੀ ਪਿੰਡ ਦੇ ਬਾਬੂ ਨੇ ਪਾ ਦਿੱਤੀ ਹੈ ਕਬੱਡੀ ਖੇਡਾਂ ਵਾਲਿਓ ਖੇਡਾਂ ਨੂੰ ਤੱਕ ਨੂਰ ਆਉਂਦਾ ਤੇ ਨੌਜਵਾਨ ਸ਼ਿੰਦਾ ਖੇਡ ਮੈਦਾਨ ਵਿੱਚ ਦੇਖਦੇ ਵੀ ਭੱਜਿਆ ਜਾਂਦਾ ਮੁਦਗੀ ਪਿੰਡ ਵਾਲਾ ਹੱਥ ਮਾਰਦਾ ਵੀ ਹੁਣ ਨਹੀਂ ਹੱਥ ਆਉਣਾ ਨੌਜਵਾਨਾਂ ਚੱਲ ਵੀ ਗੱਬਰਾ ਕਬੱਡੀ ਕਹਿੰਦੇ ਵੀ ਜਾਓ ਜੀ ਕਬੱਡੀ ਹਰਦਿਆਲ ਦੀ ਹੈ
ਉਹੋ ਜਿਹੀ ਕਬੱਡੀ ਕਟੋਰਿਆਂ ਦੇ ਗੇਜੀ ਦੀ ਹੈ। ਚੱਲ ਵੀ ਨੌਜਵਾਨਾਂ ਬਣ ਜਾਈਏ ਉਸਤਾਦ ਜੀ, ਭਾਵੇਂ ਤਾਵੇਂ ਸਿੱਖਦੇ ਰਹੀਏ ਨੀਵੇਂ ਬਹੀਏ, ਜੇ ਕੋਈ ਦੱਸੇ ਗੱਲ ਦੀ ਅਰਦੇ ਵਾਲੀ ਤਾਂ ਸੁਣ ਲਈਏ। ਇਹ ਗੀਤ ਗਾਉਂਦਾ ਹੁੰਦਾ ਮੇਰਾ ਵੀਰ ਗੇਜੀ ਕਪੂਰਿਆਂ ਦਾ, ਉਧਰਲੇ ਬੰਨੇ ਕਬੱਡੀ, ਦੂਸਰੇ ਬੰਨੇ ਭਲੌਰ ਪਿੰਡ ਦੀ ਧਰਤੀ ਦਾ ਕੀਪਾ, ਇੱਕ ਅਠੂਰ ਕੀਪਾ ਬਦਨੀ ਦਾ ਛਾ ਗਿਆ, ਤੀਜੀ ਕਬੱਡੀ ਮਿਸ ਗੋਪਾ ਰਾਏ ਸ਼ੀਰਾ ਪਾ ਗਿਆ, ਕਿ ਤੀਜੀ ਕਬੱਡੀ ਮਿਸ ਗੋਪਾ ਰਾਏ ਸ਼ੀਰਾ ਪਾ ਗਿਆ। ਚੱਲ ਵੀ ਹਰਦਿਆਲ ਪਾ ਕਬੱਡੀ ਨੌਜਵਾਨਾਂ, ਕਹਿੰਦੇ ਵੀ ਇੱਕ ਦਿਨ ਦੇ ਵਿੱਚ ਸਿਆਸੀ ਜਿਹੜੀਆਂ ਕੌਡੀਆਂ ਪਾ ਕੇ ਇਸ ਖਿਡਾਰੀ ਨੇ ਇੱਕ ਦਿਨ ਇੰਨੀਆਂ ਕੌਡੀਆਂ ਪਾ ਕੇ, ਕਹਿੰਦੇ ਵੀ ਨੌਜਵਾਨ ਨੇ ਰਿਕਾਰਡ ਜਿਹੜੇ ਪੈਦਾ ਕੀਤੇ ਆ ਕਬੱਡੀ ਦੇ ਖੇਤਰ ਵਿੱਚ 2004 ਤੋਂ ਲੈ ਕੇ 2000 ਕਹਿੰਦੇ ਵੀ 11 ਦੇ ਵਿੱਚ ਸਭ ਤੋਂ ਵੱਧ ਜਿਹੜੇ ਮੈਚ ਜਿੱਤਣ ਵਾਲੀ ਟੀਮ ਇੱਕ ਬੰਨੇ ਟਾਊਨ ਹੈ ਫਿੱਡੂ ਹੈ, ਇੱਕ ਬੰਨੇ ਹਰਦਿਆਲ ਹੈ, ਬੱਚੀ ਹੋਈ ਕੰਜੀ ਹੈ, ਨਹੀਂ ਰੀਸਾਂ ਆਦਲੇ ਬੰਨੇ ਦੇਖਦੇ ਬਾਹ ਕਬਰੂਆ ਕਿ ਸੀ ਬਲਵਿੰਦਰ ਫਿੱਡਾ ਘੋੜਾ ਲੰਮੀ ਪਾਰੀ ਦਾ ਨਾ ਠਰਮੇ ਖੇਡੇ ਨੀ ਕਾਕਾ ਕਾਰੀ ਸਾਰੀ ਦਾ, ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀਪੁਰ ਦਾ ਜੀ, ਤੇ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੰਡਾ ਸੁੱਖਿਆ, ਤਿਆਰੀ ਫੜਨਾ ਨੌਜਵਾਨ ਤਿਆਰੀ ਫੜਨਾ। ਉਧਰਲੇ ਬੰਨੇ ਬਾਉਂਡਰੀ ਲੈਣ ਜਿਹੜੀ ਟੱਚ ਹੋਈ ਹੈ, ਥੋੜੀ ਮੋਢੇ ਦੇ ਉੱਪਰ ਵੱਜੀ ਹੋਈ ਸੱਠ ਹੈ ਸੁੱਖੇ ਵਕੀਲ ਦੀ। ਚੱਲ ਵੀ ਨੌਜਵਾਨਾਂ ਮੁਦਗੀ ਪਿੰਡ ਵਾਲਿਆ ਪਾ ਗੱਭਰੂਆ ਕਬੱਡੀ ਲੰਡੇ ਏ ਤੇ ਲੰਡੇ ਬੀ, ਹਰ ਜੋਗੇ ਵਾਲਾ ਤੇ ਫਤਿਹ ਫੁੱਲਾ ਸ਼ਾਹ ਵਾਲਾ ਕਬੱਡੀ ਕਲੱਬ, ਇਹ ਟੀਮਾਂ ਜਿਹੜੀਆਂ ਖੇਡ ਮੈਦਾਨ ਵਿੱਚ ਪੁੱਜਣਗੀਆਂ। ਆਹ ਉਧਰਲੇ ਬੰਨੇ ਲੱਦੀ ਲੱਗ ਕੇ ਗੁੱਟ ਫੜ, ਹਰ ਕਬੱਡੀ ਪਿਆਰ ਨਾਲ ਮੇਰੇ ਵੀਰ ਖੇਡ ਰਹੀਆਂ ਖੇਡਾਂ ਪਿਆਰ ਵਧਾਉਂਦੀਆਂ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਅੱਧੇ ਪੁਆਇੰਟ ਤੇ ਦਰਸ਼ ਵੀਰੋ ਜਿੱਤ ਹਾਰ ਹੋਣੀ ਇਸ ਮੈਚ ਦੀ, ਤੁਹਾਡੇ ਸਾਹਮਣੇ ਸਮੇਂ ਦਾ ਇੰਤਜ਼ਾਰ ਕਰਾਂਗੇ ਕਿਹੜੀ ਟੀਮ ਕਿੰਨੇ ਪੁਆਇੰਟ ਲੈ ਜਿੱਤਦੀ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਉਧਰਲੇ ਬੰਨੇ ਸਬਰ ਸਿਦਕ ਤੋਂ ਡੋਲੀ ਨਾ, ਤੂੰ ਪੁੱਤ ਪੰਜਾਬ ਦੇ ਆ, ਘਰ ਘਰ ਪਹੁੰਚੇ ਮਹਿਕੋ ਤੇਰੀ ਫੁੱਲ ਗੁਲਾਬਦੇ ਆ, ਆਪਾਂ ਧੰਨਵਾਦ ਕਰਾਂਗੇ ਖੇਡ ਮੈਦਾਨ ਵਿੱਚ। ਕਹਿੰਦੇ ਵੀ ਉਧਰਲੇ ਬੰਨੇ ਪੰਜਾਬ ਲਾਈਵ ਨੰਬਰ 1 ਵਾਲੇ ਵੀਰ ਆਖਦੇ ਵੀ ਜਿਹੜਾ 64,000 ਦਰਸ਼ਕ ਇਹ ਵੈਬਸਾਈਟ ਦੇ ਜ਼ਰੀਏ ਜੁੜਿਆ ਹੋਇਆ ਇਸ ਕਬੱਡੀ ਦੇ ਨਾਲ, ਉਧਰਲੇ ਬੰਨੇ ਪੰਜਾਬ ਤੇ ਪੂਰੇ ਕਹਿੰਦੇ ਵੀ ਵਰਲਡ ਵਿੱਚ ਲਾਈਵ ਕੀਤਾ ਜਾ ਰਿਹਾ ਇਹ ਕਬੱਡੀ ਦਾ ਖੇਡ ਮੇਲਾ। ਸਾਂਡ ਸਲੀਣੇ ਦੀ ਗਰਾਉਂਡ ਸਾਂਡ ਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਪਈ ਹੈ ਵੀ, ਤੇ ਇਧਰ ਆ ਜਾਓ ਮੇਰੇ ਵੀਰ, ਲਾ ਜਿਹੜੀ ਕਬੱਡੀ ਮੁਦਕੀ ਦੇ ਬੱਬੂ ਦੀ ਸਿੰਧਿਆ ਤਿਆਰੀ ਫੜਨ ਆ ਜਾਂਦਾ। ਉਧਰਲੇ ਬੰਨੇ ਨਿੱਕਾ ਕੱਦ ਹੈ, ਮੁੰਡਾ ਬੜਾ ਤੇਜ਼ ਹੈ, ਖੇਡ ਮੈਦਾਨ ਵਿੱਚ ਖਾਲੀ ਘੋੜੀ ਹਿਣਕਦੀ ਗੱਲ ਉਹ ਹੋਈ ਪਈ ਹੈ, ਤੇ ਪੁਆਣ ਜਿਹੜਾ ਵਕੀਲਾਂ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਲਾਓ ਸਾਹਮਣੇ ਕੋਈ ਡਾਲੇ ਤੇ ਸ਼ੇਰ ਬਣਾ ਲੈਂਦਾ, ਕਹਿੰਦੇ ਵੀ ਕੋਈ ਸ਼ਹੀਦ ਭਗਤ ਸਿੰਘ ਦੀ ਫੋਟੋ ਬਣਾਉਂਦਾ, ਪਰ ਇਹ ਨੌਜਵਾਨ ਨੇ ਕਹਿੰਦੇ ਕੰਨ ਦੇ ਥੱਲੇ ਕਰ ਤਾਰਾ ਬਣਾਇਆ ਹੋਇਆ। ਉਧਰਲੇ ਬੰਨੇ ਭਲੂਰ ਪਿੰਡ ਵਾਲਾ ਕੀਪਾ, ਨੌਜਵਾਨਾਂ ਖੇਡ ਮੈਦਾਨ ਵਿੱਚ ਪੁਆਇੰਟ ਜਿਹੜਾ ਹਸ਼ ਫਤਿਹ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ। ਚੱਲ ਵੀ ਹਰਦਿਆਲ ਵੱਧ ਅੱਗੇ ਨੌਜਵਾਨਾਂ, ਪਹਿਲਾਂ ਕਬੱਡੀ ਦਾ ਹਰਦਿਆਲ ਬਣ ਕਬੱਡੀ ਖੇਡਿਆ, ਇੱਕ ਸਾਲ 2008 ਵਿੱਚ ਉਡਾਣ ਭਰੀ ਤੇ ਕੈਨੇਡਾ ਖੇਡਿਆ, ਤੇ ਬਾਅਦ ਵਿੱਚ ਕਹਿੰਦੇ ਵੀ ਜਦੋਂ ਇੰਗਲੈਂਡ ਦੀ ਗੱਲ ਹੋਈ ਤੇ ਨਾਮ ਜਿਹੜੇ ਮਾਨ ਸਨਮਾਨ ਕਹਿੰਦੇ ਵੀ ਹੈਰੀ ਦਾ ਨਾਮ ਮਿਲਿਆ ਕਬੱਡੀ ਦੇ ਖੇਤਰ ਵਿੱਚ, ਉਧਰਲੇ ਬੰਨੇ ਸ਼ਿੰਦਾ ਇੱਕ ਬੰਨੇ ਹਰਦਿਆਲ, ਆਏ ਹਾਏ ਆਏ ਹਾਏ ਤਹਿ ਲਾ ਕੇ ਛੱਡੂ ਗੁੰਦ ਮੇ ਸਰੀਰ ਦੀ, ਉਧਰਲੇ ਬੰਨੇ ਤਹਿ ਲਾ ਦਿੱਤੀ ਹੈ ਸ਼ਿੰਦੇ ਨੇ। ਮੈਚ ਸਮਾਪਤੀ ਵੱਲ 12 ਜਿਹੜੇ ਪੁਆਇੰਟ ਖੋਸੇ ਰਤੀਰ ਦੇ, ਵਕੀਲਾਂ ਵਾਲਾ 9.5 ਤਾੜੀਆਂ ਵਾਲੇ ਦਸ਼ਮੀਰੋ, ਖੋਸੇ ਰਤੀਰ ਦੀ ਜਿਹੜੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ, ਆਓ ਜੀ ਲੰਡੇ ਏ ਤੇ ਲੰਡੇ ਬੀ। ਹੈਲੋ, ਸੋ ਖੋਸਿਆਂ ਵਾਲੇ ਜਿਹੜੇ ਜਾਪੀ ਆਪਣਾ ਨਾਮ ਲੈ ਜਾਏ ਜੀ, ਸੂਬਾ ਕੈਲਗਰੀ ਵੱਲੋਂ ਜਿਹੜਾ ਸਾਡੇ ਕੋਲ ਆਇਆ ਖੋਸਿਆਂ ਵਾਲਾ ਜਾਪੀ ਹੈ ਜਿਹੜਾ, ਉਹ ਆਪਣੇ ਇਨਾਮ ਜਿਹੜੇ ਨੇ ਟੈਕਨੀਕਲ ਸਟੇਜ ਤੋਂ ਜਾਂਦੇ ਹੋਏ ਲੈ ਜਾਣ। ਸ਼ਿੰਦਾ
ਸੋ ਛਿੰਦਾ ਜਾਪੀ ਖੋਸਿਆਂ ਦਾ ਜੀ ਉਹ ਆਪਣੇ ਇਨਾਮ ਹੈ ਜਿਹੜਾ ਸਟੇਜ ਤੋਂ ਉੱਥੋਂ ਲੈ ਜਾਵੇ ਟੈਕਨੀਕਲ ਸਟੇਜ ਤੋਂ ਮੇਰਾ ਵੀ ਛਿੰਦਾ ਜਾਫੀ ਖੋਸਿਆਂ ਵਾਲਾ ਆਪਣੇ ਨਾਮ ਲੈ ਜਾਵੇ ਜੀ ਯੋਗੇ ਵਾਲੇ ਦੀ ਟੀਮ ਦੇ ਖਿਡਾਰੀ ਪਹੁੰਚ ਗਏ ਹੁਣ ਤਾਂ ਸਾਨੂੰ ਦੱਸ ਦੇਣ ਯੋਗੇ ਵਾਲਾ ਤੇ ਫਤਿਹਉੱਲਾ ਸ਼ਾਹ ਕਬੱਡੀ ਕਲੱਬ ਲਓ ਜੀ ਲੰਡੇ ਏ ਤੇ ਬੀ ਦਾ ਮੈਚ ਸ਼ੁਰੂ ਕਰਾ ਦਿਓ ਜਲਦੀ ਨਾਲ ਯੋਗੇ ਵਾਲਾ ਤੇ ਫਤਿਹਉੱਲਾ ਕਲੱਬ ਸ਼ਾਹ ਵਾਲਾ ਜੀ ਲੰਡੇ ਬੀ ਕਿੱਥੇ ਆ ਜੀ ਬੋੜੇ ਏ ਆ ਹਾਂਜੀ ਬਾਬਾ ਭਗਵਾਨ ਦਾਸ ਕਬੱਡੀ ਕਲੱਬ ਲੰਡੇ ਪਹੁੰਚ ਗਈ ਹੈ ਇਕੱਲੇ ਲੰਡੇ ਲੰਡੇ ਆ ਜਾਓ ਤਾਈਆਂ ਦੀਆਂ ਤਿਆਰੀਆਂ ਕਰ ਲੋ ਤਾਈਆਂ ਕਰ ਦਿੱਤੀਆਂ ਜਾਣ ਗਿਆਨੀ ਜਗਦੇਵ ਸਿੰਘ ਜੀ ਥੋੜੀਆਂ ਜ਼ਿੰਮੇਵਾਰੀਆਂ ਸਾਂਭੋ ਬਹੁਤ ਮਿਹਰਬਾਨੀ ਤੇ ਬੇਨਤੀ ਆ ਵੀ ਜਿਹੜੀ ਟੀਮ